ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ। ਆਮੇ ਹੋਏ
Oh.
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗ ਜੀਓ, ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗ ਜੀ, ਆਪ ਆਪਣੇ ਗੁਰਦੁਆਰਾ ਸਾਹਿਬ ਦੇ ਛੋਟੇ ਬੱਚਿਆਂ ਪਾਸੋਂ ਕੀਰਤਨ, ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਸੋ ਆਪਾਂ ਸਮੁੱਚਾ ਸਿੱਖ ਪੰਥ, ਸਿੱਖ ਕੌਮ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ। ਸੋ ਆਪਾਂ ਵੀ 14 ਨਵੰਬਰ ਨੂੰ, ਜੋ ਇਸੇ ਹਫ਼ਤੇ ਸੋਮਵਾਰ ਗੁਰਦੁਆਰਾ ਸਾਹਿਬ ਵਿੱਚ ਜੋ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ, ਅਤੇ ਐਤਵਾਰ ਜੋ ਅੱਜ ਦਾ ਦੀਵਾਨ ਹੈ, ਉਹ ਵੀ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੀ ਮਨਾ ਰਹੇ ਹਾਂ। ਸੋ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਘਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋਇਆ। ਜਿਸ ਟਾਈਮ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ, ਉਸ ਤੋਂ ਪਹਿਲਾਂ ਜੋ ਸਮਾਜ ਦੀ ਦਿਸ਼ਾ ਸੀ, ਜੋ ਸਾਡੇ ਧਰਮ ਅਤੇ ਸਮਾਜ ਦੇ ਵਿੱਚ ਜੋ ਵਹਿਮ ਭਰਮ, ਜੋ ਅਗਿਆਨਤਾ ਦਾ ਹਨੇਰ ਛਾਇਆ ਹੋਇਆ ਸੀ, ਅਤੇ ਬਾਬਾ ਨਾਨਕ ਜੀ ਦੇ ਪ੍ਰਕਾਸ਼ ਨਾਲ ਜੋ ਸਾਨੂੰ ਚਾਨਣ ਮਿਲਿਆ, ਉਸ ਦੇ ਸੰਬੰਧ ਵਿੱਚ ਆਪ ਜੀ ਦੇ ਜਾਣੇ ਪਹਿਚਾਣੇ, ਜਿਨ੍ਹਾਂ ਨੂੰ ਆਪਾਂ ਹਮੇਸ਼ਾ ਆਪਾਂ ਅਕਾਲ ਚੈਨਲ, ਪੰਜਾਬ ਰੇਡੀਓ ਜਾਂ ਸਿੱਖ ਚੈਨਲ ਅਤੇ ਗੁਰਦੁਆਰਾ ਸਾਹਿਬ ਵੀ ਪਹਿਲਾਂ ਆਪਾਂ ਬੜੀ ਵਾਰੀ ਸੁਣਿਆ ਹੈ, ਮੇਰੀ ਮੁਰਾਦ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਗੁਰਦੀਪ ਸਿੰਘ ਜੀ ਜਗਵੀਰ ਹੋਣਾ ਪਾਸੋਂ ਹੈ, ਜੋ ਕਿ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਅੱਜ ਦੇ ਦੀਵਾਨ ਵਿੱਚ ਉਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਜੋ ਉਹਨਾਂ ਦੇ ਬਾਰੇ ਉਹ 1 ਘੰਟੇ ਵਾਸਤੇ ਸੰਗਤਾਂ ਨਾਲ ਜਿਸ ਤਰ੍ਹਾਂ ਉਹ ਵਿਚਾਰ ਸਾਂਝੀ ਕਰਨਗੇ। ਮੈਂ ਬੇਨਤੀ ਕਰਾਂ ਸਮੁੱਚੀਆਂ ਸੰਗਤਾਂ ਨੂੰ, ਜੋ ਥੱਲੇ ਚਾਹ ਪਾਣੀ ਛੱਕ ਕੇ ਚੁੱਕੀਆਂ ਹਨ, ਕਿ ਉਹ ਜਲਦੀ ਆ ਕੇ ਦੀਵਾਨ ਵਿੱਚ ਸਾਜੋ, ਤਦ ਕਿ ਆਪਾਂ ਆਏ ਹੋਏ ਵਿਦਵਾਨਾਂ ਦਾ, ਪ੍ਰਚਾਰਕਾਂ ਦਾ ਆਪਾਂ ਲਾਹਾ ਲੈ ਸਕੀਏ ਅਤੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਗੁਰਦੁਆਰਾ ਸਾਹਿਬ ਆਉਣ ਦਾ ਵੀ ਫਾਇਦਾ ਤਦ ਹੀ ਹੈ ਜੇਕਰ ਆਪਾਂ ਇੱਥੋਂ ਆ ਕੇ ਕੁਝ ਸਿੱਖ ਕੇ ਗ੍ਰਹਿਣ ਕਰਕੇ ਜਾਣਾ ਹੈ। ਅਤੇ ਅੱਜ ਤੇ ਆਪਾਂ ਹੋਰ ਵੀ ਵਡਭਾਗਾ ਭਰਿਆ ਦਿਨ ਹੈ ਕਿ ਆਪਣੇ ਪਾਸ ਸਿੱਖ ਪੰਥ ਦੇ ਮਹਾਨ ਵਿਦਵਾਨ ਪਹੁੰਚੇ ਹੋਏ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਆਧਾਰ 'ਤੇ ਜੋ ਆਪਣੇ ਉਹਨਾਂ ਦੀਆਂ ਸਿੱਖਿਆਵਾਂ ਸਨ, ਜੋ ਉਹਨਾਂ ਦੇ ਆਦੇਸ਼ ਸਨ, ਜੋ ਉਹਨਾਂ ਨੇ ਆਪ ਹੱਥੀਂ ਪ੍ਰੈਕਟੀਕਲ ਕਰਕੇ ਸਾਨੂੰ ਜੋ ਦਿਖਾਇਆ ਹੈ, ਉਸ ਦੇ ਉੱਤੇ ਚਾਨਣਾ ਪਾਉਣਗੇ ਡਾਕਟਰ ਸਾਹਿਬ 1 ਘੰਟੇ ਵਾਸਤੇ। ਉਹ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਸਮੁੱਚੀਆਂ ਸੰਗਤਾਂ ਨੇ ਬੜੇ ਹੀ ਪ੍ਰੇਮ ਅਤੇ ਸਤਿਕਾਰ ਸਾਹਿਬ ਨਾਲ ਇਹ ਵਿਚਾਰ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ, 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 ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ। ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜੇ ਕਹਿਲਾਤ ਰਹੇ ਹੋ, ਜੈਸੇ ਕੂਟ ਬਰਖ ਤਬ ਉਰਦਮੁਖੀ ਬੈ ਸੰਤਨ ਮੇ ਤਨ ਦਾਹ ਦਿਓ, ਜੈਸੇ ਲਾਖ ਬੇਰ ਕੁਰਖੇਤਰ ਮੇ ਅਸਮੇਦ ਜੰਗ ਅਪੰਗ ਠਿਓ, ਹੁਨੇ ਅੰਮ੍ਰਿਤ ਨਾਮ ਵਿਸ਼ੇਸ਼ ਤੈ ਜਿਨ ਏਕ ਬਾਰ, ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ
ਕੋਈ ਬਾਤ ਨ ਪੁੱਛਤਾ, ਗੁਰੂ ਸਤਿਗੁਰ ਸੰਘ ਕੀ ਰੇ ਹਮ ਥਾਪੇ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਸਾਹਿਬ ਪਾਤਸ਼ਾਹ ਸ਼ਬਦ ਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਸੁਸ਼ੋਭਿਤ ਸੁਭਾਈਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਦਾਸ ਵੱਲੋਂ ਬੁਲਾਈ ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗਾ ਸਮਾਂ ਹੁੰਦਾ ਹੈ, ਵਡਭਾਗਾ ਦਿਵਸ ਦਿਹਾੜਾ ਹੁੰਦਾ ਹੈ, ਜਿਸ ਦਿਨ ਜਿਸ ਸਮੇਂ ਜਿਸ ਘੜੀ ਆਪਾਂ ਗੁਰੂ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਹਾਜ਼ਰੀਆਂ ਭਰਦਿਆਂ ਹੋਏ ਆਪਣੇ ਗੁਰਾਂ ਨੂੰ ਯਾਦ ਕਰਦੇ ਹਾਂ, ਆਪਣੇ ਗੁਰਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਆਪਣੇ ਗੁਰਾਂ ਦੇ ਕੀਤੇ ਹੋਏ ਦਾਸਤਾਨ ਯਾਦ ਕਰਦੇ। ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜੋ ਕਿ ਪਿਛਲੇ ਸੋਮਵਾਰ ਸਮੁੱਚੀ ਕੌਮ ਨੇ ਮਨਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਜੀਵਨ ਕਾਲ ਦੇ ਸੰਬੰਧ ਦੇ ਵਿੱਚ ਜਿਸਨੇ ਵੀ ਕਲਮ ਚੁੱਕੀ ਹੈ ਉਸੇ ਨੇ ਹੀ ਕਮਾਲ ਕੀਤੀ ਹੈ, ਕਿਉਂਕਿ ਪਾਤਸ਼ਾਹ ਜੀ ਦਾ ਜੀਵਨ, ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਜੀਵਨ ਆਪਣੇ ਆਪ ਦੇ ਵਿੱਚ ਇੱਕ ਵਿਚਾਰਧਾਰਾ ਹੈ, ਆਪਣੇ ਆਪ ਦੇ ਵਿੱਚ ਇੱਕ ਸਿਧਾਂਤ ਹੈ। ਕਿਉਂਕਿ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਕਾਲ ਦੇ ਵਿੱਚ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਆਪਾਂ ਸਿਧਾਂਤਕ ਰੰਗਤ ਸਿਧਾਂਤਕ ਰੰਗਣ ਦੇ ਵਿੱਚ ਰੰਗ ਸਕਦੇ ਹਾਂ, ਭਾਵ ਜੀਵਨ ਦੇ ਵਿੱਚ ਜਿਹੜਾ ਧਰਮ ਹੁੰਦਾ ਹੈ ਉਸ ਧਰਮ ਦੇ ਵਿੱਚ ਇੱਕ ਸਿਧਾਂਤ ਹੁੰਦਾ ਹੈ, ਸਿਧਾਂਤ ਤੋਂ ਬਿਨਾਂ ਕੋਈ ਧਰਮ ਨਹੀਂ ਹੁੰਦਾ। ਔਰ ਸ਼ਾਇਦ ਇਹੋ ਹੀ ਕਾਰਨ ਹੈ ਕਿ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਕਾਲ ਤੋਂ ਪਹਿਲਾਂ ਧਰਮਾਂ ਦੇ ਵਿੱਚ ਕਰਮ ਕਾਂਡ ਸਨ, ਕਿਉਂਕਿ ਕਰਮ ਕਾਂਡ ਤਾਂ ਹੀ ਹੋਏਗਾ ਜੇ ਸਿਧਾਂਤ ਨਹੀਂ ਹੈ, ਤਾਂ ਜਿੱਥੇ ਸਿਧਾਂਤ ਹੈ ਉੱਥੇ ਕਰਮ ਕਾਂਡ ਦਾ ਕੋਈ ਅਸਥਾਨ ਨਹੀਂ ਹੈ, ਕਰਮ ਕਾਂਡ ਦੀ ਕੋਈ ਜਗ੍ਹਾ ਨਹੀਂ ਹੈ। ਤਾਂ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਆਗਮਨ ਤੋਂ ਪਹਿਲਾਂ ਕੇਵਲ ਕਰਮ ਕਾਂਡ ਹੈ, ਔਰ ਤਰਾਸਦੀ ਇਹ ਹੈ ਕਿ ਲੋਕ ਕਰਮ ਕਾਂਡ ਨੂੰ ਧਰਮ ਸਮਝ ਬੈਠੇ ਹੈ, ਇਹ ਤਰਾਸਦੀ ਹੈ ਕਿ ਜਿਹੜਾ ਹੋ ਰਿਹਾ ਕਰਮ ਕਾਂਡ ਉਸ ਨੂੰ ਲੋਕ ਧਰਮ ਸਮਝ ਬੈਠੇ ਹੈ। ਤੇ ਕਰਮ ਕਾਂਡ ਦਾ ਬੋਲਬਾਲਾ ਹੈ, ਔਰ ਸਤਿਗੁਰੂ ਇਸ ਕਰਮ ਕਾਂਡ ਨੂੰ ਕਿਉਂਕਿ ਅਗਿਆਨਤਾ ਮੰਨ ਕੇ ਚੱਲਦੇ ਹੈ, ਇਸ ਕਰਕੇ ਪਾਤਸ਼ਾਹ ਕਹਿੰਦੇ ਹੈ ਕਿ ਉਸ ਵਕਤ ਜਦੋਂ ਸਾਹਿਬ ਪਾਤਸ਼ਾਹ ਜੀ ਦਾ ਆਗਮਨ ਪ੍ਰਕਾਸ਼ ਹੋ ਰਿਹਾ, ਉਸ ਵਕਤ ਅਗਿਆਨਤਾ ਦਾ ਇੱਕ ਹਨੇਰਾ ਹੈ, ਆਧੇਰੇ ਰਾਹ ਨ ਦੀਸੇ ਕੋਈ, ਇੱਕ ਹਨੇਰਾ, ਉਹ ਇਹ ਹਨੇਰਾ ਅਗਿਆਨਤਾ ਦਾ ਹੈ। ਔਰ ਇਸ ਅੰਧੇਰੇ ਦੇ ਵਿੱਚ ਕੂੜ ਦੀ ਅਮਾਵਸ ਦਾ ਬੋਲਬਾਲਾ ਹੈ, ਅਤੇ ਕੂੜ ਕਿਹੜਾ ਹੈ, ਕੂੜ ਕਰਮ ਕਾਂਡਾਂ ਦਾ, ਔਰ ਕੂੜ ਧਰਮ ਦੇ ਨਾਮ ਦੇ ਉੱਤੇ ਕੂੜ, ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੀ ਰੁਚੀ, ਔਰ ਗੁੰਮਰਾਹ ਕਰਨ ਦੇ ਲਈ ਜ਼ਿੰਮੇਵਾਰ ਕੌਣ ਨੇ? ਸਤਿਗੁਰ ਕਹਿੰਦੇ ਨੇ ਗੁੰਮਰਾਹ ਕਰਨ ਦੇ ਲਈ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਧਰਮ ਦੀ ਸੇਧ ਦੇਣੀ ਸੀ। ਕੌਣ? ਕਾਦੀ, ਪੰਡਿਤ, ਯੋਗੀ। ਹੁਣ ਸਤਿਗੁਰ ਇਹਨਾਂ ਤਿੰਨਾਂ ਦਾ ਜ਼ਿਕਰ ਕਰਦੇ ਨੇ। ਕਾਦੀ ਕੂੜ ਬੋਲ ਮੱਲ ਖਾਏ, ਮੱਲ ਕਹਿੰਦੇ ਨੇ
ਕੂੜ ਨੂੰ, ਮੈਲ ਨੂੰ। ਤੇ ਕਾਦੀ ਕੂੜ ਕਿਸ ਕਿਸਮ ਦਾ ਬੋਲ ਰਹੇ ਨੇ? ਧਰਮ ਦੀ ਬਿਨਾਹ ਦੇ ਉੱਤੇ ਕੂੜ ਬੋਲ ਰਹੇ ਨੇ ਕਾਦੀ, ਕਿਉਂਕਿ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾ ਰਹੇ ਨੇ, ਭਰਮਾਂ ਦੇ ਵਿੱਚ ਪਾ ਰਹੇ ਨੇ, ਭੁਲੇਖਿਆਂ ਦੇ ਵਿੱਚ ਪਾ ਰਹੇ ਨੇ। ਚਲੋ ਕਾਦੀ ਤਾਂ ਫਿਰ ਕੂੜ ਬੋਲ ਕੇ ਲੋਕਾਂ ਨੂੰ ਵਹਿਮਾਂ ਵਿੱਚ ਪਾ ਰਹੇ, ਲੇਕਿਨ ਪੰਡਿਤ ਇਸ ਤੋਂ ਵੀ ਅੱਗੇ ਲੰਘ ਗਿਆ। ਕਾਦੀ ਕੂੜ ਮੋਲ, ਕਾਦੀ ਕੂੜ ਬੋਲ ਮਲਖਾਏ, ਬਾਹਮਣ ਨਾਵੇ ਜੀਆ ਘਾਏ। ਘਾਏ ਕਹਿੰਦੇ ਨੇ ਜ਼ਖਮ ਨੂੰ, ਘਾਓ ਨੂੰ। ਜੀ ਕਹਿੰਦੇ ਨੇ ਦਿਲ ਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਤੂੰ ਮੇਰੇ ਦਿਲ 'ਤੇ ਸੱਟ ਮਾਰੀ। ਕੋਈ ਕਿਸੇ ਨੂੰ ਮੰਦਾ ਬੋਲ ਦੇਵੇ, ਕੋਈ ਕਿਸੇ ਦੀ ਨਿੰਦਾ ਕਰ ਦੇਵੇ, ਕੋਈ ਕਿਸੇ ਨੂੰ ਕਹਿ ਦੇਵੇ ਕਿ ਆਹ ਵੀ ਤੇਰੇ ਖਿਲਾਫ਼ ਛਪਿਆ, ਉਹ ਮਨ ਨੂੰ ਲੱਗਦੀ ਹੈ ਗੱਲ, ਜਿਸ ਗੱਲ ਦੇ ਵਿੱਚ ਸੱਚਾਈ ਨਹੀਂ ਹੁੰਦੀ ਉਹ ਮਨ ਨੂੰ ਲੱਗਦੀ ਹੈ। ਅਤੇ ਬ੍ਰਾਹਮਣ ਕੀ ਕਰ ਰਹੇ ਸਨ? ਮਨ ਦੇ ਉੱਤੇ ਸੱਟਾਂ ਮਾਰ ਰਹੇ ਸਨ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆ ਕਾਏ। ਨਾਵੇ ਦਾ ਮਤਲਬ ਇਸ਼ਨਾਨ, ਅਤੇ ਇੱਥੇ ਇਸ਼ਨਾਨ ਕਿਹੜਾ? ਇੱਥੇ ਇਸ਼ਨਾਨ ਤੀਰਥ ਹੈ, ਜਿਸ ਤੀਰਥ ਦਾ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਖੰਡਨ ਕੀਤਾ ਹੈ ਕਿ ਸਰੀਰਕ ਇਸ਼ਨਾਨ ਕਿਸੇ ਨਦੀ ਉੱਪਰ ਜਾ ਕੇ ਕਰਨਾ ਤੀਰਥ ਨਹੀਂ ਹੈ। ਤੀਰਥ ਦੀ ਪਾਤਸ਼ਾਹ ਨੇ ਪਰਿਭਾਸ਼ਾ ਦੱਸੀ ਹੈ। ਅਤੇ ਬਾਹਮਣ ਕੀ ਕਰਦੇ ਸਨ? ਉਹ ਕਹਿੰਦੇ ਸਨ ਕਿ ਇਸ ਇਸ਼ਨਾਨ ਦਾ ਹੱਕ ਸਿਰਫ ਉੱਪਰਲੀਆਂ ਜਾਤਾਂ ਵਾਲਿਆਂ ਨੂੰ ਹੈ, ਅਤੇ ਜਿਹੜੇ ਨੀਵੀਂ ਜਾਤ ਵਾਲੇ ਸ਼ੁਧਰ ਨੇ ਉਹ ਇਸ਼ਨਾਨ ਨਹੀਂ ਕਰ ਸਕਦੇ। ਅਤੇ ਜਦੋਂ ਨੀਵੀਂ ਜਾਤ ਵਾਲੇ ਨੂੰ ਪਤਾ ਲੱਗਦਾ ਸੀ ਕਿ ਮੈਂ ਤਾਂ ਇਸ਼ਨਾਨ ਨਹੀਂ ਕਰ ਸਕਦਾ, ਮੈਨੂੰ ਤਾਂ ਧਰਮ ਨਿਭਾਉਣ ਦਾ ਵੀ ਹੱਕ ਨਹੀਂ, ਤਾਂ ਉਹਦੇ ਮਨ ਨੂੰ ਇੱਕ ਸੱਟ ਵੱਜਦੀ ਸੀ। ਇਹ ਮਨ ਨੂੰ ਸੱਟ ਮਾਰੀ ਜਾਂਦੀ ਸੀ, ਜਿਹੜੀ ਕਿ ਗਹਿਰਾ ਘਾਓ ਕਰ ਦਿੰਦੀ ਸੀ। ਬਾਹਮਣ ਨਾਵੇ ਜੀਆਂ ਕਾਏ, ਉਹ ਦਿਲ ਦੇ ਉੱਤੇ ਚੋਟ ਕਰ ਰਿਹਾ ਸੀ। ਜੋਗੀ ਜੁਗਤ ਨ ਜਾਣੇ ਅੰਧ। ਗੁਰਮਤਿ ਦੇ ਵਿੱਚ ਅਕਾਲ ਪੁਰਖ ਦੀ ਜਿਹੜੀ ਪ੍ਰਾਪਤੀ ਹੈ ਉਸਦਾ ਸਾਧਨ ਜੁਗਤ ਹੈ। ਜੁਗਤ ਤੋਂ ਬਿਨਾਂ ਆਮ ਦੁਨੀਆ ਵਿੱਚ ਵੀ, ਸੰਸਾਰਕ ਪੈਮਾਨੇ ਉੱਪਰ ਵੀ, ਸੰਸਾਰ ਦੇ ਵਿੱਚ ਵੀ, ਜਿੰਨੀ ਦੇਰ ਤੱਕ ਜੁਗਤ ਨਹੀਂ ਹੈ ਉਨੀ ਦੇਰ ਤੱਕ ਕੋਈ ਵੀ ਗੱਲ ਪੂਰੀ ਨਹੀਂ ਹੋ ਸਕਦੀ। ਕਿਸੇ ਵੀ ਗੱਲ ਨੂੰ ਪ੍ਰਵਾਨ ਚੜ੍ਹਾਉਣ ਦੇ ਲਈ ਜੁਗਤ ਚਾਹੀਦੀ ਹੈ। ਕਾਰ ਖੜ੍ਹੀ ਹੋਵੇ, ਪੈਟਰੋਲ ਪੂਰਾ ਭਰਿਆ ਹੋਵੇ, ਆਪਾਂ ਉਸ ਕਾਰ ਵਿੱਚ ਬੈਠ ਵੀ ਜਾਈਏ ਪਰ ਚਲਾਉਣ ਦੀ ਜੁਗਤ ਨਾ ਹੋਵੇ ਤਾਂ ਉਹ ਕਾਰ ਕਿਸ ਕੰਮ ਦੀ? ਜੁਗਤ ਦੇ ਨਾਲ ਹੀ ਆਪਾਂ ਉਸ ਕਾਰ ਨੂੰ ਅੱਗੇ ਲਿਜਾ ਸਕਦੇ, ਜੁਗਤ। ਤੇ ਕਾਦੀ ਕੂੜ ਬੋਲ ਰਿਹਾ, ਬ੍ਰਾਹਮਣ ਲੋਕਾਂ ਦੇ ਜੀਆਂ ਉੱਪਰ ਸੱਟ ਮਾਰ ਰਿਹਾ, ਦਿਲ ਉੱਪਰ ਸੱਟ ਮਾਰ ਰਿਹਾ, ਔਰ ਜੋਗੀ ਦੇ ਕੋਲ ਜੁਗਤ ਹੀ ਕੋਈ ਨਹੀਂ। ਅਤੇ ਫਿਰ ਪਾਤਸ਼ਾਹ ਇਹਨਾਂ ਤਿੰਨਾਂ ਨੂੰ ਕੀ ਕਹਿੰਦੇ ਨੇ? ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆ ਕਾਏ, ਜੋਗੀ ਜੁਗਤ ਨ ਜਾਣੇ ਅੰਧ। ਤੀਨੇ, ਇਹ ਤਿੰਨੋਂ ਕਿਹੜੇ ਤਿੰਨੇ? ਕਾਦੀ, ਬਾਹਮਣ ਅਤੇ ਜੋਗੀ। ਤੀਨੇ ਉਜਾੜੇ ਕਾ ਬੰਦ, ਇਹ ਤਿੰਨੇ ਉਜਾੜਨ ਦਾ ਕਾਰਨ, ਉਜਾੜਨ ਦਾ ਬੰਦ। ਕਿਉਂਕਿ ਜਿਸ ਵਕਤ ਮਨੁੱਖ ਨੂੰ ਮਨੁੱਖਤਾ ਦੀ ਬਿਨਾਹ ਦੇ ਉੱਤੇ ਤੁਸੀਂ ਗੁੰਮਰਾਹ ਕਰ ਦਿੰਦੇ ਹੋ, ਧਰਮ ਦੀ ਬਿਨਾਹ ਦੇ ਉੱਤੇ ਗੁੰਮਰਾਹ ਕਰ ਦਿੰਦੇ ਹੋ, ਤਾਂ ਧਰਮ ਦੀ ਪ੍ਰਾਪਤੀ ਤਾਂ ਕੀ ਹੋਣੀ? ਗੁੰਮਰਾਹ ਹੋਇਆ ਮਨੁੱਖ ਸਗੋਂ ਧਰਮ ਦੇ ਰਸਤੇ ਤੋਂ ਪਰੇ ਉੱਡ ਜਾਂਦਾ। ਤਾਂ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਨੁੱਖਤਾ ਨੂੰ ਧਰਮ ਦਾ ਇੱਕ ਸਹੀ ਰਸਤਾ, ਸਿਧਾਂਤਕ ਰਸਤਾ ਦਿਖਾਇਆ। ਕਿਵੇਂ? ਕਿ ਧਰਮ ਨਿਭਦਾ ਕਿਵੇਂ ਹੈ? ਕਿਉਂਕਿ ਧਰਮ ਨਿਭਾਓ ਦਾ ਸਾਧਨ ਹੈ। ਆਪਾਂ ਸੰਸਾਰ ਵਿੱਚ ਧਰਮ ਨਿਭਾਉਣਾ ਹੈ ਤਾਂ ਧਰਮ ਆਪਾਂ ਨਿਭਾ ਕਿਵੇਂ ਸਕਦੇ ਹਾਂ? ਨਿਭਦਾ ਕਿਵੇਂ ਹੈ ਧਰਮ? ਧਰਮ ਨਿਭੇਗਾ ਕਿਵੇਂ? ਤਾਂ ਜ਼ਾਹਰ ਤੌਰ ਉੱਪਰ ਧਰਮ ਨਿਭੇਗਾ ਉਸ ਵਕਤ ਜਿਸ ਵਕਤ ਆਪਾਂ ਧਰਮ ਦੀ ਪਰਿਭਾਸ਼ਾ ਸਮਝ ਜਾਵਾਂਗੇ। ਅਤੇ ਧਰਮ ਕਹਿੰਦਾ ਕੀ? ਅਸਲ ਵਿੱਚ ਸੰਸਾਰਕ ਪੈਮਾਨੇ ਉੱਪਰ ਹਰ ਕੋਈ ਮਨੁੱਖ ਇਹ ਕਹਿੰਦਾ ਹੈ, ਹਰ ਕੋਈ ਇਹ ਕਹਿੰਦਾ ਹੈ ਕਿ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ। ਇੱਕ ਜਗ੍ਹਾ ਦੇ ਉੱਤੇ ਇੱਕ ਕਾਨਫਰੰਸ ਹੋਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ ਸੀ, ਕਾਫੀ
ਤਿੰਨ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਕਰ ਰਹੀ ਹਾਂ। ਉਸ ਕਾਨਫਰੰਸ ਦੇ ਵਿੱਚ ਵੀ ਹਰ ਕੋਈ ਇਹੋ ਹੀ ਕਹਿ ਰਿਹਾ ਸੀ ਕਿ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਕਿ ਮੈਂ ਜਨੇਊ ਨਹੀਂ ਪਾਉਣਾ। ਜਿਹੜੇ ਲੋਕ ਪਾਕਿਸਤਾਨ ਜਿਹੜਾ ਮਿਊਜ਼ੀਅਮ ਹੈ ਮਹਾਰਾਜਾ ਰਣਜੀਤ ਸਿੰਘ ਦਾ, ਉਸਨੂੰ ਦੇਖਣ ਗਏ, ਉਹਨੇ ਉੱਪਰਲੀ ਮੰਜ਼ਿਲ ਉੱਪਰ ਇੱਕ ਬਹੁਤ ਵੱਡੀ ਤਸਵੀਰ ਲੱਗੀ ਹੋਈ ਹੈ। ਉੱਥੇ ਵੀ ਪੰਡਿਤ ਜਿਹੜਾ ਨਾ ਪਾਂਡਾ ਹਰਦਿਆਲ ਸਤਿਗੁਰਾਂ ਨੂੰ ਇੱਕ ਧਾਗਾ ਜਿਹਾ ਦਿਖਾ ਰਿਹਾ, ਇਹ ਕਹਿ ਕੇ ਕਿ ਜਨੇਊ ਹੈ ਔਰ ਪਾਤਸ਼ਾਹ ਨੇ ਕਮੀਜ਼ ਉਤਾਰੀ ਹੋਈ ਹੈ, ਕਿਉਂਕਿ ਜਨੇਊ ਪਹਿਨਣ ਤੋਂ ਪਹਿਲਾਂ ਕਮੀਜ਼ ਉਤਾਰ ਦਿੱਤੀ ਜਾਂਦੀ ਹੈ। ਤਾਂ ਸਤਿਗੁਰ ਨੇ ਕਮੀਜ਼ ਉਤਾਰ ਦਿੱਤੀ ਕਿ ਸ਼ਾਇਦ ਇਹ ਮੈਨੂੰ ਜਨੇਊ ਪਵਾਏਗਾ। ਲੇਕਿਨ ਜਿਸ ਵਕਤ ਪਾਤਸ਼ਾਹ ਨੇ ਦੇਖਿਆ ਕਿ ਇਹ ਤਾਂ ਕੋਈ ਧਾਗਾ ਲੈ ਕੇ ਆ ਗਿਆ, ਤਾਂ ਸਤਿਗੁਰ ਕਹਿਣ ਲੱਗੇ ਇਹ ਕੀ ਹੈ? ਉਹ ਕਹਿਣ ਲੱਗਾ ਇਹ ਜਨੇਊ ਹੈ। ਹੁਣ ਅਗਲਾ ਪ੍ਰਸ਼ਨ ਹੈ ਕਿ ਕੀ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਹੈ? ਹਰ ਕੋਈ ਇਹ ਕਹਿ ਰਿਹਾ ਸੀ ਉਸ ਕਾਨਫਰੰਸ ਦੇ ਵਿੱਚ ਵੀ ਕਿ ਸਾਹਿਬ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਔਰ ਜਿਸ ਵਕਤ ਮੇਰੀ ਵਾਰੀ ਆਈ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਜੇ ਪਾਤਸ਼ਾਹ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੰਦੇ ਤਾਂ ਬੇਪਰ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ। ਜੇ ਸਾਹਿਬ ਪਾਤਸ਼ਾਹ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੰਦੇ ਤਾਂ ਬ੍ਰਾਹਮਣ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ਗੱਲ ਆਏਗਾ ਹੀ ਹੋ ਜਾਣੀ ਸੀ। ਚਲੋ ਨਾ ਕਰ ਦਿੱਤੀ, ਨਹੀਂ ਪਾਇਆ, ਲੋਕਾਂ ਨੇ ਕਹਿਣਾ ਸੀ ਕਿ ਬੱਚਾ ਹੈ ਜੀ, ਚਲੋ 9 ਵਰੇ ਦਾ ਇਹ ਪਾਤਸ਼ਾਹ ਦੀ ਆਜੂ, ਉਸ ਵਕਤ ਬਹੁਤ ਛੋਟੀ ਹੈ, ਬਹਾਨਾ ਬਣਾ ਲੈਣਾ ਸੀ ਪੇਪਰ ਨੇ ਕਿ ਜੇ ਬੱਚਾ ਹੈ ਜੀ, ਜਿੱਦ ਕਰ ਰਿਹਾ ਜੀ, ਨਹੀਂ ਪਾਉਣਾ, ਚਲੋ ਗੱਲ ਮੁੱਕ ਜਾਣੀ ਸੀ, ਖਤਮ ਹੋ ਜਾਣੀ ਸੀ ਗੱਲ। ਅਗਰ ਸਤਿਗੁਰ ਪਾਤਸ਼ਾਹ ਇਨਕਾਰ ਕਰ ਦਿੰਦੇ ਤਾਂ ਗੱਲ ਖਤਮ ਹੋ ਜਾਣੀ ਸੀ। ਹੁਣ ਬਿਪਰ ਨੂੰ ਤਕਲੀਫ ਕਿਸ ਵਕਤ ਹੋਈ? ਬ੍ਰਾਹਮਣ ਨੂੰ ਤਕਲੀਫ ਉਸ ਵਕਤ ਹੋਈ ਜਿਸ ਵਕਤ ਸਤਿਗੁਰ ਨੇ ਜਨੇਊ ਦੀ ਸਹੀ ਪਰਿਭਾਸ਼ਾ ਮਿਥ ਕੇ ਸਾਡੇ ਸਾਹਮਣੇ ਰੱਖ ਦਿੱਤੀ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ ਜਨੇਊ ਪਹਿਨਣ ਤੋਂ ਇਨਕਾਰ ਕਰ ਰਿਹਾ। ਪਾਤਸ਼ਾਹ ਕਹਿੰਦੇ ਹੈ ਪਾਂਡੇ ਤੇਰੇ ਪਾਸ ਤਾਂ ਮੈਂ ਪਹਿਨਣ ਲਈ ਤਿਆਰ ਹਾਂ, ਲੇਕਿਨ ਕਿਹੜਾ ਜਨੇਊ? ਹੁਣ ਸਤਿਗੁਰ ਨੇ ਇੱਕ ਪਰਿਭਾਸ਼ਾ ਦੇ ਦਿੱਤੀ। ਕਿਉਂ? ਕਿਉਂਕਿ ਗੁਰਮਤ ਦੇ ਵਿੱਚ ਹਰ ਚੀਜ਼ ਦੀ ਇੱਕ ਪਰਿਭਾਸ਼ਾ ਮਿਥ ਦਿੱਤੀ ਹੈ ਸਤਿਗੁਰ ਨੇ। ਤੀਰਥ ਦੀ ਵੀ ਪਰਿਭਾਸ਼ਾ ਹੈ, ਵਰਤ ਦੀ ਵੀ ਪਰਿਭਾਸ਼ਾ ਹੈ, ਦੇਵਤੇ ਦੀ ਵੀ ਪਰਿਭਾਸ਼ਾ ਹੈ, ਜਪ ਮਾਲੀ ਦੀ ਵੀ ਪਰਿਭਾਸ਼ਾ ਹੈ। ਸਾਰੀਆਂ ਗੱਲਾਂ ਆਪਾਂ ਅੱਜ ਕਲੀਅਰ ਕਰਾਂਗੇ। ਹੁਣ ਜਿਸ ਵਕਤ ਉਸਨੇ ਕਿਹਾ ਕਿ ਸਤਿਗੁਰ ਜਨੇਊ ਪਾਓ, ਪਾਤਸ਼ਾਹ ਕਹਿਣ ਲੱਗੇ ਜਨੇਊ ਲਿਆਓ, ਉਹ ਇੱਕ ਧਾਗਾ ਜਿਹਾ ਲੈ ਕੇ ਆ ਗਿਆ। ਸਤਿਗੁਰ ਕਹਿਣ ਲੱਗੇ ਇਹ ਕੀ ਹੈ? ਕਹਿੰਦਾ ਜੀ ਜਨੇਊ ਹੈ। ਪਾਤਸ਼ਾਹ ਕਹਿਣ ਲੱਗੇ ਧਾਗਾ ਹੈ, ਇਹ ਜਨੇਊ ਨਹੀਂ ਹੈ। ਔਰ ਜਿਹੜਾ ਇਹ ਤੇਰਾ ਧਾਗਾ ਹੈ ਨਾ, ਇਹ ਵੀ ਧਰਮ ਦੇ ਵਿੱਚ ਵਿਤਕਰਾ ਕਰਨ ਵਾਲਾ ਧਾਗਾ ਹੈ, ਕਿਉਂਕਿ ਜਿਹੜਾ ਬ੍ਰਾਹਮਣ ਦਾ ਜਨੇਊ ਹੁੰਦਾ ਉਹ 3 ਸੂਤਰ ਦਾ ਹੁੰਦਾ, ਖੱਤਰੀ ਦਾ ਜਿਹੜਾ ਜਨੇਊ ਹੁੰਦਾ ਉਹ 2 ਸੂਤਰ ਦਾ ਹੁੰਦਾ, ਵੈਸ਼ ਦਾ ਜਿਹੜਾ ਜਨੇਊ ਹੁੰਦਾ ਉਹ 1 ਸੂਤਰ ਦਾ ਹੁੰਦਾ, ਔਰ ਜਿਸ ਨੂੰ ਆਪਾਂ ਲੋ ਕਾਸਟ ਕਹਿੰਦੇ ਹਾਂ, ਜਿਹਨੂੰ ਪਾਤਸ਼ਾਹ ਨੇ ਕਿਹਾ ਨੀਚਾ ਅੰਦਰ ਨੀਚ ਜਾਤ, ਉਸ ਨੂੰ ਜਨੇਊ ਪਹਿਨਣ ਦਾ ਹੱਕ ਹੀ ਨਹੀਂ, ਯਾਨੀ ਕਿ ਦਲਿਤ ਨੂੰ ਜਨੇਊ ਪਹਿਨਣ ਦਾ ਹੱਕ ਨਹੀਂ ਸੀ, ਉਹ ਨਹੀਂ ਪਾ ਸਕਦਾ, ਸ਼ੂਦਰ ਜਨੇਊ ਨਹੀਂ ਸੀ ਪਾ ਸਕਦਾ। ਧਰਮ ਦੇ ਵਿੱਚ ਇੱਕ ਵਿਤਕਰਾ। ਹੁਣ ਸਾਹਿਬ ਪਾਤਸ਼ਾਹ ਕਹਿਣ ਲੱਗੇ ਕਿ ਇਹ ਧਾਗਾ ਹੈ, ਅਤੇ ਫਿਰ ਪੰਡਿਤ ਕਹਿਣ ਲੱਗਾ ਪਾਤਸ਼ਾਹ ਜੀ ਇਹ ਧਾਗਾ ਹੈ ਤਾਂ ਜਨੇਊ ਕਿਹੜਾ ਹੈ? ਸਤਿਗੁਰ ਕਹਿਣ ਲੱਗੇ ਇਹ ਤੇਰਾ ਧਾਗਾ ਜਿਸਮ 'ਤੇ ਪਾਇਆ ਜਾਏਗਾ, ਮੈਂ ਜਿਹੜਾ ਤੈਨੂੰ ਜਨੇਊ ਦੀ ਪਰਿਭਾਸ਼ਾ ਦੱਸਦਾ ਉਹ ਆਤਮਾ 'ਤੇ ਪਾਈ ਜਾਏਗੀ, ਅਤੇ ਜੇ ਤੇਰੇ ਪਾਸ ਉਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ ਲਿਆ, ਮੈਂ ਪਹਿਨਣ ਲਈ ਤਿਆਰ ਹਾਂ। ਉਹ ਕਿਹੜਾ ਜਨੇਊ ਹੈ? ਦਇਆ ਕਪਾਹ, ਜਿਹਦੀ ਕਪਾਹ ਦਇਆ ਦੀ ਬਣੀ ਹੋਵੇ, ਸੰਤੋਖ ਸੂਤ, ਜਿਹਦਾ ਸੂਤ ਸੰਤੋਖ ਦਾ ਬਣਿਆ ਹੋਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਜੇ ਤੇਰੇ ਪਾਸ ਇਹ ਜਨੇਊ ਹੈ ਤਾਂ ਪਾਂਡੇ ਲਿਆ। ਅਤੇ ਹੁਣ ਤੁਸੀਂ ਆਪ ਫੈਸਲਾ ਕਰ ਲਿਓ ਔਰ ਮੈਨੂੰ ਦੱਸ ਦਿਓ ਕਿ ਸਤਿਗੁਰ ਨੇ ਇਨਕਾਰ ਕੀਤਾ ਕਿ ਪਾਤਸ਼ਾਹ ਨੇ ਇਕਰਾਰ ਕੀਤਾ ਹੈ? ਜੇ ਇਨਕਾਰ ਕੀਤਾ ਤਾਂ ਦੱਸ ਦਿਓ, ਇਨਕਾਰ ਤਾਂ ਕਿਤੇ ਵੀ ਨਹੀਂ ਹੈ।
ਬਲਕਿ ਇਕਰਾਰ ਹੈ ਜੇ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਜੇ ਪਾਂਡੇ ਤੇਰੇ ਪਾਸ ਇਹ ਜਨੇਊ ਹੈ ਤਾਂ ਕੱਤ ਲਿਆ ਪਾ, ਮੈਂ ਪਾਉਣ ਲਈ ਤਿਆਰ ਹਾਂ। ਕਿਉਂਕਿ ਤੇਰਾ ਧਾਗਾ ਟੁੱਟ ਜਾਏਗਾ ਤੇ ਮੇਰਾ ਜਨੇਊ ਨਾ ਇਹ ਟੁੱਟੇ, ਕਿਉਂਕਿ ਤੇਰੇ ਧਾਗੇ ਨੂੰ ਮੈਲ ਲੱਗ ਜਾਏਗੀ ਨਾ ਮਲ ਲੱਗੇ, ਮੇਰੇ ਜਨੇ ਨੂੰ ਮੈਲ ਵੀ ਨਹੀਂ ਲੱਗੇਗੀ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਤੇਰਾ ਧਾਗਾ ਜਲ ਜਾਏਗਾ ਨਾ ਇਹ ਜਲੇ ਨਾ ਜਾਏ, ਧਨ ਸੁਮਾਨਸ ਨਾਨਕਾ। ਸਤਿਗੁਰ ਕਹਿੰਦੇ ਜਿਹੜਾ ਮੇਰਾ ਜਨੇ ਪਾਲੇਗਾ ਨਾ ਉਸ ਨੂੰ ਸਹੀ ਮਹੀਨੇ ਵਿੱਚ ਧਰਮ ਸਮਝ ਲੱਗੇਗਾ, ਉਹ ਫਿਰ ਗੁਰਦੁਆਰੇ ਆ ਕੇ ਕਿਰਪਾਨਾ ਨਹੀਂ ਚਲਾਏਗਾ, ਕਿਵਾਂ ਕਰਨੀ, ਉਹ ਫਿਰ ਸਾਹਿਬ ਪਾਤਸ਼ਾਹ ਦੇ ਹਜ਼ੂਰ ਆ ਕੇ ਧਮਕੀਆਂ ਨਹੀਂ ਦੇਵੇਗਾ ਕਿ ਜੇ ਮੈਂ ਤੇਰੇ ਵਿਚਾਰ ਦੇ ਨਾਲ ਸਹਿਮਤ ਨਹੀਂ ਤਾਂ ਮੈਂ ਤੇਰੀ ਧੋਣ ਲੱਦਾਂਗਾ, ਜੇ ਤੇਰੀ ਮੈਂ ਪੱਗ ਲੱਦਾਂਗਾ, ਐਸਾ ਨਹੀਂ ਕਹੇਗਾ। ਜੇ ਉਹਦੇ ਕੋਲ ਸਹੀ ਮਹੀਨੇ ਵਿੱਚ ਆਤਮਾ ਦੇ ਉੱਤੇ ਪਾਇਆ ਹੋਇਆ ਦਇਆ ਦੀ ਕਪਾਹ ਦਾ ਬਣਿਆ ਹੋਇਆ ਸੰਤੋਖ ਦੇ ਸੂਤਰ ਦਾ ਬਣਿਆ ਹੋਇਆ ਜੇ ਐਸਾ ਜਨੇਊ ਉਸਨੇ ਜੋ ਸਤਿਗੁਰ ਨਾਨਕ ਨੇ ਸਾਨੂੰ, ਕਿਉਂਕਿ ਪਾਤਸ਼ਾਹ ਨੇ ਪਰਿਭਾਸ਼ਾ ਦੇ ਦਿੱਤੀ ਔਰ ਬਿਪਰ ਨੂੰ ਇਹ ਫਿਕਰ ਪੈ ਗਿਆ ਕਿਉਂਕਿ ਹੁਣ ਪਰਿਭਾਸ਼ਾ ਦੇ ਉੱਤੇ ਅਮਲ ਹੋਏਗਾ ਔਰ ਇਹ ਪਰਿਭਾਸ਼ਾ ਤਾਂ ਉਮਰ ਚੱਲੇਗੀ। ਜੇ ਇਨਕਾਰ ਕਰ ਦਿੰਦੇ ਤਾਂ ਗੱਲ ਆਈ ਗਈ ਹੋ ਜਾਣੀ ਸੀ, ਕੋਈ ਨਹੀਂ ਜੀ ਬੱਚਾ ਹੈ, ਇਨਕਾਰ ਕਰ ਦਿੱਤਾ। ਸਤਿਗੁਰ ਨੇ ਤਾਂ ਪਰਿਭਾਸ਼ਾ ਮਿੱਥ ਦਿੱਤੀ, ਇੱਕ ਡੈਫੀਨੇਸ਼ਨ ਦੇ ਦਿੱਤੀ ਔਰ ਡੈਫੀਨੇਸ਼ਨ ਦੇ ਕੇ ਫਿਰ ਪਾਤਸ਼ਾਹ ਨੇ ਉਸ ਨੂੰ ਸਮਝਾ ਦਿੱਤਾ ਕਿ ਆਹ ਜਨੇਊ ਹੈ। ਕਿਉਂਕਿ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਤੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਗੱਲ ਤੋਂ ਇਨਕਾਰ ਨਹੀਂ ਕਰ ਰਹੇ, ਬਲਕਿ ਇਕਰਾਰ ਕਰਕੇ ਹਰ ਚੀਜ਼ ਦੀ ਪਰਿਭਾਸ਼ਾ ਦੇ ਰਹੇ ਹੈ ਔਰ ਉਹ ਪਰਿਭਾਸ਼ਾ ਨੂੰ ਨਿਭਾਉਣਾ ਹੀ ਸਿੱਖੀ ਹੈ, ਉਸ ਪਰਿਭਾਸ਼ਾ ਦੇ ਉੱਪਰ ਚੱਲਣਾ, ਉਸ ਸਿਧਾਂਤ ਉੱਪਰ ਚੱਲਣਾ ਹੀ ਸਿੱਖੀ ਹੈ ਔਰ ਸਤਿਗੁਰ ਨੇ ਉਹ ਸਿੱਖੀ ਸਾਨੂੰ ਦਿੱਤੀ ਜਿਸ ਵਿੱਚ ਧਰਮ ਦਾ ਚੱਲਣ ਹੈ, ਪਾਖੰਡ ਨਹੀਂ ਹੈ, ਕਰਮਕਾਂਡ ਨਹੀਂ ਹੈ ਔਰ ਕਰਮਕਾਂਡਾਂ ਤੋਂ ਰਹਿਤ ਹੋ ਕੇ ਜਿਸ ਵਕਤ ਆਪਾਂ, ਕਿਉਂਕਿ ਅਫਸੋਸ ਇਹ ਹੋਇਆ ਕਿ ਲੋਕਾਂ ਨੇ ਕਰਮਕਾਂਡ ਨੂੰ ਧਰਮ ਸਮਝ ਲਿਆ ਔਰ ਕਰਮਕਾਂਡ ਨੂੰ ਧਰਮ ਸਮਝਣ ਵਾਲੇ ਲੋਕ ਦੋ ਕਿਸਮ ਦੀ ਗੁਲਾਮੀ ਉਸ ਵਕਤ ਝੇਲ ਰਹੇ ਨੇ, ਦੋ ਕਿਸਮ ਦੀ ਗੁਲਾਮੀ। ਇੱਕ ਗੁਲਾਮੀ ਵਕਤ ਦੇ ਹਾਕਮਾਂ ਦੀ ਹੈ ਜਿਹਨਾਂ ਨੂੰ ਆਪਾਂ ਮੁਗਲ ਹਾਕਮ ਕਹਿੰਦੇ ਹਾਂ, ਇੱਕ ਗੁਲਾਮੀ ਤੀਨੇ ਉਜਾੜੇ ਕਾ ਬੰਦ, ਇਹਨਾਂ ਦੀ ਵੀ ਗੁਲਾਮੀ ਹੈ ਧਰਮ ਦੇ ਪੱਖੋਂ, ਇਹ ਵੀ ਲੋਕਾਂ ਨੂੰ ਆਪਣੇ ਕਰਮ ਕਾਂਡਾਂ ਦੇ ਵਿੱਚ ਗੁਲਾਮ ਕਰ ਰਹੇ ਨੇ। ਹੁਣ ਪਹਿਲੀ ਗੱਲ, ਮੁਗਲਾਂ ਦੇ ਹੱਥੋਂ ਗੁਲਾਮ ਹੋਇਆ ਮਨੁੱਖ ਕਦੋਂ ਦਾ ਗੁਲਾਮ ਚੱਲਿਆ ਆ ਰਿਹਾ, 6ਵੀਂ ਸਦੀ ਵਿੱਚ ਇਸਲਾਮ ਸ਼ੁਰੂ ਹੋਇਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ, ਤੁਸੀਂ ਬੇਸ਼ੱਕ ਆਪ ਵੀ ਇੰਟਰਨੈਟ ਖੋਲ੍ਹ ਕੇ ਦੇਖ ਲੈਣਾ, ਅੱਜ ਕੱਲ੍ਹ ਤਾਂ ਹਰ ਚੀਜ਼ ਦੀ ਖੋਜ ਕਰਨੀ ਬੜੀ ਆਸਾਨ ਹੈ। 1963 ਕੋਈ ਜ਼ਿਆਦਾ ਪੁਰਾਣਾ ਸਾਲ ਨਹੀਂ ਹੈ, UNO ਦੇ ਵਿੱਚ ਇੱਕ ਕੇਸ ਪਲੀਡ ਹੋ ਰਿਹਾ ਸੀ ਕਿ ਪਾਕਿਸਤਾਨ ਔਰ ਹਿੰਦੁਸਤਾਨ ਇਹ ਦੋਨੋਂ ਦਾਅਵਾ ਕਰ ਰਹੇ ਸਨ ਕਸ਼ਮੀਰ ਉੱਪਰ, ਜਿਹੜਾ ਅੱਜ ਵੀ ਹੈ, ਅੱਜ ਵੀ ਇਹ ਝਗੜਾ ਹੈ। ਕਸ਼ਮੀਰ ਕਹਿੰਦਾ ਪਾਕਿਸਤਾਨ ਮੇਰਾ ਹੈ, ਪਾਕਿਸਤਾਨ ਕਹਿੰਦਾ ਕਸ਼ਮੀਰ ਮੇਰਾ ਹੈ, ਹਿੰਦੁਸਤਾਨ ਕਹਿੰਦਾ ਕਸ਼ਮੀਰ ਮੇਰਾ, ਅੱਜ ਵੀ ਇਹ ਝਗੜਾ ਹੈ। 1963 ਵਿੱਚ ਇਹ ਕੇਸ ਪਲੀਡ ਹੋ ਰਿਹਾ ਸੀ UNO ਦੇ ਵਿੱਚ, ਜਿੱਥੇ ਫੈਸਲਾ ਹੋਣਾ ਸੀ ਪਾਕਿਸਤਾਨ ਵੱਲੋਂ। ਪਾਕਿਸਤਾਨ ਦਾ ਉਸ ਵਕਤ ਦਾ ਜਿਹੜਾ ਵਿਦੇਸ਼ ਮੰਤਰੀ ਸੀ, ਜਿਹੜਾ ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਬਣਿਆ, ਜ਼ੁਲਫਿਕਾਰ ਅਲੀ ਭੁੱਟੋ, ਉਹ ਗਿਆ ਹੋਇਆ ਸੀ। ਹਿੰਦੁਸਤਾਨ ਵੱਲੋਂ ਹਿੰਦੁਸਤਾਨ ਦਾ ਉਸ ਵਕਤ ਦਾ ਵਿਦੇਸ਼ ਮੰਤਰੀ ਸਵਰਨ ਸਿੰਘ ਗਿਆ ਹੋਇਆ ਸੀ, ਆਪਾਂ ਸਾਰੇ ਜਾਣਦੇ। ਹੁਣ ਦੇਖਣਾ ਉੱਥੇ ਗੱਲ ਕੀ ਹੋਈ, ਸਾਰੀ ਇੰਟਰਨੈਟ ਦੇ ਉੱਤੇ ਹੈ, ਪਾ ਕੇ ਦੇਖ ਲੈਣਾ। ਉੱਥੇ ਗੋਲ ਮੇਜ਼ ਦੇ ਉੱਤੇ ਹੱਥ ਮਾਰ ਕੇ ਭੁੱਟੋ ਨੇ ਕਿਹਾ, ਜ਼ੁਲਫੀਕਾਰ ਉਲ ਭੁੱਟੋ ਨੇ ਕਿਹਾ, ਕਹਿੰਦਾ ਵੀ ਰੂਲਡ ਆਊਟ ਅਪੋਨ ਦੀਸ ਇੰਡੀਅਨ ਡੋਗਸ, ਕਹਿੰਦਾ ਸੀ ਇਹਨਾਂ ਹਿੰਦੁਸਤਾਨੀ ਕੁੱਤਿਆਂ 'ਤੇ ਰਾਜ ਕੀਤਾ ਹੈ। ਔਰ ਸਵਰਨ ਸਿੰਘ ਜਵਾਬ ਨਹੀਂ ਦੇ ਸਕਿਆ, ਸਿਰਫ ਬਾਈਕਾਟ ਕਰਕੇ ਆ ਗਿਆ ਉਸ ਮੀਟਿੰਗ ਦਾ, ਬਾਈਕਾਟ ਕਰਕੇ ਬਾਹਰ ਆ ਗਿਆ ਜਦੋਂ ਉਹਨੇ ਇਹ ਕਿਹਾ ਕਿ ਵੀ ਰੂਲਡ ਆਊਟ ਅਪੋਨ ਦੀਸ ਇੰਡੀਅਨ ਡੋਗਸ ਐਂਡ ਹਾਊ ਡੇਅਰ ਦੇ
ਅੱਜ ਕਿਸ ਤਰ੍ਹਾਂ ਉਹ ਹਿੰਮਤ ਕਰ ਰਹੇ ਨੇ ਸਾਡੇ ਅੱਗੇ ਬੋਲਣ ਦੀ। ਹੁਣ ਖਿਮਾ ਕਰਨੀ, ਭੁੱਟੋ ਗਲਤ ਨਹੀਂ ਸੀ ਕਹਿ ਰਿਹਾ, ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ 6ਵੀਂ ਸਦੀ ਵਿੱਚ ਇਸਲਾਮ ਸ਼ੁਰੂ ਹੋਇਆ ਔਰ 712 ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ, ਜਿਹੜਾ ਕਿ ਖਲੀਫਾ ਬਗਦਾਦ ਦਾ ਜਰਨੈਲ ਸੀ, ਮੁਹੰਮਦ ਬਿਨ ਕਾਸਿਮ ਨੇ ਸਭ ਤੋਂ ਪਹਿਲਾਂ ਹਮਲਾ ਹਿੰਦੁਸਤਾਨ 'ਤੇ ਕੀਤਾ ਹੈ 712 ਦੇ ਵਿੱਚ। 712 ਤੋਂ ਲੈ ਕੇ 1469 ਤੱਕ 856 ਵਰੇ ਬਣਦੇ ਨੇ। ਉਹ ਕਹਿ ਰਹੇ ਸੀ ਕਿ ਅਸੀਂ 800 ਸਾਲ ਇਹਨਾਂ ਉੱਪਰ ਰਾਜ ਕੀਤਾ ਹੈ। ਮੁਗਲਾਂ ਨੇ 6ਵੀਂ ਸਦੀ ਵਿੱਚ ਜਦੋਂ ਇਸਲਾਮ ਸ਼ੁਰੂ ਹੋਇਆ 712 ਤੋਂ ਲੈ ਕੇ 1469 ਤੱਕ 64 ਹਮਲੇ ਹਿੰਦੁਸਤਾਨ ਦੇ ਉੱਤੇ ਮੋਟੇ ਮੋਟੇ ਕੀਤੇ ਨੇ। ਗੁਲਾਮ ਸੁਬਕੁਤਗੀਨ ਨੇ 3 ਹਮਲੇ ਕੀਤੇ ਨੇ, ਗੁਲਾਮ ਅਲਪਤਗੀਨ ਨੇ 1 ਹਮਲਾ ਕੀਤਾ ਹੈ, ਮੰਗੋਲਾ ਨੇ 25 ਹਮਲੇ ਕੀਤੇ ਨੇ, ਮੁਹੰਮਦ ਗੌਰੀ ਨੇ 17 ਹਮਲੇ ਕੀਤੇ ਨੇ, ਮਹਿਮੂਦ ਗਜ਼ਨਵੀ ਨੇ 10 ਹਮਲੇ ਕੀਤੇ ਨੇ, ਬਾਬਰ ਨੇ 5 ਹਮਲੇ ਹਿੰਦੁਸਤਾਨ 'ਤੇ ਕੀਤੇ ਨੇ। 712 ਤੋਂ ਲੈ ਕੇ 1469 ਤੱਕ ਆਪ ਅੰਦਾਜ਼ਾ ਲਗਾ ਲੈਣਾ ਕਿ ਇਹਨਾਂ 8 ਸਦੀਆਂ ਦੇ ਦੌਰਾਨ ਕੋਈ ਇੱਕ ਵੀ ਐਸਾ ਮਾਇਕਾ ਲਾਲ ਪੈਦਾ ਨਹੀਂ ਹੋਇਆ ਜਿਹੜਾ ਵਕਤ ਦੇ ਹਾਕਮ ਨੂੰ ਜ਼ਾਬਰ ਕਹਿ ਸਕੇ। ਆਖਿਰ ਫਿਰ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਸਨ, ਜਿਸ ਦੇ ਲਈ ਇਕਬਾਲ ਕਹਿੰਦਾ ਨਾ, ਮੁਹੰਮਦ ਇਕਬਾਲ ਕੇ ਫਿਰ ਉੱਠੀ ਆਖਿਰ ਸਦਾ ਤੋਹੀਦ ਕੀ, ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਕਾਮਲ ਨੇ ਖਾਬ ਸੀ। ਇਹ ਖਾਬ ਕਿਹੜਾ ਸੀ? ਗੁਲਾਮੀ ਦਾ ਖਾਬ ਸੀ। ਗੁਲਾਮੀ ਨੂੰ ਹਿੰਦੁਸਤਾਨੀਆਂ ਨੇ ਆਪਣਾ ਮੁਕੱਦਰ ਸਮਝ ਲਿਆ ਸੀ ਕਿ ਇਹੀ ਸਾਡਾ ਮੁਕੱਦਰ ਹੈ। ਉਹ ਗੁਲਾਮੀ ਦੀ ਗਫਲਤ ਦੀ ਨੀਂਦ ਸੌਂ ਗਏ ਸਨ। ਸਰਦਾਰ ਸਵਰਨ ਸਿੰਘ ਕੇਵਲ ਬਾਈਕਾਟ ਕਰਕੇ ਆ ਗਿਆ, ਜਵਾਬ ਨਾ ਦੇ ਸਕਿਆ, ਲੇਕਿਨ ਇਸ ਦਾ ਜਵਾਬ ਫਿਰ ਦਿੱਤਾ ਗੋਕਲ ਚੰਦ ਨਾਰੰਗ ਨੇ ਆਪਣੀ ਪੁਸਤਕ ਲਿਖੀ ਐਵੋਲੂਸ਼ਨ ਆਫ ਖਾਲਸਾ। ਹੁਣ ਉਸ ਦੇ ਵਿੱਚੋਂ ਕੀ ਲਿਖਦਾ ਹੈ? ਕਹਿੰਦਾ, ਆਫਟਰ ਸੈਂਚਰੀਜ਼ ਆਫ ਸਬਜੈਕਸ਼ਨ ਗੁਰੂ ਨਾਨਕ ਵਾਜ ਦਾ ਫਸਟ ਅਮੰਗ ਇੰਡੀਅਨਸ। ਸੈਂਚਰੀਜ਼ ਭਾਵ ਸਦੀਆਂ, ਆਫਟਰ ਸੈਂਚਰੀਜ਼ ਆਫ ਸਬਜੈਕਸ਼ਨ, ਸਬਜੈਕਸ਼ਨ ਭਾਵ ਕਿਸੇ ਨੂੰ ਤੜਫਾਉਣ ਤੋਂ ਬਾਅਦ, ਕਿਉਂਕਿ ਮੁਗਲ ਆਉਂਦੇ ਸਨ, ਹਿੰਦੂਆਂ ਦੇ ਮੰਦਰ ਲੁੱਟ ਕੇ ਲੈ ਜਾਂਦੇ ਸਨ, ਇਹਨਾਂ ਦੀਆਂ ਕੰਨਿਆਵਾਂ ਨੂੰ ਲੁੱਟ ਕੇ ਲੈ ਜਾਂਦੇ ਸਨ। ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਦੇ ਹਾਂ ਆਪ ਜੀ ਨੂੰ, ਮੇਰੇ ਪਾਸ ਸਬੂਤ ਹੈ ਮੇਰੇ ਫੋਨ ਦੇ ਵਿੱਚ ਕਿ ਜਿਸ ਵਕਤ ਅੰਗਰੇਜ਼ ਨੇ ਭਾਰਤ ਉੱਪਰ ਕਬਜ਼ਾ ਕੀਤਾ ਨਾ ਹਿੰਦੁਸਤਾਨ ਦੇ ਉੱਤੇ, ਤਾਂ ਉਸ ਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਕਿ ਸਾਰੀਆਂ ਹਿੰਦੁਸਤਾਨ ਦੀਆਂ ਜਿੰਨੀਆਂ ਪ੍ਰਜਾਤੀਆਂ ਸਨ ਨਾ, ਉਹਨਾਂ ਦੇ ਬਾਰੇ ਉਸਨੇ ਅਧਿਐਨ ਕੀਤਾ। ਔਰ ਜਿਸ ਵਕਤ ਉਹਨਾਂ ਨੇ ਅਧਿਐਨ ਕੀਤਾ ਨਾ, ਤਾਂ ਉਸ ਅਧਿਐਨ ਦੇ ਵਿੱਚ ਕੀ ਅਧਿਐਨ ਕੀਤਾ? ਇਹ 1863 ਦੇ ਵਿੱਚ ਇੱਕ ਮੀਟਿੰਗ ਹੋਈ ਹੈ, ਉਸ ਮੀਟਿੰਗ ਦਾ ਬਿਊਰਾ ਮੇਰੇ ਪਾਸ ਹੈ, ਕਿਸੇ ਨੇ ਲੈਣਾ ਤਾਂ ਮੈਂ ਦੇ ਦੇਣਾ। ਉਸ ਦੇ ਵਿੱਚ ਉਹਨਾਂ ਨੂੰ ਅਧਿਐਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਅਹਿਸਾਸ ਹੋਇਆ ਉਹ ਇਸ ਗੱਲ ਦਾ ਹੋਇਆ ਕਿ ਅਗਰ ਸਾਡੇ ਰਸਤੇ ਵਿੱਚ ਕੋਈ ਰੁਕਾਵਟ ਬਣ ਸਕਦਾ ਹੈ ਤਾਂ ਉਹ ਕੇਵਲ ਸਿੱਖ ਨੇ, ਅਗਰ ਸਾਡੇ ਪ੍ਰਤੀ ਹਿੰਦੁਸਤਾਨੀਆਂ ਦੀ ਗੁਲਾਮੀ ਦੇ ਲਈ ਕੋਈ ਆਵਾਜ਼ ਚੁੱਕ ਸਕਦਾ ਹੈ ਤਾਂ ਕੇਵਲ ਸਿੱਖ ਨੇ, ਕਿਉਂਕਿ ਉਹਨਾਂ ਨੇ ਸਿੱਖਾਂ ਦਾ ਇਤਿਹਾਸ ਦੇਖਿਆ। ਅਤੇ ਫਿਰ ਜਿਹੜੀ 1863 ਦੀ ਮੀਟਿੰਗ ਹੋਈ ਉਸ ਦੇ ਵਿੱਚ ਕਈ ਸਿੱਖ ਬੈਠੇ ਔਰ ਉਸ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਮਤਾ ਪਾਸ ਕਰ ਦਿੱਤਾ ਗਿਆ ਜਿਹੜਾ ਬਾਅਦ ਦੇ ਵਿੱਚ 1920 ਦੇ ਵਿੱਚ ਆ ਕੇ ਗੁਰਦੁਆਰਾ ਐਕਟ ਦੇ ਲਈ ਤਿਆਰ ਕੀਤਾ ਖਰੜਾ ਸੀ, 1925 ਵਿੱਚੋਂ ਪਾਸ ਕਰ ਦਿੱਤਾ ਗਿਆ। ਇਹ ਕਹਿ ਕੇ ਜਿਹੜਾ ਅੱਜ ਵੀ ਚੱਲ ਰਿਹਾ ਕਿ ਅਕਾਲ ਤਖਤ ਸਾਹਿਬ ਦਾ ਸਰਬਰਾਹ, ਅਕਾਲ ਤਖਤ ਸਾਹਿਬ ਦਾ ਸਰਬਰਾਹ ਅੰਗਰੇਜ਼ਾਂ ਦੀ ਸਲਾਹ ਤੋਂ ਬਿਨਾਂ ਨਹੀਂ ਬਣਾਇਆ ਜਾਏਗਾ, ਇਹ ਤੀਸਰਾ ਮਤਾ ਸੀ ਜਿਹੜਾ ਉਸ ਦਿਨ ਪਾਸ ਕੀਤਾ ਗਿਆ। ਔਰ ਐਸਾ ਕਿਉਂ ਹੋਇਆ, ਐਸਾ ਕਿਉਂ ਹੋਇਆ? ਜਿਸ ਵਕਤ ਉਹਨਾਂ ਨੇ ਹਿਸਟਰੀ ਪੜ੍ਹੀ ਨਾ ਸਿੱਖਾਂ ਦੀ, ਤਾਂ ਸਿੱਖਾਂ ਦੀ ਹਿਸਟਰੀ ਦੇ ਵਿੱਚ ਆਇਆ ਕੀ? ਮੈਂ ਜਿਹੜੀ ਘਟਨਾ ਤੁਹਾਨੂੰ ਸੁਣਾਉਣ ਲੱਗਾ ਉਸ ਘਟਨਾ ਦੇ ਵਿੱਚ ਇੱਕ ਪਹਿਲੂ ਤੁਹਾਡੇ ਪਾਸੋਂ ਛੁਪਾਇਆ ਗਿਆ, ਇੱਕ ਤੱਥ ਤੁਹਾਡੇ ਪਾਸੋਂ ਛੁਪਾਇਆ ਗਿਆ। ਉਹ ਤੱਥ ਮੈਂ ਅੱਜ ਕਲੀਅਰ ਕਰਦਾ, ਜਿਸ ਤੱਥ ਨੂੰ ਤੁਸੀਂ ਇਤਿਹਾਸ ਦੇ ਵਿੱਚ ਫਰੋਲ ਕੇ ਦੇਖ ਸਕਦੇ ਹੋ। ਅੱਜ ਵੀ ਅੱਜ ਤਾਂ ਰਿਸਰਚ ਕਰਨੀ ਕੋਈ ਮੁਸ਼ਕਲ ਹੈ ਹੀ ਨਹੀਂ ਹੈ। ਇਤਿਹਾਸ ਜਾਣਦੇ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ,
ਜਾਣਦੇ ਹੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਮੋਹਰਾਂ ਬਾਈ ਦੇ ਕੋਠੇ 'ਤੇ ਚਲੇ ਗਏ ਸਨ ਸ਼ਰਾਬ ਪੀ ਕੇ। ਸਜ਼ਾ ਹੋਈ ਸੀ, ਸਜ਼ਾ ਦੇਣ ਵਾਲਾ ਕੌਣ ਸੀ ਜਾਣਦੇ ਹਾਂ ਆਪਾਂ, ਅਕਾਲੀ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜਾਣਦੇ ਹਾਂ ਨਾ ਜੀ ਆਪਾਂ। ਸਜ਼ਾ ਕੀ ਹੋਈ ਸੀ? ਹੰਟਰ ਮਾਰਨ ਦੀ, ਕੋੜੇ ਮਾਰਨ ਦੀ। ਠੀਕ ਹੈ ਜੀ, ਇੱਥੋਂ ਤੱਕ ਤਾਂ ਕਲੀਅਰ ਹੈ ਨਾ ਗੱਲ। ਹੰਟਰ ਮਾਰਨ ਦੇ ਲਈ ਕੋਈ ਅੱਗੇ ਨਹੀਂ ਸੀ ਆਇਆ, ਕੋੜੇ ਮਾਰਨ ਦੇ ਲਈ ਕੋਈ ਅੱਗੇ ਨਹੀਂ ਸੀ ਆਇਆ, ਅਤੇ ਜਿਸ ਵਕਤ ਕੋੜੇ ਮਾਰਨ ਲਈ ਕੋਈ ਅੱਗੇ ਨਹੀਂ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥ ਵਿੱਚ ਕੋੜਾ ਪਕੜ ਲਿਆ, ਹੰਟਰ ਪਕੜ ਲਿਆ ਕਿ ਅਕਾਲ ਤਖਤ ਸਾਹਿਬ ਦੀ ਸਜ਼ਾ ਹੈ, ਇਸ ਕਰਕੇ ਇਹ ਮੈਂ ਬਜ਼ਾ ਫਰਮਾਵਾਂਗਾ। ਅਤੇ ਜਿਸ ਵਕਤ ਉਹਨਾਂ ਨੇ ਆਪਣੇ ਹੱਥ ਵਿੱਚ ਹੰਟਰ ਪਕੜਿਆ ਨਾ, ਤਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਹਨਾਂ ਦਾ ਹੱਥ ਪਕੜ ਲਿਆ, ਕਹਿਣ ਲੱਗੇ ਠੀਕ ਹੈ ਮੇਰੀ ਤਸੱਲੀ ਹੋ ਗਈ, ਬਸ ਮੇਰੀ ਸਜ਼ਾ ਪੂਰੀ ਹੋ ਗਈ, ਮੇਰੀ ਤਸੱਲੀ ਹੋ ਗਈ। ਅਗਲੀ ਗੱਲ ਜਿਹੜੀ ਤੁਹਾਡੇ ਤੋਂ ਛੁਪਾਈ ਗਈ ਉਹ ਸੁਣੋ, ਫਿਰ ਉਸ ਤੋਂ ਬਾਅਦ ਕੀ ਹੋਇਆ। ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿਣ ਲੱਗੇ ਮਹਾਰਾਜਾ ਸਾਹਿਬ ਮੈਂ ਅਰਦਾਸ ਕਰਨ ਲੱਗਾ, ਕਿਉਂਕਿ ਜਿਸ ਵਕਤ ਤੁਸੀਂ ਆਪਣੇ ਹੱਥ ਵਿੱਚ ਹੰਟਰ ਪਕੜਿਆ ਤਾਂ ਮੈਨੂੰ ਉਸ ਵਕਤ ਇੱਕ ਸਿੱਖ ਦੀ ਸ਼ਰਧਾ ਨਜ਼ਰ ਆਈ ਉਹਦੇ, ਕਿਉਂਕਿ ਧਰਮ ਸ਼ਰਧਾ ਦੇ ਨਾਲ ਨਿਭਦਾ ਹੈ। ਅੱਜ ਤੁਹਾਡੇ ਧਰਮ ਦੇ ਵਿੱਚ ਵਖਰੇਵੇ ਪਾਏ ਜਾ ਰਹੇ ਨਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਕਹਿ ਰਿਹਾ ਜੀ ਇਹ ਜਲ ਨਹੀਂ ਹੈ, ਕੋਈ ਕਹਿ ਰਿਹਾ ਪਾਣੀ ਹੈ ਜੀ, ਕੋਈ ਕੁਛ ਕਹਿ ਰਿਹਾ, ਇੱਕ ਸ਼ਰਧਾ ਤੋੜੀ ਜਾ ਰਹੀ ਹੈ। ਜੇ ਰਹਿੰਦੀ ਖੁੰਦੀ ਸ਼ਰਧਾ ਤਾਂ ਉਹ ਫਿਰ ਪੁੱਠੇ ਸਿੱਧੇ ਲੈਟਰ ਕੱਢ ਕੇ ਤੋੜੀ ਜਾਂਦੀ ਹੈ। ਔਰ ਅਫਸੋਸ ਦੀ ਗੱਲ ਕੀ ਹੁੰਦੀ ਹੈ ਕਿ ਜਿਹੜਾ ਇੱਦਾਂ ਦੇ ਨਿੰਦਕ ਭਰਪੂਰ ਲੈਟਰ ਕੱਢਦਾ, ਉਸ ਲੈਟਰ ਕੱਢਣ ਵਾਲੇ ਨੂੰ ਕੋਈ ਨਹੀਂ ਪੁੱਛਦਾ ਵੀ ਤੂੰ ਕਿੱਥੋਂ ਲੈ ਲਿਆ, ਕਿੱਥੋਂ ਸਰਟੀਫਿਕੇਟ ਲੈ ਲਈ। ਹਰ ਕੋਈ ਉਸੇ ਨੂੰ ਜਾ ਕੇ ਫੜਦਾ ਜਿਹੜਾ ਹਿਮਾਚਲ ਵਿਚਾਰਾ ਵਿੱਚ ਲਿਖ ਦਿੱਤਾ ਜਾਂਦਾ, ਕੋਈ ਕਿਸੇ ਦਾ ਲਿਖ ਕੇ। ਅੱਜ ਤਾਂ ਪ੍ਰਚਾਰ ਦਾ ਸਾਧਨ ਹੀ ਬੜਾ ਆਸਾਨ ਹੈ, ਵਟਸਐਪ 'ਤੇ ਜਿਹਦੇ ਖਿਲਾਫ਼ ਮਰਜ਼ੀ ਲਿਖੀ ਜਾਓ, ਪਰ ਅਫਸੋਸ ਦੀ ਗੱਲ ਹੈ ਕਿ ਉਹਨੂੰ ਕੋਈ ਨਹੀਂ ਫੜਦਾ। ਉਹ ਸੱਚਾ ਸੁੱਚਾ ਸਿੱਖ ਹੋ ਗਿਆ ਜਿਹੜਾ ਏਡੀ ਵੱਡੀ ਨਿੰਦਾ ਕਰ ਰਿਹਾ, ਅਤੇ ਜਿਹੜਾ ਤੁਹਾਡੀ ਕੌਮ ਦਾ ਪ੍ਰਚਾਰਕ ਬਣ ਕੇ ਸੁਧਾਰਨਾ ਚਾਹੁੰਦਾ। ਹੁਣ ਉਹਨਾਂ ਦਾ ਮਕਸਦ ਕੀ ਹੁੰਦਾ? ਮੈਂ ਇੱਕ ਜਗ੍ਹਾ ਦੇ ਉੱਤੇ ਗਿਆ ਉੱਥੇ ਬਾਰਕਿੰਗ, ਤਾਂ ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਅੱਜ ਕੱਲ੍ਹ ਤਾਂ ਬੜਾ ਮੁਸ਼ਕਲ ਹੈ, ਕਿਸੇ ਵੀ ਪ੍ਰਚਾਰਕ ਨੂੰ ਬੁਲਾਓ ਕੋਈ ਨਾ ਕੋਈ ਉਹਦੇ ਖਿਲਾਫ਼ ਇੰਟਰਨੈਟ ਤੋਂ ਕੱਢ ਕੇ ਲੈ ਆਉਂਦਾ, ਫਿਰ ਅਸੀਂ ਉਹਨੂੰ ਰੋਕਣਾ ਪੈਂਦਾ ਜੀ ਨਾ ਆਇਓ ਭਾਈ ਸਾਹਿਬ ਜੀ, ਤੁਹਾਡੇ ਦੇ ਖਿਲਾਫ਼ ਆ ਆਇਆ ਦਾ। ਅਤੇ ਮੈਂ ਕਿਹਾ ਇਸ ਤੋਂ ਬਾਅਦ ਕੀ ਹੁੰਦਾ? ਇਸ ਤੋਂ ਬਾਅਦ ਇਹ ਹੁੰਦਾ ਕਿ ਪ੍ਰਚਾਰ ਰੁਕ ਜਾਂਦਾ, ਬੁਲਾਓ ਹੀ ਨਾ ਪ੍ਰਚਾਰਕ ਨੂੰ, ਰੁਕ ਗਿਆ ਪ੍ਰਚਾਰ। ਹੁਣ ਉਹਨਾਂ ਦਾ ਮਕਸਦ ਸਫਲ ਹੋ ਗਿਆ ਨਾ, ਜਿਸ ਮਕਸਦ ਦੇ ਲਈ ਉਹਨਾਂ ਨੇ ਖੱਤ ਕੱਢਿਆ, ਲੈਟਰ ਕੱਢਿਆ ਕਿ ਤੁਹਾਡਾ ਪ੍ਰਚਾਰ ਨਾ ਹੋਵੇ, ਉਹ ਰੁਕ ਗਿਆ, ਉਹ ਮਕਸਦ 'ਚ ਸਫਲ ਹੋ ਗਏ। ਅਫਸੋਸ ਕਿ ਅਸੀਂ ਕੀ ਬਣ ਕੇ ਰਹਿ ਗਏ। ਅੱਜ ਹਰ ਸਿੱਖ ਦੂਸਰੇ ਸਿੱਖ ਦੇ ਉੱਤੇ ਬੇਭਰੋਸਗੀ ਦੇ ਨਾਲ, ਅਵਿਸ਼ਵਾਸਤਾ ਦੇ ਨਾਲ ਦੇਖ ਰਿਹਾ, ਹਰ ਸਿੱਖ ਦੂਸਰੇ ਸਿੱਖ 'ਤੇ ਸ਼ੱਕ ਕਰ ਰਿਹਾ। ਉਹਦਾ ਕਾਰਨ ਕੀ ਹੈ? ਸ਼ਰਧਾ ਦਾ ਤੁਹਾਡੇ ਅੰਦਰੋਂ ਨਫੀ ਕਰ ਦਿੱਤਾ ਜਾਣਾ। ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿਣ ਲੱਗੇ ਮਹਾਰਾਜਾ ਸਾਹਿਬ ਮੈਂ ਤੁਹਾਡੇ ਅੰਦਰ ਇੱਕ ਸ਼ਰਧਾ ਦੇਖੀ ਹੈ, ਇਸ ਕਰਕੇ ਮੇਰਾ ਮਨ ਕਰਦਾ ਮੈਂ ਅਰਦਾਸ ਕਰਾਂ। ਇਹ ਗੱਲ ਤੁਹਾਡੇ ਕੋਲ ਛੁਪਾਈ ਗਈ, ਹੁਣ ਉਸ ਅਰਦਾਸ ਦੇ ਵਿੱਚ ਹੋਇਆ ਕੀ? ਮੇਰਾ ਮਨ ਕਰਦਾ ਕਿ ਮੈਂ ਅਰਦਾਸ ਕਰਾਂ, ਔਰ ਉਸ ਅਰਦਾਸ ਦੇ ਵਿੱਚ ਮੈਂ ਕਹਾਂ ਕਿ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰੀ, ਮੇਰੀ ਕੌਮ ਦਾ ਹਰ ਸਿੱਖ ਤੁਹਾਡੇ ਵਰਗਾ ਹੋ ਜਾਏ। ਇਹ ਕਹਿੰਦਾ ਮੈਂ ਅਰਦਾਸ ਕਰਾਂ। ਅਤੇ ਕਹਿੰਦੇ ਜਿਸ ਵਕਤ ਅਕਾਲੀ ਬਾਬਾ ਫੂਲਾ ਸਿੰਘ ਜੀ ਇਹ ਕਹਿ ਹੀ ਰਹੇ ਸਨ, ਮਹਾਰਾਜਾ ਸਾਹਿਬ ਨੇ ਉਹਨਾਂ ਦੇ ਮੂੰਹ ਦੇ ਉੱਤੇ ਹੱਥ ਰੱਖ ਦਿੱਤਾ। ਕਹਿਣ ਲੱਗੇ ਇਹ ਅਰਦਾਸ ਤੁਸੀਂ ਕਰੋ ਜਾਂ ਨਾ ਕਰੋ, ਇਹਦਾ ਕੋਈ ਫਰਕ ਨਹੀਂ ਪਵੇਗਾ, ਕਿਉਂਕਿ ਮੇਰੇ ਵਰਗੇ ਸਿੱਖ ਤਾਂ ਬੜੀ ਕੌਮ ਦੇ ਵਿੱਚ ਪੈਦਾ ਹੋਣਗੇ। ਜੇ ਕਰ ਸਕਦੇ ਹੋ ਤਾਂ ਅੱਜ ਇੱਕ ਅਰਦਾਸ ਮੇਰੇ ਵੱਲੋਂ ਕਰਿਓ ਕਿ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰੀ ਕਿ ਮੇਰੀ ਕੌਮ ਦਾ, ਅਕਾਲ ਤਖਤ ਸਾਹਿਬ ਦਾ ਹਰ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਤੁਹਾਡੇ ਵਰਗਾ ਹੋ ਜਾਏ। ਜੇ ਉਹ ਤੁਹਾਡੇ ਵਰਗਾ ਨਾ ਹੋਇਆ ਤਾਂ ਕੌਮ ਨੂੰ ਵੇਚ ਦੇਗਾ, ਜੇ ਉਹ ਤੁਹਾਡੇ ਵਰਗਾ ਨਾ ਹੋਇਆ ਤਾਂ ਕੌਮ ਨੂੰ ਗਹਿਣੇ ਪਾ ਦੇਗਾ, ਜੇ ਤੁਹਾਡੇ ਵਰਗਾ ਨਾ ਹੋਇਆ ਤਾਂ ਇੱਕ ਪਰਿਵਾਰ ਦਾ ਗੁਲਾਮ ਹੋ ਜਾਏਗਾ।
ਉਹ ਸਿੱਖ ਕੌਮ ਦਾ ਫਿਰ ਗੁਲਾਮ ਨਹੀਂ ਹੋਏਗਾ। ਜੇ ਕੋਈ ਫੈਸਲਾ ਸਿੱਖ ਕੌਮ ਦਾ ਗੁਲਾਮ ਹੋ ਕੇ ਕਰ ਸਕੇਗਾ ਤਾਂ ਉਹ ਫਿਰ ਅਕਾਲੀ ਬਾਬਾ ਫੂਲਾ ਸਿੰਘ ਤੁਹਾਡੇ ਵਰਗਾ। ਇਸ ਕਰਕੇ ਮੇਰੇ ਵੱਲੋਂ ਅੱਜ ਅਰਦਾਸ ਕਰਿਓ ਕਿ ਮੇਰੀ ਕੌਮ ਦਾ ਹਰ ਜਥੇਦਾਰ ਤੁਹਾਡੇ ਵਰਗਾ ਹੋ ਜਾਵੇ। ਇਹ ਜਿਸ ਵਕਤ ਅੰਗਰੇਜ਼ਾਂ ਨੇ ਪੜ੍ਹਿਆ ਤਾਂ ਉਹਨਾਂ ਦਾ ਮੱਥਾ ਫਿਰ ਠਣਕਿਆ, ਔਰ ਜਿਸ ਵਕਤ ਉਹਨਾਂ ਦਾ ਮੱਥਾ ਠਣਕਿਆ ਤਾਂ ਉਹਨਾਂ ਨੇ ਫਿਰ ਆਪਣੇ ਤੀਸਰੇ ਮਤੇ ਦੇ ਵਿੱਚ ਪਾ ਦਿੱਤਾ ਕਿ ਸਿੱਖ ਕੌਮ ਦਾ ਜਿਹੜਾ ਅਗਲਾ ਸਰਬਰਾਹ ਹੋਏਗਾ ਨਾ ਉਹ ਸਾਡੀ ਸਹਿਮਤੀ ਦੇ ਨਾਲ, ਸਾਡੀ ਸਲਾਹ ਦੇ ਨਾਲ ਹੋਏਗਾ। ਔਰ ਉਹ ਫਿਰ ਕਾਨੂੰਨ ਬਣ ਗਿਆ, ਔਰ ਉਸ ਕਾਨੂੰਨ ਨੂੰ ਵਿਗੜਦਿਆਂ 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 ਅੱਜ ਫਿਰ ਕੀ ਹੋ ਗਿਆ, ਅੱਜ ਲਫਾਫੇਬਾਜ਼ੀ ਸ਼ੁਰੂ ਹੋ ਗਈ। ਅੱਜ ਜਥੇਦਾਰ ਵੀ ਲਫਾਫੇ 'ਚੋਂ ਨਿਕਲ ਰਹੇ ਨੇ, ਅੱਜ ਪ੍ਰਧਾਨ ਵੀ ਲਫਾਫੇ 'ਚੋਂ ਨਿਕਲ ਰਹੇ ਨੇ। ਇਹ ਵਿਗਾੜ ਦਿੱਤਾ ਗਿਆ। ਹੁਣ ਉਸ ਤੋਂ ਬਾਅਦ ਵਿਗੜਦਾ 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 ਰੂਪ ਇੱਥੋਂ ਤੱਕ ਲੈ ਆਉਂਦਾ ਕਿ ਹਰ ਪ੍ਰਚਾਰਕ ਦੇ ਖਿਲਾਫ ਹੀ, ਔਰ ਜ਼ਾਹਰ ਤੌਰ ਉੱਪਰ ਇਹ ਸਾਰੇ ਦਾ ਸਾਰਾ ਕਾਰਜ ਸਿੱਧ ਕਰਨ ਵਾਲੇ ਕੌਣ ਨੇ। ਮੈਨੂੰ ਇੱਕ ਵਿਅਕਤੀ ਮਿਲਿਆ ਡਰਬੀ ਦੇ ਵਿੱਚ, ਬਜ਼ੁਰਗ ਸੀ, ਪਤਾ ਨਹੀਂ ਹੁਣ ਹੈ ਵੀ ਹੈ ਕਿ ਨਹੀਂ, 2-3 ਸਾਲ ਦੀ ਗੱਲ ਕਰ ਰਹੇ ਹਾਂ। ਕਹਿਣ ਲੱਗਾ ਜਿਹੜਾ ਇੱਦਾਂ ਦੇ ਖੱਤ ਕੱਢਦਾ ਨਾ ਕਿਸੇ ਦੇ ਖਿਲਾਫ, ਕਹਿੰਦਾ ਉਹ ਆਪ ਤਾਂ ਘਰ ਬਾਹ ਕੇ ਸੌਂ ਜਾਂਦਾ ਘਰ ਜਾ ਕੇ, ਅਤੇ ਲੋਕ ਉਹਦੇ ਮਗਰ ਉਤਰਦੇ ਨੇ, ਉਹਦੀ ਸਾਰੀ ਐਨਰਜੀ ਉੱਧਰ ਵੇਸਟ ਹੋ ਜਾਂਦੀ, ਪ੍ਰਚਾਰ ਦਾ ਕੰਮ ਰੁਕ ਜਾਂਦਾ, ਉਹ ਘਰ ਜਾ ਕੇ ਸੁੱਤਾ ਰਹਿੰਦਾ। ਉਹਦੇ ਉੱਤੇ ਕੋਈ ਉਹ ਫਿਰ ਚੰਗੇ ਦਾ ਚੰਗਾ, ਉਹ ਬਹੁਤ ਵਧੀਆ ਇਨਸਾਨ ਹੈ, ਕਿਉਂਕਿ ਅਸੀਂ ਸਮਝ ਨਹੀਂ ਸਕ ਰਹੇ। ਸਤਿਗੁਰ ਜਿਹੜੀ ਸੂਝ ਸਾਡੇ ਅੰਦਰ ਪੈਦਾ ਕਰਨਾ ਚਾਹੁੰਦੇ ਸਨ, ਉਹੀ ਸੂਝ ਉਸ ਵਕਤ ਕਰਮ ਕਾਂਡੀ ਸੀ ਜਿਹਨੂੰ ਸਤਿਗੁਰ ਮੁਕਾਉਣਾ ਚਾਹੁੰਦੇ ਸਨ। ਅੱਜ ਜੇ ਆਪਾਂ ਗੁਰੂ ਕੀ ਬਾਣੀ ਨੂੰ ਸਹੀ ਮਹੀਨੇ ਵਿੱਚ ਸਮਝ ਸਕੀਏ ਤਾਂ ਅੱਜ ਹਰ ਸਿੱਖ ਸਿੱਖ ਦਾ ਸਤਿਕਾਰ ਕਰਨ ਦੀ ਜਾਂਚ ਸਿੱਖ ਜਾਵੇ। ਔਰ ਜੇ ਕੋਈ ਐਸਾ ਸਾਹਮਣੇ ਨਿੰਦਕ ਆਵੇ ਜਿਹੜਾ ਆਪ ਸਾਹਮਣੇ ਨਹੀਂ ਆ ਰਿਹਾ, ਤਾਂ ਉਸ ਨੂੰ ਕੰਨ ਫੜ ਕੇ ਪੁੱਛੇ ਭਾਈ ਤੂੰ ਇਹ ਲਿਆ ਕਿੱਥੋਂ ਹੈ, ਤਾਂ ਜਾ ਕੇ ਗੱਲ ਕਲੀਅਰ ਹੋਏਗੀ। ਪਰ ਇਹ ਹੋ ਨਾ ਸਕੇ ਤੁਹਾਡੀ ਕੌਮ ਦੇ ਵਿੱਚ, ਇਸ ਕਰਕੇ ਸਭ ਤੋਂ ਪਹਿਲਾਂ ਪ੍ਰਚਾਰਕ ਸ਼੍ਰੇਣੀ ਉੱਪਰ ਵਾਰ ਕਰੋ, ਕਿਉਂਕਿ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਪਤਾ ਕੀ ਕੀਤਾ ਸੀ, ਆਪ ਸਾਰੇ ਜਾਣਦੇ ਹੋ, ਜਿਸ ਵਕਤ ਉਸਨੇ ਔਰੰਗਜ਼ੇਬ ਜਦੋਂ ਤਖ਼ਤ 'ਤੇ ਬੈਠਾ ਨਾ, ਤਾਂ ਸਭ ਤੋਂ ਪਹਿਲਾਂ ਉਸਨੇ 9 ਮਾਰਚ 1669 ਨੂੰ ਸ਼ਾਹੀ ਫਰਮਾਨ ਜਾਰੀ ਕੀਤਾ। ਔਰ ਉਸ ਸ਼ਾਹੀ ਫਰਮਾਨ ਦੇ ਵਿੱਚ ਉਸਨੇ ਇਹ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਚਾਹੁੰਦਾ ਨਾ ਉਹ ਇਹ ਕਰਨਾ ਚਾਹੁੰਦਾ ਕਿ ਕਸ਼ਮੀਰ ਵੈਲੀ ਦੇ ਜਿੰਨੇ ਪੰਡਿਤ ਪ੍ਰਚਾਰਕ ਨੇ ਨਾ ਉਹਨਾਂ ਨੂੰ ਮੈਂ ਇਸਲਾਮ ਦੇ ਵਿੱਚ ਲੈ ਆਵਾਂ। ਇਹ ਆਪ ਪੜ੍ਹ ਲੈਣਾ। ਫਿਰ 1674 ਦੇ ਵਿੱਚ ਇਫਤਿਖਾਰ ਖਾਨ ਨਾਮ ਦਾ ਗਵਰਨਰ ਇਸੇ ਸਰਕਲ ਨੂੰ ਲੈ ਕੇ ਕਸ਼ਮੀਰ ਵੈਲੀ ਦੇ ਵਿੱਚ ਗਿਆ ਕਿ ਮੈਂ ਸਾਰੇ ਪ੍ਰੀਸਟ ਨੂੰ, ਸਾਰੇ ਜਿਹੜੇ ਧਰਮ ਨੂੰ ਚਲਾਉਣ ਵਾਲੇ ਨੇ, ਧਰਮ ਦੇ ਜਿਹੜੇ ਪ੍ਰਚਾਰਕ ਨੇ, ਉਹਨਾਂ ਨੂੰ ਇਸਲਾਮ ਦੇ ਵਿੱਚ ਕਨਵਰਟ ਕਰ ਦੇਣਾ। ਅਤੇ ਜਿਹੜਾ ਪੰਡਿਤ ਕਿਰਪਾ ਰਾਮ ਜੀ ਸਨ ਨਾ, ਜਿਹੜੇ ਬਾਅਦ 'ਚ ਕਿਰਪਾ ਸਿੰਘ ਜੀ ਬਣੇ, ਇਹ ਕਸ਼ਮੀਰੀ ਪ੍ਰੀਸਟ ਸਨ, ਪੰਡਿਤ ਸਨ, ਪ੍ਰਚਾਰਕ ਸਨ। ਔਰੰਗਜ਼ੇਬ ਦੀ ਵੀ ਇਹੋ ਹੀ ਨੀਤੀ ਸੀ, ਔਰ ਅੱਜ ਵੀ ਸਾਡੇ ਉੱਪਰ ਉਹੀ ਨੀਤੀ ਚਲਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਅੰਗਰੇਜ਼ ਦਾ ਮੱਥਾ ਉਸ ਵਕਤ ਠਣਕਿਆ, ਔਰ ਉਹਨਾਂ ਨੇ ਇੱਕ ਕਾਨੂੰਨ ਬਣਾ ਦਿੱਤਾ। ਔਰ ਜਿਸ ਵਕਤ ਆਪਾਂ ਗੱਲ ਨਹੀਂ ਸਮਝ ਸਕਾਂਗੇ, ਤਾਂ ਇਸ ਦਾ ਮਤਲਬ ਹੈ ਸਮਝ ਲੈਣਾ ਕਿ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਅਸੀਂ ਸਮਝਣ ਦੀ ਅਜੇ ਵੀ ਕੋਸ਼ਿਸ਼ ਕੀਤੀ ਹੀ ਨਹੀਂ, ਕਿਉਂਕਿ ਸਤਿਗੁਰ ਪਾਤਸ਼ਾਹ ਜਿਸ ਤਰੀਕੇ ਦੇ ਨਾਲ ਸਾਨੂੰ ਉਸ ਕਰਮ ਕਾਂਡਾਂ ਤੋਂ ਬਚਾਉਣਾ ਚਾਹੁੰਦੇ ਸਨ, ਅਸੀਂ ਅੱਜ ਉਸ ਕਰਮ ਕਾਂਡਾਂ ਦੇ ਵਿੱਚ ਫਸਦੇ ਜਾ ਰਹੇ ਹਾਂ, ਫਸਦੇ ਜਾ ਰਹੇ ਹਾਂ। ਔਰ ਇੰਨੀ ਗਹਿਰਾਈ ਦੇ ਵਿੱਚ ਜਾ ਚੁੱਕੇ ਹਾਂ ਕਿ ਅਗਰ ਕੋਈ ਕੱਢਣ ਦੀ, ਕਿਉਂਕਿ ਜ਼ਾਹਿਰ ਤੌਰ ਉੱਪਰ ਦਿਨੋਂ ਦਿਨ ਸਥਿਤੀ ਜਿਹੜੀ ਹੈ ਨਾ ਉਹ ਕਮਜ਼ੋਰ ਹੁੰਦੀ ਜਾਏਗੀ। ਮੇਰੇ ਪਾਸ ਇੱਕ ਵਿਅਕਤੀ ਆਇਆ, ਹੁਣ ਤੁਸੀਂ ਮੈਨੂੰ ਮਾਇੰਡ ਨਾ ਕਰਿਓ, ਮਾਫ਼ ਕਰਿਓ ਜੇ, ਅੱਜ ਹਰ ਨਿਹੰਗ ਸਿੰਘ ਦੀ ਦਸਤਾਰ ਉੱਪਰ ਚੰਨ ਤੋੜਾ ਖੰਡਾ ਹਟਦਾ ਜਾ ਰਿਹਾ, ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲਿਓ ਜੇ, ਰਿਕਾਰਡਿੰਗ ਹੋ ਰਹੀ ਹੈ। ਹਰ ਨਿਹੰਗ ਸਿੰਘ ਦੀ ਦਸਤਾਰ ਉੱਪਰ ਚੰਨ ਤੋੜਾ ਲੱਗਾ ਹੋਇਆ, ਜਿਹੜੀ ਬਹੁਤ ਵੱਡੀ ਮਨਮਤ ਹੈ, ਖੰਡਾ ਹਟਦਾ ਜਾ ਰਿਹਾ। ਔਰ ਅੱਜ ਅਗਰ ਤੁਸੀਂ ਵਿਰੋਧ ਕਰੋਗੇ ਨਾ, ਤਾਂ ਉਹ ਫਿਰ ਤੁਹਾਨੂੰ ਅੱਗੋਂ ਖਾਣ ਨੂੰ ਪੈਣਗੇ, ਅੱਗੋਂ ਤੁਹਾਡੇ ਨਾਲ ਬਹਿਸ ਕਰਨਗੇ, ਅੱਗੋਂ ਤੁਹਾਨੂੰ ਜੋ ਵੀ ਉਹਨਾਂ ਦੇ ਵਸ ਚਲੇਗਾ ਉਹ ਕਰਨ ਨੂੰ ਕਰਨਗੇ। ਕਿਉਂ? ਕਿਉਂਕਿ ਅੱਜ ਇੰਨਾ ਪਰਪੱਕ ਹੋ ਚੁੱਕਿਆ, ਇੰਨੀ ਪਕਿਆਈ ਦੇ ਵਿੱਚ ਜਾ ਚੁੱਕੇ ਨੇ ਕਿ ਉਹ ਮੰਨਣ ਨੂੰ ਤਿਆਰ ਹੀ ਨਹੀਂ।
ਆਹ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਇਹ ਕੱਲ੍ਹ ਨੂੰ ਇੰਨੀਆਂ ਪੱਕੀਆਂ ਹੋ ਜਾਣਗੀਆਂ ਕਿ ਕੱਲ੍ਹ ਨੂੰ ਫਿਰ ਕੌਮ ਨੂੰ ਸਮਝਾਉਣਾ ਮਨਾਉਣਾ ਬੜਾ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਅੱਜ ਹੀ ਸੰਭਲਣਾ, ਔਰ ਸੰਭਲਣ ਦੀ ਜੀ ਸਾਡੇ ਕੋਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ, ਪਵਿੱਤਰ ਬਾਣੀ ਹੈ, ਤਾਂ ਆਪਾਂ ਉਸ ਪਵਿੱਤਰ ਬਾਣੀ ਦੇ ਆਸ਼ੇ ਦੇ ਮੁਤਾਬਕ ਆਪਣੇ ਆਪ ਨੂੰ ਕਿਉਂ ਨਹੀਂ ਢਾਲ ਸਕਦੇ। ਤਾਂ ਸਤਿਗੁਰ ਨੇ ਹਰ ਚੀਜ਼ ਦੀ ਪਰਿਭਾਸ਼ਾ ਦੇ ਕੇ ਸਾਨੂੰ ਇਸ ਗੱਲ ਦੇ ਪ੍ਰਤੀ ਪਰਿਭਾਸ਼ਿਤ ਕਰ ਦਿੱਤਾ, ਡੈਫੀਨੇਸ਼ਨ ਦੇ ਕੇ ਇਸ ਗੱਲ ਦੇ ਪ੍ਰਤੀ ਦ੍ਰਿੜ ਕਰ ਦਿੱਤਾ ਕਿ ਸਿੱਖ ਦੇ ਕੋਲ ਸਭ ਕੁਛ ਹੋਵੇਗਾ, ਜਿਵੇਂ ਉਹ ਵੀ ਹੋਵੇਗਾ, ਲੇਕਿਨ ਕਿਸ ਪਰਿਭਾਸ਼ਾ ਦੇ ਨਾਲ ਹੋਵੇਗਾ, ਕਿਸ ਡੈਫੀਨੇਸ਼ਨ ਦੇ ਨਾਲ ਹੋਵੇਗਾ। ਦਿਆ ਦੀ ਕਪਾਹ, ਸੰਤੋਖ ਸੂਤ, ਜਤ ਗੰਢੀ, ਸਤਵਟ, ਇਹ ਜਿਹਨੇ ਜੀ ਕਾ ਹੈ ਹੀ ਤਾਂ ਪਾਂਡੇ ਕੱਤ, ਨਾ ਇਹ ਟੁੱਟੇ, ਨਾ ਮਨ ਲੱਗੇ, ਨਾ ਇਹ ਜੱਲੇ ਨਾ ਜਾਏ। ਇੱਥੋਂ ਸ਼ੁਰੂਆਤ ਹੋਈ ਬਿਪਰ ਦੀ ਉਸ ਰੀਤ ਦੀ, ਉਸ ਪਰਿਭਾਸ਼ਾ ਦੀ, ਔਰ ਇੱਥੋਂ ਸ਼ੁਰੂਆਤ ਹੋਈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਦੀ। ਇਹ ਅਸਲ ਸਿਧਾਂਤ ਜਿਹਦੇ ਵਿੱਚ ਪਹਿਲੀ ਕਰਮ ਕਾਂਡ ਦੀ ਪਰਿਭਾਸ਼ਾ ਸਤਿਗੁਰ ਨੇ ਮਿੱਤੀ, ਹੁਣ ਹਰ ਚੀਜ਼ ਦੀ ਸਾਡੇ ਕੋਲ ਪਰਿਭਾਸ਼ਾ ਹੈ। ਜੇ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਣ ਆਏ ਹੋ ਨਾ, ਅਤੇ ਇਸ ਗੱਲ ਨੂੰ ਆਪਾਂ ਪਰਿਭਾਸ਼ਿਤ ਕਰਕੇ ਚੱਲੀਏ। ਅਤੇ ਫਿਰ ਜਿਹੜੀ ਮੈਂ ਗੱਲ ਕਰ ਰਹੀ ਸੀ ਭੁੱਟੋ ਦੀ, ਉਸ ਨੇ ਫਿਰ ਕੀ ਜਵਾਬ ਸਵਰਨ ਸਿੰਘ ਨੇ ਦਿੱਤਾ ਕਿ ਉਹ ਸਿਰਫ ਬਾਈਕਾਟ ਕਰਕੇ ਚਲਾ ਗਿਆ, ਅਤੇ ਜਵਾਬ ਕੌਣ ਦੇ ਰਿਹਾ? ਗੋਕਲ ਚੰਦ ਨਾਰੰਗ ਐਵੋਲੂਸ਼ਨ ਆਫ ਖਾਲਸਾ ਦੇ ਵਿੱਚ ਕਹਿੰਦਾ, ਆਫਟਰ ਸੈਂਚਰੀਜ਼ ਆਫ ਸਬਜੈਕਸ਼ਨ ਗੁਰੂ ਨਾਨਕ ਵਾਜ ਦਾ ਫਸਟ ਅਮੰਗ ਇੰਡੀਅਨਸ। ਸੈਂਚਰੀਜ਼, ਸਦੀਆਂ, ਸਬਜੈਕਸ਼ਨ ਕਿਸੇ ਉੱਪਰ ਜ਼ੁਲਮ ਕਰਨ ਤੋਂ ਬਾਅਦ 800 ਸਾਲ ਹਿੰਦੁਸਤਾਨ ਦੇ ਉੱਤੇ ਜ਼ੁਲਮ ਹੁੰਦਾ ਰਿਹਾ। ਸੋਮਨਾਥ ਦੇ ਮੰਦਰ ਲੁੱਟੇ ਜਾਂਦੇ ਰਹੇ, ਹਿੰਦੂ ਕਨਿਆਵਾਂ ਨੂੰ ਲੁੱਟਿਆ ਜਾਂਦਾ ਰਿਹਾ, ਮੰਦਰ ਢਾਏ ਜਾਂਦੇ ਰਹੇ। ਇਹ ਤੁਸੀਂ ਸਾਰੀ ਗੱਲ ਪੜ੍ਹ ਸਕਦੇ ਹੋ ਹਿਸਟਰੀ ਆਫ ਇਸਲਾਮਿਕ ਇੰਡੀਆ ਦੇ ਵਿੱਚ, ਮੁਹੰਮਦ ਯਾਸੀਨ ਦੀ ਲਿਖੀ ਹੋਈ ਇਹ ਪੁਸਤਕ ਹੈ, ਜਿਸ ਦੇ ਵਿੱਚ ਉਹ ਲਿਖਦਾ ਹੈ ਕਿ ਸਾਰੀਆਂ ਹਿੰਦੂਆਂ ਦੀਆਂ ਪਾਠਸ਼ਾਲਾਵਾਂ ਬੰਦ ਕਰ ਦਿੱਤੀਆਂ ਗਈਆਂ। ਰਾਜਾ ਨਰਸਿੰਘ ਰਾਵ ਦਾ 33 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਾਇਆ ਹੋਇਆ ਮੰਦਰ ਢਾ ਦਿੱਤਾ ਗਿਆ। ਮਥੁਰਾ ਦਾ ਨਾਮ ਬਦਲ ਕੇ ਇਸਲਾਮਾਬਾਦ ਰੱਖ ਦਿੱਤਾ ਗਿਆ। ਮਥੁਰਾ ਦੀਆਂ ਸਾਰੀ ਮੰਦਰਾਂ ਨੂੰ ਮਸਜਿਦਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਸਾਰੀ ਡਿਟੇਲ ਹੈ। ਔਰ ਭਾਈ ਸਾਹਿਬ, ਭਾਈ ਗਿਆਨ ਸਿੰਘ ਜੀ ਲਿਖਦੇ ਨੇ, ਗਿਆਨੀ ਗਿਆਨ ਸਿੰਘ ਜੀ, ਕਿ ਕਿਛ ਲੋਭ ਦਿਖਾਏ ਕਿਛ ਜ਼ੁਲਮ ਕਮਾਏ, ਤੁਰਕ ਬਣਾਏ ਵੋ ਹਿੰਦੂ, ਜੋ ਤਿਲਕ ਲਗਾਵੇਂ ਜਿੰਜੂ ਪਾਵੇਂ ਤੈ ਸੰਤਾਵੇਂ ਤਿਰਕਿੰਦੂ। ਪਰ ਕਹਿਣ ਦਾ ਮਤਲਬ ਹੈ ਕਿ ਇੰਨੀਆਂ 800 ਵਰ੍ਹੇ 8 ਸਦੀਆਂ ਤੱਕ ਕਿਸੇ ਇੱਕ ਮਾਈ ਦੇ ਜਾਏ ਦੇ ਡੋਲਿਆਂ ਵਿੱਚ ਇੰਨੀ ਸ਼ਕਤੀ ਤਾਕਤ ਨਾ ਆ ਸਕੀ ਕਿ ਕਿਸੇ ਵਕਤ ਦੇ ਹਾਕਮ ਨੂੰ ਉਹ ਜ਼ਾਬਰ ਕਹਿ ਸਕਣ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਸਨ। ਗੁਰੂ ਨਾਨਕ ਵਾਜ ਦਾ ਫਸਟ ਅਮੰਗ ਇੰਡੀਅਨਸ ਹੂ ਰੇਜ਼ ਹਿਸ ਵੋਇਸ, ਜਿਸ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਰੇਜ਼ ਹਿਸ ਵੋਇਸ ਅਗੇਂਸਟ ਟ੍ਰੇਨੀ ਐਂਡ ਪ੍ਰੋਸੀਕਿਊਸ਼ਨ। ਆਹ ਜਿਹੜੀ ਪ੍ਰੋਸੀਕਿਊਸ਼ਨ ਹੋ ਰਹੀ ਸੀ, ਆਹ ਜਿਹੜਾ ਜ਼ੁਲਮ ਹੋ ਰਿਹਾ ਸੀ, ਔਰ ਸਰੇਆਮ ਬਾਬਰ ਨੂੰ ਜ਼ਾਬਰ ਕਹਿ ਕੇ ਸਤਿਗੁਰਾਂ ਨੇ ਫਿਰ ਆਪਣੀ ਇਨਕਲਾਬੀ ਬਾਣੀ ਦੀ ਗੂੰਜ ਹਿੰਦੁਸਤਾਨ ਦੀਆਂ ਗਲੀਆਂ ਦੇ ਵਿੱਚ ਗੁਜਾਈ, ਜਦੋਂ ਪਾਤਸ਼ਾਹ ਨੇ ਸਰੇਆਮ ਕਿਹਾ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸਿੱਤੇ, ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁਤ ਹੋ ਚੱਟ ਜਾਓ। ਚਾਕਰ ਨਹਿੰਦਾ ਪਾਇਨ ਕਾਓ, ਨਹਿੰਦਾ ਕਹਿੰਦੇ ਨਹੁਆਂ ਨੂੰ, ਕਾਓ ਕਹਿੰਦੇ ਨੇ ਜ਼ਖਮ ਨੂੰ, ਇਹ ਕਾਓ ਉਹੀ ਹੈ ਬਾਹਮਣ ਨਾਵੇ ਜੀਆ ਕਾਏ। ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁਤ ਹੋ ਚੱਟ ਜਾਓ, ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤ ਬਾਰ। ਇਸ ਇਨਕਲਾਬੀ ਬਾਣੀ ਦੇ ਨਾਲ ਫਿਰ ਬਾਬਰ ਦੇ ਕੰਨ ਜਿਹੜੇ ਸਨ ਉਸ ਵਕਤ ਗੂੰਜ ਉੱਠੇ ਕਿ ਹਾਂ ਮੈਂ ਕੀ ਕਰ ਰਿਹਾ ਔਰ ਮੈਨੂੰ ਕੀ ਕਰਨਾ ਚਾਹੀਦਾ ਹੈ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਐਵੇਂ ਤਾਂ ਨਹੀਂ ਚੱਕੀ ਪੀਸਣੀ ਪਈ, ਕਿਉਂਕਿ ਪਾਤਸ਼ਾਹ ਨੇ ਸਹੀ ਮੈਨਿਆਂ ਦੇ ਵਿੱਚ ਲੋਕਾਂ ਨੂੰ ਭਗਤੀ ਦੀ ਭਾਵਨਾ ਸਮਝਾ ਦਿੱਤੀ। ਸਤਿਗੁਰੂ ਨਾਨਕ ਵੀ ਭਗਵੇ ਪਾ ਲੈਂਦੇ, ਪਾਤਸ਼ਾਹ ਵੀ ਮਾਲਾ ਪਾ ਲੈਂਦੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਪਹਾੜਾਂ 'ਤੇ ਜਾ ਕੇ ਚੜ੍ਹ ਜਾਂਦੇ, ਗੁਫਾਵਾਂ 'ਤੇ ਜਾ ਕੇ ਬੈਠ ਜਾਂਦੇ। ਵਕਤ ਦੇ ਹਾਕਮ ਬਾਬਰ ਨੂੰ ਕੀ ਇਤਰਾਜ਼ ਸੀ? ਉਸ ਨੂੰ ਇਤਰਾਜ਼ ਕਿਸ ਵਕਤ ਹੋਇਆ? ਬੇਪਰ ਨੂੰ ਇਤਰਾਜ਼ ਕਿਸ ਵਕਤ ਹੋਇਆ? ਬੇਪਰ ਨੂੰ ਇਤਰਾਜ਼ ਹੋਇਆ ਜਦੋਂ ਸਤਿਗੁਰਾਂ ਨੇ ਸਹੀ ਪਰਿਭਾਸ਼ਾ ਮਿੱਥ ਦਿੱਤੀ। ਬਾਬਰ ਨੂੰ ਇਤਰਾਜ਼ ਉਸ ਵਕਤ ਹੋਇਆ ਜਿਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੁਕਾਈ ਦੀ ਆਜ਼ਾਦੀ ਦੀ ਗੱਲ ਕੀਤੀ ਕਿ ਕਿਸੇ ਮਨੁੱਖ ਨੂੰ ਕੀ ਹੱਕ ਹੈ ਕਿ ਮਨੁੱਖ ਨੂੰ ਗੁਲਾਮ ਕਰੇ।
ਤਾਂ ਦੋ ਤਰੀਕੇ ਦੇ ਨਾਲ ਨਿਪੀੜਿਆ ਜਾ ਰਿਹਾ ਉਸ ਵਕਤ ਹਿੰਦੁਸਤਾਨ ਦਾ ਹਿੰਦੁਸਤਾਨੀ, ਇੱਕ ਮੁਗਲ ਜ਼ਾਬਰਾਂ ਦੇ ਹੱਥੋਂ, ਦੂਸਰਾ ਪੰਡਤਾਂ ਮੌਲਵੀਆਂ ਕਾਦੀਆਂ ਜੋਗੀਆਂ ਦੇ ਹੱਥੋਂ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਹਨਾਂ ਦੋਨਾਂ ਦਾ ਪਾਜ ਕਿਸ ਤਰੀਕੇ ਨਾਲ ਉਠਾਲਿਆ। ਹੁਣ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਲੈਂਦੇ ਹਾਂ। ਸਾਹਿਬ ਪਾਤਸ਼ਾਹ ਗੰਗਾ ਦੇ ਕਿਨਾਰੇ ਗਏ, ਆਪਾਂ ਸਾਰੇ ਜਾਣਦੇ ਹਾਂ। ਮਰਦਾਨਾ ਜੀ ਨੇ ਇੱਕ ਪ੍ਰਸ਼ਨ ਪੁੱਛਿਆ ਸਤਿਗੁਰ ਪਾਤਸ਼ਾਹ। ਮਰਦਾਨਾ ਜੀ ਕਹਿੰਦੇ ਕਿ ਪਾਤਸ਼ਾਹ ਇਹ ਜਿੰਨੇ ਆਏ ਹੈ ਇਹ ਸਾਰੇ ਦੇ ਸਾਰੇ ਮੂਰਖ ਹੈ, ਆਪ ਪੜ੍ਹ ਕੇ ਦੇਖ ਲੈਣਾ ਇਤਿਹਾਸ। ਇਹ ਜਿੰਨੇ ਆਏ ਹੈ ਗੰਗਾ ਦੇ ਵਿੱਚ ਇਸ਼ਨਾਨ ਕਰਨ ਇਹ ਸਾਰੇ ਦੇ ਸਾਰੇ ਮੂਰਖ ਹੈ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਇਹ ਵੈਸ਼ਨਵ ਲੋਕ ਨੇ, ਇਹਨਾਂ ਦਾ ਜਿਹੜਾ ਧਰਮ ਗੁਰੂ ਹੈ ਨਾ ਉਹਦਾ ਪਤਾ ਕਰਕੇ ਆ, ਉਹ ਕਿੱਥੇ ਹੈ। ਮਰਦਾਨਾ ਧਰਮ ਗੁਰੂ ਦਾ ਪਤਾ ਕਰਕੇ ਆਇਆ ਅਤੇ ਸਤਿਗੁਰ ਕਹਿਣ ਲੱਗੇ ਹੁਣ ਇਹਦੇ ਕੋਲ ਜਾ ਔਰ ਇਸ ਨੂੰ ਜਾ ਕੇ ਮੈਂ ਗੁਰਗ੍ਰੰਥ ਸਾਹਿਬ 'ਚ ਉਦਾਹਰਨ ਦਿਆਂਗਾ ਆਪਣੀ ਬਾਣੀ ਜੋ ਸਤਿਗੁਰ ਨੇ ਉੱਥੇ ਰਚੀ ਹੈ। ਇਸ ਦੇ ਕੋਲ ਜਾ ਕੇ ਤੂੰ ਅੱਗ ਮੰਗ ਕੇ ਲੈ ਕੇ ਆ ਕਿ ਅਸੀਂ ਵੀ ਆਪਣਾ ਚੁੱਲ੍ਹਾ ਬਾਲਣਾ, ਸਾਨੂੰ ਵੀ ਅੱਗ ਦੇ ਦੇ। ਮਰਦਾਨਾ ਜੀ ਜਿਸ ਵਕਤ ਉਸ ਵੈਸ਼ਨਵ ਦੇ ਕੋਲ ਗਏ ਅਤੇ ਉਹਨੂੰ ਪਤਾ ਲੱਗਾ ਕਿ ਮਰਾਸੀ ਉਹਨਾਂ ਦੇ ਚੌਂਕੇ ਦੇ ਉੱਤੇ ਆਇਆ, ਉਹ ਤਾਂ ਇਕਦਮ ਹੀ ਗੁੱਸੇ ਦੇ ਵਿੱਚ ਆ ਗਿਆ ਔਰ ਗੁੱਸੇ ਦੇ ਵਿੱਚ ਆ ਕੇ ਉਹੀ ਅੱਗ ਲੈ ਕੇ ਜਿਹੜੀ ਮਰਦਾਨਾ ਜੀ ਮੰਗਣ ਆਏ ਸਨ ਗੁੱਸੇ ਦੇ ਵਿੱਚ, ਮਰਦਾਨਾ ਜੀ ਦੇ ਪਿੱਛੇ ਪਿੱਛੇ ਔਰ ਮਰਦਾਨਾ ਜੀ ਅੱਗੇ ਅੱਗੇ ਆਖਰ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਆ ਟੱਠੇ ਮਰਦਾਨਾ ਜੀ। ਸਤਿਗੁਰੂ ਨਾਨਕ ਕਹਿਣ ਲੱਗੇ, ਵੈਸ਼ਨਵ ਜੀ ਭਗਤ ਜੀ ਕਿਸ ਗੱਲ ਦਾ ਗੁੱਸਾ ਕਿ ਤੁਹਾਨੂੰ ਨਹੀਂ ਪਤਾ ਤੁਸੀਂ ਮੁਰਾਸੀ ਮੇਰੇ ਚੌਂਕੇ 'ਤੇ ਭੇਜ ਦਿੱਤਾ ਔਰ ਮੈਂ ਆਪਣੇ ਚੌਂਕੇ ਨੂੰ ਗਊ ਦੇ ਗੋਬਰ ਦੇ ਨਾਲ ਸ਼ੁੱਧ ਕੀਤਾ ਹੋਇਆ ਸੀ। ਸਤਿਗੁਰ ਕਹਿਣ ਲੱਗੇ ਵੀ ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਮਨੁੱਖਤਾ ਔਰ ਮਨੁੱਖਤਾ ਦੇ ਵਿੱਚ ਵੀ ਜਾਤ ਦੇ ਬਿਨਾਹ ਦੇ ਉੱਤੇ, ਪਰ ਮੈਨੂੰ ਇੱਕ ਪ੍ਰਸ਼ਨ ਦਾ ਜਵਾਬ ਦਿਓ ਕਿ ਤੁਸੀਂ ਇੱਥੇ ਕਰਨ ਕੀ ਆਏ ਹੋ, ਆਖੇ ਇੱਥੇ ਧਰਮ ਕਮਾਉਣ ਆਏ ਹਾਂ। ਅਤੇ ਸਤਿਗੁਰੂ ਫਿਰ ਪੁੱਛਣ ਲੱਗੇ ਕਿ ਧਰਮ ਕਮਾਇਆ ਕਿਸ ਤਰ੍ਹਾਂ ਜਾਏਗਾ, ਅਤੇ ਫਿਰ ਉਹ ਵੈਸ਼ਨਵ ਜਵਾਬ ਦਿੰਦਾ ਪਾਤਸ਼ਾਹ ਨੂੰ, ਕਹਿੰਦੇ ਧਰਮ ਇਸ ਤਰ੍ਹਾਂ ਕਮਾਇਆ ਜਾਵੇਗਾ ਕਿ ਮੇਰੇ ਚੌਂਕੇ ਦੇ ਉੱਤੇ ਚਾਰ ਚੀਜ਼ਾਂ ਨਹੀਂ ਆ ਸਕਦੀਆਂ, ਕਿਉਂਕਿ ਮੈਂ ਧਰਮ ਕਮਾਉਣਾ ਹੈ ਔਰ ਮੇਰੇ ਚੌਂਕੇ 'ਤੇ ਚਾਰ ਚੀਜ਼ਾਂ ਨਹੀਂ ਆ ਸਕਦੀਆਂ। ਅਤੇ ਸਤਿਗੁਰ ਕਹਿੰਦੇ ਕਿਹੜੀਆਂ ਕਿਹੜੀਆਂ ਚਾਰ ਚੀਜ਼ਾਂ, ਕਹਿੰਦਾ ਪਹਿਲਾਂ ਡੂਮਣੀ, ਫਿਰ ਕਸਾਇਣ, ਫਿਰ ਚੂੜੀ ਅਤੇ ਫਿਰ ਚੰਡਾਲਣੀ, ਇਹ ਚਾਰ ਮੇਰੀ ਇਸ ਜਗ੍ਹਾ ਦੇ ਉੱਤੇ ਜੇ ਆ ਜਾਣ ਤਾਂ ਮੇਰੀ ਇਹ ਚੌਂਕਾ ਭਿੱਟ ਜਾਏਗਾ। ਅਤੇ ਸਤਿਗੁਰ ਕਹਿਣ ਲੱਗੇ ਇਹਨਾਂ ਚਾਰਾਂ ਤੋਂ ਬਚਾਉਣ ਦੇ ਲਈ ਤੂੰ ਕੀਤਾ ਕੀ ਹੈ ਕਿ ਮੈਂ ਗਊ ਦਾ ਗੋਬਰ ਕੀਤਾ ਹੈ। ਅਤੇ ਪਾਤਸ਼ਾਹ ਕਹਿੰਦੇ ਜੇ ਮੈਂ ਸਾਬਤ ਕਰਦੇ ਹਾਂ ਕਿ ਇਹ ਚਾਰੋਂ ਚੀਜ਼ਾਂ ਤੇਰੇ ਕੋਲ ਬੈਠੀਆਂ ਨੇ, ਭਾਵੇਂ ਤੂੰ ਗਊ ਦੇ ਗੋਬਰ ਦੇ ਨਾਲ ਆਪਣੇ ਆਪ ਨੂੰ ਸ਼ੁੱਭ ਕਰ ਰਿਹਾ, ਪਰ ਚਾਰੇ ਚੀਜ਼ਾਂ ਤੇਰੇ ਕੋਲ ਬੈਠੀਆਂ ਨੇ ਜੇ ਮੈਂ ਸਾਬਤ ਕਰਦੇ ਹਾਂ। ਕਹਿੰਦਾ ਪਾਤਸ਼ਾਹ ਉਹ ਕਿਸ ਤਰ੍ਹਾਂ, ਫਿਰ ਸਤਿਗੁਰਾਂ ਨੇ ਬਾਣੀ ਉਚਾਰੀ। ਪਾਤਸ਼ਾਹ ਕਹਿੰਦੇ ਕੁਬੁੱਧ ਡੂਮਣੀ, ਤੂੰ ਕਹਿੰਦਾ ਤੇਰੇ ਚੌਂਕੇ ਉੱਪਰ ਡੂਮਣੀ ਨਹੀਂ ਆ ਸਕਦੀ ਕੁਬੁੱਧ, ਅੱਜ ਜਿਹੜੀ ਤੇਰੀ ਬੁੱਧੀ ਹੈ ਨਾ ਜਿਹੜੀ ਕਬੁੱਧ ਹੋ ਚੁੱਕੀ ਹੈ, ਜਿਹੜੀ ਮਨੁੱਖ ਔਰ ਮਨੁੱਖ ਦੇ ਵਿੱਚ ਫਰਕ ਕਰ ਰਹੀ ਹੈ। ਤੂੰ ਜਿਸ ਨੂੰ ਮਰਾਸੀ ਕਹਿ ਰਹੇ ਹਾਂ ਉਸ ਮਰਾਸੀ ਹੋਣ ਦੇ ਪਿੱਛੇ ਜੇ ਧਰਮੀ ਹੁੰਦਾ ਤਾਂ ਤੈਨੂੰ ਉਸ ਮਰਾਸੀ ਹੋਣ ਦੇ ਪਿੱਛੇ ਰੱਬ ਨਜ਼ਰ ਆਉਣਾ ਸੀ, ਕਿਉਂਕਿ ਤੈਨੂੰ ਮਰਾਸੀ ਨਜ਼ਰ ਕਿਉਂ ਆਇਆ? ਸਤਿਗੁਰੂ ਜੀ ਦਾ, ਗੁਰੂ ਅਮਰਦਾਸ ਮਹਾਰਾਜ ਜੀ ਦਾ, ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹੋ ਨਾ, ਕਹੇ ਨਾਨਕ ਗੁਰਪ੍ਰਸਾਦੀ ਜਿਹਨਾਂ ਲਿਵ ਲਾਗੀ, ਸਤਿਗੁਰ ਮਿਲੀਏ। ਜਿੱਥੇ ਪਾਤਸ਼ਾਹ ਕਹਿੰਦੇ ਜੇ ਸਤਿਗੁਰ ਨੂੰ ਤੁਸੀਂ ਮਿਲਦੇ ਹੋ ਨਾ ਤਾਂ ਸਤਿਗੁਰ ਦੇ ਮਿਲਣ ਦੇ ਨਾਲ ਕੀ ਹੁੰਦਾ? ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਸਤਿਗੁਰ ਦੇ ਨਾਲ ਜਿਹੜੇ ਮਨੁੱਖਾਂ ਦੀ ਮੁਲਾਕਾਤ ਹੋ ਜਾਂਦੀ ਹੈ ਉਹਨਾਂ ਮਨੁੱਖਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ। ਦੋ ਦ੍ਰਿਸ਼ਟੀਆਂ ਹੁੰਦੀਆਂ ਨੇ, ਇੱਕ ਹੁੰਦੀ ਚਮ ਦ੍ਰਿਸ਼ਟੀ, ਇੱਕ ਹੁੰਦੀ ਦਿਵ ਦ੍ਰਿਸ਼ਟੀ। ਚਮ ਦ੍ਰਿਸ਼ਟੀ ਤਾਂ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਦੇਖ ਰਹੇ ਹੋ, ਮੈਂ ਤੁਹਾਨੂੰ ਦੇਖ ਰਿਹਾ, ਚਮ ਦ੍ਰਿਸ਼ਟੀ ਹੈ। ਆਪਾਂ ਜੋ ਇੱਥੇ ਬਾਹਰ ਕੈਮਰੇ ਦੇਖ ਰਹੇ, ਕੰਧਾਂ ਦੇਖ ਰਹੀਆਂ, ਇਹ ਚਮ ਦ੍ਰਿਸ਼ਟੀ ਹੈ। ਅਤੇ ਦਿਵ ਦ੍ਰਿਸ਼ਟੀ ਕੀ ਹੈ? ਦਿਵ ਦ੍ਰਿਸ਼ਟੀ ਜਦੋਂ ਮਨੁੱਖ ਦੇ ਕੋਲ ਇੱਕ ਐਸੀ ਸ਼ਕਤੀ ਆਉਂਦੀ ਹੈ ਜਿੱਥੇ ਉਹ ਕਿਸੇ ਮਨੁੱਖ ਦੀ ਪਹਿਚਾਣ ਕਰ ਲੈਂਦਾ,
ਜਦੋਂ ਮਨੁੱਖ ਦੀ ਪਹਿਚਾਣ ਹੋ ਜਾਂਦੀ ਹੈ ਤਾਂ ਫਿਰ ਮਨੁੱਖ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੁੰਦਾ, ਫਿਰ ਸ਼ੱਕ ਨਹੀਂ ਹੁੰਦਾ, ਕਿਉਂਕਿ ਪਹਿਚਾਣ ਹੋ ਗਈ ਕਿ ਇਹ ਕੰਮ ਐਸਾ ਕਰ ਨਹੀਂ ਸਕਦਾ। ਹਾਂ, ਇਸ ਨੂੰ ਨਿੰਦਕ ਲੋਕ ਭੰਡ ਜ਼ਰੂਰ ਸਕਦੇ ਨੇ, ਇਹ ਦਿਵ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ ਪੈਦਾ ਕਰਨੀ ਪੈਂਦੀ ਹੈ। ਲੇਕਿਨ ਜਿਹਦੇ ਕੋਲ ਦਿਵ ਦ੍ਰਿਸ਼ਟੀ ਨਹੀਂ ਹੈ, ਸਮਝ ਲਓ ਗੁਰੂ ਦੇ ਨਾਲ ਮਿਲਿਆ ਨਹੀਂ ਹੈ, ਦਿਵ ਦ੍ਰਿਸ਼ਟ ਹੋਈ। ਅਤੇ ਦਿਵ ਦ੍ਰਿਸ਼ਟੀ ਕੀ ਕਹਿੰਦੀ ਹੈ? ਦਿਵ ਦ੍ਰਿਸ਼ਟੀ ਕਹਿੰਦੀ ਹੈ ਕਿ ਉਹ ਚੀਜ਼ਾਂ ਤੈਨੂੰ ਨਜ਼ਰ ਆਉਣ ਜਿਹੜੀਆਂ ਚੀਜ਼ਾਂ ਉੱਥੇ ਮੌਜੂਦ ਇਸ ਪੱਖੋਂ ਨੇ, ਜਿਸ ਪੱਖੋਂ ਸਤਿਗੁਰ ਨਾਨਕ ਉਸ ਨੂੰ ਜ਼ਿਕਰ ਕਰਕੇ ਸਮਝਾ ਰਹੇ ਨੇ। ਕਬੁੱਧ, ਇਹ ਤੇਰੀ ਕਬੁੱਧ ਹੈ ਕਿ ਤੂੰ ਮਰਦਾਨੇ ਵਿੱਚੋਂ ਮਰਾਸੀ ਦੇਖਿਆ। ਜੇ ਤੇਰੇ ਕੋਲ ਧਰਮ ਦੀ ਬੁੱਧ ਹੁੰਦੀ ਤਾਂ ਤੈਨੂੰ ਮਰਦਾਨੇ ਪਿੱਛੋਂ ਮਰਾਸੀ ਨਹੀਂ, ਤਾਂ ਫਿਰ ਤੈਨੂੰ ਕੀ ਨਜ਼ਰ ਆਉਣਾ ਸੀ? ਘੱਟ ਘੱਟ ਮੈਂ ਹਰ ਜੀਓ ਵਸੇ ਸੰਤਨ ਕਹੋ ਪੁਕਾਰ, ਫਿਰ ਤੈਨੂੰ ਹਰ ਸਰੀਰ ਦੇ ਵਿੱਚ ਪਰਮਾਤਮਾ ਨਜ਼ਰ ਆਉਣਾ ਸੀ ਜੇ ਦਿਵ ਦ੍ਰਿਸ਼ਟੀ ਹੁੰਦੀ ਤਾਂ, ਜੇ ਗੁਰੂ ਨੂੰ ਮਿਲਿਆ ਹੁੰਦਾ, ਰੱਬ ਨੂੰ ਮਿਲਿਆ ਹੁੰਦਾ। ਦਿਵ ਦ੍ਰਿਸ਼ਟੀ ਨਹੀਂ ਸੀ, ਇਸ ਕਰਕੇ ਤੈਨੂੰ ਨਜ਼ਰ ਕੀ ਆਇਆ? ਉਸ ਦੇ ਪਿੱਛੋਂ ਮਰਾਸੀ ਨਜ਼ਰ ਆਇਆ, ਇਹ ਤੇਰੀ ਕਬੁੱਧ ਹੈ। ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਕਬੁੱਧ ਡੂਮਣੀ, ਪਹਿਲੀ ਤੂੰ ਕਹਿੰਦਾ ਡੂਮਣੀ ਨਹੀਂ ਮੈਂ ਆਉਣ ਦੇਣੀ, ਡੂਮਣੀ ਤੇਰੇ ਕੋਲ ਮੌਜੂਦ ਹੈ। ਕੁਦਾਇਆ ਕਸਾਇਣ, ਜਿਸ ਦੇ ਕੋਲ ਧਰਮ ਹੁੰਦਾ ਨਾ, ਉਸ ਦੇ ਕੋਲ ਕੀ ਹੁੰਦਾ? ਤੌਲ ਧਰਮ ਦਇਆ ਕਾ, ਉਸ ਦੇ ਕੋਲ ਦਇਆ ਹੁੰਦੀ ਜਿਸ ਦੇ ਕੋਲ ਧਰਮ ਹੁੰਦਾ। ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਇੱਕ ਪ੍ਰਸ਼ਨ ਪੁੱਛਿਆ, ਅੱਜ ਕੱਲ੍ਹ ਦੇ ਵਿਦਿਆਰਥੀ ਬੜੇ ਅੱਛੇ ਅੱਛੇ ਪ੍ਰਸ਼ਨ ਪੁੱਛਦੇ, ਮੈਂ ਕਈ ਵਾਰੀ ਸੋਚਦਾ ਹੈਰਾਨ ਹੋ ਜਾਂਦਾ ਕਿ ਐਸੇ ਐਸੇ ਪ੍ਰਸ਼ਨ, ਔਰ ਬੜਾ ਅੱਛਾ ਲੱਗਦਾ ਜਿਸ ਵਕਤ ਉਹ। ਅਸਲ ਵਿੱਚ ਜਿਸ ਸਿਮਰਨ ਦੀ ਅਸੀਂ ਗੱਲ ਕਰਦੇ ਹਾਂ ਨਾ, ਉਹ ਸਿਮਰਨ ਅਸਲ ਵਿੱਚ ਹੈ ਕੀ ਹੈ? ਕਿਉਂਕਿ ਜ਼ਾਹਿਰ ਤੌਰ ਪਰ ਠੀਕ ਹੈ, ਆਪਾਂ ਅੱਖਾਂ ਵੀ ਬੰਦ ਕਰਦੇ ਹਾਂ, ਚੌਕੜੀਆਂ ਵੀ ਮਾਰਦੇ ਹਾਂ, ਵਾਹਿਗੁਰੂ ਜੀ ਦਾ ਰਟਨ ਵੀ ਕਰਦੇ ਹਾਂ, ਉਹ ਵੀ ਆਪਣੇ ਆਪ ਦੇ ਵਿੱਚ ਸਿਮਰਨ ਹੈ, ਉਹ ਵੀ ਕਰਨਾ ਚਾਹੀਦਾ। ਲੇਕਿਨ ਅਸਲ ਸਿਮਰਨ ਜਿਹਨੂੰ ਸਤਿਗੁਰ ਕਹਿੰਦੇ ਅੱਠੀ ਪੈਰੀ ਸਵਾਸੀ ਸਵਾਸ ਸਵਾਸ, ਅੱਠੀ ਪੈਰੀ ਸਵਾਸੀ ਸਵਾਸ ਸਵਾਸ ਕਿਹੜਾ ਐਸਾ ਸਿਮਰਨ ਹੁੰਦਾ ਜਿਹੜਾ ਕਿ ਹਰ ਵਕਤ ਤੁਸੀਂ ਕਾਰ ਵੀ ਚਲਾ ਰਹੇ ਹੋ, ਪਰਿਵਾਰ ਵੀ ਪਾਲ ਰਹੇ ਹੋ, ਕੁਟੁੰਬ ਵੀ, ਸੌਂ ਵੀ, ਕਿਉਂਕਿ ਸੋਣਾ ਵੀ ਹੁੰਦਾ, ਜੇ ਅੱਠੀ ਪੈਰੀ ਆਪਾਂ ਜਦੋਂ ਸੁੱਤੇ ਹੁੰਦੇ ਉਦੋਂ ਕਿੱਦਾਂ ਸਿਮਰਨ ਹੋ ਸਕਦਾ? ਤਾਂ ਜ਼ਾਹਿਰ ਤੌਰ ਉੱਪਰ ਇਹ ਸਿਮਰਨ ਚੱਲਦਾ ਕਿਸ ਤਰ੍ਹਾਂ? ਜਿਸ ਵਕਤ ਤੁਹਾਡੇ ਅੰਦਰ ਰੱਬ ਦੀ ਹੋਂਦ ਦਾ ਇੱਕ ਐਗਜ਼ਿਸਟ, ਰੱਬ ਦੀ ਹੋਂਦ ਦਾ ਇੱਕ ਸਰਬ ਵਿਆਪਕ ਹੋਂਦ ਦਾ ਆਪਣੇ ਆਪ ਦੇ ਵਿੱਚ ਅੰਦਰੋਂ ਵਿਸ਼ਵਾਸ ਜਗਦਾ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਹੈ। ਮੇਰੇ ਪਾਸੋਂ ਇੱਕ ਵਿਦਿਆਰਥਣ ਨੇ ਸਵਾਲ ਪੁੱਛਿਆ, ਇਹਦਾ ਮੈਂ ਜਵਾਬ ਬਾਅਦ ਵਿੱਚ ਦਿੰਦਾ, ਉਹ ਵੀ ਸਵਾਲ ਬੜਾ ਗਹਿਰਾ ਸੀ। ਉਹ ਮੈਨੂੰ ਕਹਿਣ ਲੱਗੀ, ਦਿੱਲੀ ਯੂਨੀਵਰਸਿਟੀ ਵਿੱਚ ਮੈਂ ਬੋਲ ਰਿਹਾ ਸੀਗਾ, ਸਾਰੇ ਲੈਕਚਰ ਟੀਚਰਸ ਇਕੱਠੇ ਹੋਏ ਸਨ। ਹੁਣ ਸੰਸਾਰ ਦੇ ਵਿੱਚ ਆਪਾਂ ਜਿਉਂਦੇ ਹਾਂ, ਔਰ ਸੰਸਾਰ ਦੇ ਵਿੱਚ ਜਿਉਂਦਿਆਂ ਇਹ ਸੁੱਖ ਔਰ ਦੁੱਖ, ਇਹ ਦੋ ਅਵਸਥਾਵਾਂ ਨੇ ਜਿਹੜੀਆਂ ਸਾਡੇ ਨਾਲ ਨਾਲ ਚੱਲਦੀਆਂ ਨੇ। ਲੇਕਿਨ ਗੁਰਸਿੱਖ ਦੇ ਲਈ ਸਤਿਗੁਰ ਦਾ ਕੀ ਉਪਦੇਸ਼ ਹੈ? ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਮਾਨ ਹੋਵੇ ਅਪਮਾਨ ਹੋਵੇ, ਸੁੱਖ ਹੋਵੇ ਦੁੱਖ ਹੋਵੇ, ਸਿੱਖ ਦੋਨਾਂ ਨੂੰ ਇੱਕ ਬਰਾਬਰ ਕਰਕੇ ਮੰਨੇਗਾ, ਇੱਕ ਬਰਾਬਰ ਕਰਕੇ ਚੱਲੇਗਾ। ਹੁਣ ਉਸ ਨੇ ਮੈਨੂੰ ਪ੍ਰਸ਼ਨ ਕੀ ਪੁੱਛਿਆ? ਜੇ ਸਿਮਰਨ ਦੀ ਜਾਂਚ ਆ ਜਾਵੇ, ਪਹਿਲੀ ਗੱਲ ਤਾਂ ਇਹ ਹੈ ਕਿ ਖਿਮਾ ਕਰਨੀ, ਸਿਮਰਨ ਦੀ ਜਾਂਚ ਹੀ ਸਾਨੂੰ ਨਹੀਂ ਆ ਸਕੀ। ਅਸੀਂ ਸੋਚਿਆ ਕਿ ਇੱਧਰ ਸਿਰ ਮਾਰਾਂਗੇ, ਉੱਧਰ ਸਿਰ ਮਾਰਾਂਗੇ, ਜਿੱਦਾਂ ਆਪਾਂ ਦੇਖਦੇ ਹਾਂ, ਖਰੇ ਇਹ ਸਿਮਰਨ ਹੈ। ਜੇ ਸਿਮਰਨ ਦੀ ਜਾਂਚ ਆ ਜਾਵੇ ਤਾਂ ਸਿਮਰਨ ਦੀ ਜਾਂਚ ਦੇ ਨਾਲ ਦੂਸਰੀ ਅਗਲੀ ਚੀਜ਼ ਕਿਹੜੀ ਆਉਂਦੀ ਹੈ? ਸਿਮਰਨ ਦੀ ਜਾਂਚ ਦੇ ਨਾਲ ਅਗਲੀ ਚੀਜ਼ ਆਉਂਦੀ ਹੈ ਸੂਝ। ਸੂਝ ਕਿਹੜੀ? ਪਰਮਾਤਮਾ ਦੀ ਹੋਂਦ ਉੱਪਰ ਵਿਸ਼ਵਾਸ ਕਿ ਉਹ ਅਕਾਲ ਪੁਰਖ ਸਰਬ ਵਿਆਪਕ ਹੈ। ਹੁਣ ਜਿਸ ਵਕਤ ਸਿਮਰਨ ਦੀ ਸੂਝ, ਸਿਮਰਨ ਦੀ ਜਾਂਚ ਆ ਜਾਂਦੀ ਹੈ ਤਾਂ ਉਸ ਵਕਤ ਕੀ ਹੁੰਦਾ? ਉਸ ਵਕਤ ਮਨੁੱਖ ਨੂੰ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਅਸੀਂ ਆਪਣੇ ਕਰਮਾਂ ਕਰਕੇ ਉਸ ਅਕਾਲ ਪੁਰਖ ਤੋਂ ਵਿਛੜੇ ਹਾਂ, ਔਰ ਕਰਮ ਮਿਲਾਵਣ ਹਾਰ, ਹੁਣ ਅਸੀਂ ਉਹ ਕਰਮ ਕਰਨੇ ਜਿਹੜੇ ਸਾਨੂੰ ਉਸ ਅਕਾਲ ਪੁਰਖ ਨਾਲ ਮਿਲਾ ਦੇਣਗੇ। ਉਹਦੇ ਵਿੱਚੋਂ ਆਪਾਂ ਜੇ ਸੁੱਖ ਹੋਵੇ ਜਾਂ ਦੁੱਖ ਹੋਵੇ, ਸੁੱਖ ਦੇ ਵਿੱਚ ਆਪਾਂ ਭੰਗੜੇ ਨਹੀਂ ਪਾਉਂਦੇ, ਦੁੱਖ ਦੇ ਵਿੱਚ ਆਪਾਂ ਕੀਰਨੇ ਨਹੀਂ ਪਾਉਂਦੇ, ਸੁੱਖ ਦੇ ਵਿੱਚ ਆਪਾਂ ਪਾਰਟੀਆਂ ਨਹੀਂ ਕਰਦੇ, ਦੁੱਖ ਦੇ ਵਿੱਚ ਆਪਾਂ ਟੂਣੇ ਧਾਰ ਕੋਲ ਨਹੀਂ ਜਾਂਦੇ, ਇਹ ਅਵਸਥਾ ਆ ਜਾਂਦੀ ਹੈ। ਹੁਣ ਉਹਨੇ ਮੈਨੂੰ ਪ੍ਰਸ਼ਨ ਕਿਹੜਾ ਪੁੱਛਿਆ? ਕਹਿੰਦੀ ਦੁੱਖ ਜਿਹੜਾ ਜਿਹਨੂੰ ਆਪਾਂ
ਕਈ ਵਾਰੀ ਦੁੱਖ ਆਉਂਦਾ ਤਾਂ ਆਪਾਂ ਕਹਿੰਦੇ ਜੀ ਸਾਡੇ ਉੱਪਰ ਦੁੱਖਾਂ ਦਾ ਪਹਾੜ ਢਹਿ ਪਿਆ, ਦੁੱਖਾਂ ਦਾ ਪਹਾੜ। ਉਹ ਕਹਿੰਦੀ ਕਿ ਦੁੱਖ ਹੋਵੇ ਤਾਂ ਦੁੱਖਾਂ ਦਾ, ਕਿਵੇਂ ਕਹਿੰਦੀ ਜੇ ਸਿਮਰਨ ਹੋਵੇ ਤਾਂ ਦੁੱਖਾਂ ਦਾ ਪਹਾੜ ਦੂਰ ਹੋ ਜਾਏਗਾ। ਮੈਂ ਕਿਹਾ ਰੱਤੀ ਭਰ ਵੀ ਦੂਰ ਨਹੀਂ ਹੋਏਗਾ, ਇੰਚ ਭਰ ਵੀ ਦੂਰ ਨਹੀਂ ਹੋਏਗਾ, ਇਹ ਉੱਥੇ ਹੀ ਰਹਿਣਗੇ ਦੁੱਖ। ਜ਼ਾਹਿਰ ਤੌਰ ਉੱਪਰ ਉਹਨੇ ਅਗਲਾ ਸਵਾਲ ਪੁੱਛਣਾ ਸੀ ਫਿਰ ਸਿਮਰਨ ਕਰਨ ਦਾ ਫਾਇਦਾ ਕੀ ਹੈ, ਸਿਮਰਨ ਕਰਨ ਦੇ ਨਾਲ ਦੁੱਖ ਦੂਰ ਹੋ ਜਾਏਗਾ। ਮੈਂ ਕਹਿੰਦਾ ਬਿਲਕੁਲ ਦੂਰ ਨਹੀਂ ਹੋਏਗਾ, ਰੱਤੀ ਭਰ ਵੀ ਦੂਰ ਨਹੀਂ ਹੋਏਗਾ, ਕਿਉਂਕਿ ਦੁੱਖ ਅਸੀਂ ਆਪਣੇ ਕਰਮਾਂ ਦੇ ਮੁਤਾਬਕ ਜਿਹੜੇ ਪਾਉਣੇ ਨੇ ਉਹ ਪਾਣੇ ਪਾਣੇ ਨੇ। ਗੁਰਮਤਿ ਕਿਤੇ ਨਹੀਂ ਕਹਿੰਦੀ ਕਿ ਤੁਸੀਂ ਅਗਰ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਪ੍ਰਭੂ ਦੀ ਭਗਤੀ ਕਰਦੇ ਹੋ ਤਾਂ ਦੁੱਖ ਦੂਰ ਹੋ ਜਾਏਗਾ। ਹਾਂ, ਦੁੱਖ ਦੂਰ ਹੋਏਗਾ, ਲੇਕਿਨ ਕਿਸ ਕੰਡੀਸ਼ਨ ਦੇ ਵਿੱਚ, ਮੈਂ ਦੱਸਦਾ ਤੁਹਾਨੂੰ। ਹੁਣ ਮੈਨੂੰ ਕਹਿਣ ਲੱਗੀ ਕਿ ਸਿਮਰਨ ਕਰਨ ਦੇ ਨਾਲ ਦੁੱਖ ਦਾ ਪਹਾੜ ਦੂਰ ਹੋ ਜਾਏਗਾ। ਮੈਂ ਕਿਹਾ ਰੱਤੀ ਭਰ ਵੀ ਦੂਰ ਨਹੀਂ ਹੋਏਗਾ। ਫਿਰ ਉਹ ਕਹਿਣ ਲੱਗੀ ਸਿਮਰਨ ਦਾ ਫਾਇਦਾ ਕੀ ਹੈ, ਅਸਲ ਵਿੱਚ ਸਿਮਰਨ ਦਾ ਫਾਇਦਾ ਕੀ ਹੈ। ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਸ਼ਕਤੀ ਮਿਲਦੀ ਹੈ, ਬਲ ਮਿਲਦਾ ਹੈ। ਜਿਸ ਤਰ੍ਹਾਂ ਆਪਣੇ ਕੋਈ ਵਿਛੜ ਜਾਏ ਤਾਂ ਅਸੀਂ ਕਹਿੰਦੇ ਭਾਣਾ ਮੰਨਣ ਦਾ ਬਲ ਬਖਸ਼ੀ, ਤਾਂ ਫਿਰ ਕਰਨੀ ਜਦੋਂ ਕੋਈ ਜੰਮਦਾ ਉਦੋਂ ਕਿਉਂ ਨਹੀਂ ਕਹਿੰਦੇ ਭਾਣਾ ਮੰਨਣ ਦਾ ਬਲ, ਉਦੋਂ ਪਕੜੇ ਪਾਉਂਦੇ ਹਾਂ। ਜੇ ਉਦੋਂ ਵੀ ਬਲ ਮਿਲ ਗਿਆ ਹੁੰਦਾ ਤਾਂ ਆਪਾਂ ਪ੍ਰਭੂ ਦਾ, ਪਰਮਾਤਮਾ ਦਾ ਉਦੋਂ ਵੀ ਧੰਨਵਾਦ ਕਰਦੇ, ਉਦੋਂ ਭੰਗੜੇ ਪਾਉਂਦੇ ਹਾਂ। ਅਤੇ ਸਤਿਗੁਰ ਕਹਿੰਦੇ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ, ਜਾਂ ਤਿਸ ਭਾਣਾ ਤਾਂ ਜੰਮਿਆ ਭਾਣੇ ਆਵੇ ਜਾਏ, ਭਾਣੇ ਨਾਲ ਹੀ ਜੰਮੇਗਾ, ਭਾਣੇ ਨਾਲ ਹੀ ਮਨੁੱਖ ਮਰੇਗਾ। ਸਿਮਰਨ ਕਰਨ ਦੇ ਨਾਲ ਉਸਦੇ ਕੋਲ ਇੱਕ ਸ਼ਕਤੀ ਮਿਲੇਗੀ, ਸਿਮਰਨ ਕਰਨ ਦੇ ਨਾਲ ਦੁੱਖਾਂ ਦਾ ਪਹਾੜ ਦੂਰ ਨਹੀਂ ਹੋਏਗਾ, ਸਿਮਰਨ ਕਰਨ ਦੇ ਨਾਲ ਦੁੱਖਾਂ ਦੇ ਪਹਾੜ ਉੱਪਰ ਚੜ੍ਹਨ ਦੀ ਜਾਂਚ ਆ ਜਾਏਗੀ। ਪਿੰਗਲ ਪਰਬਤ ਪਾਰ ਚੜ੍ਹ ਪਾਰ ਪੜੇ ਕਲ ਚਤਰ ਬਕੀਤਾ ਦਲੇਦ ਤਿਰ ਭਵਨ ਸੂਜਿਆ ਗੁਰ ਪੇਟ ਪਨੀਤ ਮੈਂ ਮਾ ਸਾਧੂ ਸੰਗ ਕੀ ਸੁਣ ਉਹ ਮੇਰੇ ਮੀਤਾ। ਸਿਮਰਨ ਕਰਨ ਦੇ ਨਾਲ ਮਨੁੱਖ ਨੂੰ ਇੱਕ ਬਲ ਮਿਲੇਗਾ, ਇੱਕ ਸ਼ਕਤੀ ਮਿਲੇਗੀ। ਜਿਵੇਂ ਆਪ ਧੁੱਪ ਸੀਗੀ ਨਾ, ਆਹ 2 ਮਿੰਟ ਧੁੱਪ ਹੋਈ, ਕਿਸੇ ਸਿੰਘ ਨੇ ਉੱਠ ਕੇ ਪਰਦਾ ਕਰਤਾ ਤਾਂ ਕੀ ਹੋਇਆ, ਧੁੱਪ ਉੱਥੇ ਹੀ ਹੈ ਪਰ ਤੁਹਾਡੇ ਤੱਕ ਨਹੀਂ ਪਹੁੰਚ ਰਹੀ, ਕਿਉਂਕਿ ਆ ਪਰਦਾ ਵਿਚਕਾਰ ਆ ਗਿਆ। ਦੁੱਖ ਉੱਥੇ ਹੀ ਹੋਏਗਾ ਪਰ ਉਹ ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ, ਕਿਉਂਕਿ ਉਹਦੇ ਵਿਚਕਾਰ ਸਿਮਰਨ ਆ ਜਾਏਗਾ ਪ੍ਰਭੂ ਦਾ, ਤੁਹਾਨੂੰ ਜਿਹੜਾ ਸ਼ਕਤੀ ਦੇਵੇਗਾ, ਤਾਂ ਦੁੱਖ ਨੂੰ ਜਰਨ ਦਾ ਬਲ ਮਿਲ ਜਾਏਗਾ, ਦੁੱਖ ਦੂਰ ਨਹੀਂ ਹੋਏਗਾ, ਦੁੱਖ ਪਰੇ ਹੋ ਜਾਏਗਾ, ਦੁੱਖ ਖਤਮ ਨਹੀਂ ਹੋਏਗਾ, ਕਿਉਂਕਿ ਤੁਹਾਡੇ ਕੋਲ ਇੱਕ ਸਿਮਰਨ ਦੀ ਸ਼ਕਤੀ ਆ ਗਈ, ਇਹ ਸਿਮਰਨ ਹੈ। ਇਸ ਕਰਕੇ ਜਿਹੜੇ ਇਸ ਹਿਸਾਬ ਦੇ ਨਾਲ ਸਿਮਰਨ ਨੂੰ ਸਮਝ ਜਾਂਦੇ ਨਾ, ਉਹ ਫਿਰ ਕੋਈ ਮੰਨਤਾ ਨਹੀਂ ਮੰਨਦੇ, ਉਹ ਫਿਰ ਸਮਝ ਜਾਂਦੇ ਨੇ ਕਿ ਸਿਮਰਨ ਦੇ ਵਿੱਚ ਉਹ ਬਰਕਤ ਹੈ ਜਿਸ ਦੇ ਨਾਲ ਮੈਂ ਆਪਣੇ ਦੁੱਖ ਦੂਰ ਕਰ ਸਕਦਾ। ਦੁੱਖ ਉੱਥੇ ਹੀ ਹੋਣਗੇ ਪਰ ਦੂਰ ਖੜੇ ਹੋਣਗੇ, ਤੁਹਾਡਾ ਕੁਛ ਵਿਗਾੜ ਨਹੀਂ ਸਕਣਗੇ। ਤਾਂ ਦੂਸਰੀ ਜਿਹੜੀ ਵਿਦਿਆਰਥਣ, ਉਸਨੇ ਮੈਨੂੰ ਇਹ ਸਵਾਲ ਪੁੱਛਿਆ। ਹੁਣ ਪਹਿਲੀ ਵਿਦਿਆਰਥਣ ਜਿਹੜੀ ਸਵਾਲ ਪੁੱਛ ਰਹੀ ਹੈ, ਉਸਦੇ ਵਿੱਚ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਗਹਿਰਾਪਨ ਹੈ, ਕਿਉਂਕਿ ਸਵਾਲ ਸਵਾਲ ਹੈ, ਪ੍ਰਸ਼ਨ ਪ੍ਰਸ਼ਨ ਹੈ, ਕਿਉਂਕਿ ਸਿਮਰਨ ਹੈ। ਸਿਮਰਨ ਦੇ ਨਾਲ ਆਪਾਂ ਜੀਵਨ ਦੀ ਜਾਂਚ ਸਿੱਖਣੀ ਹੈ, ਔਰ ਸਿਮਰਨ ਦੇ ਨਾਲ ਹੀ ਸਾਨੂੰ ਜੀਵਨ ਦੀ ਜਾਂਚ ਮਿਲੇਗੀ। ਜੀਵਨ ਦੀ ਜਾਂਚ ਜਿਹੜੀ ਹੈ ਉਹ ਧਰਮ ਦੇ ਆਧਾਰ ਉੱਪਰ ਹੋਏਗੀ। 8ਪਹਿਰੀ ਸਵਾਸੀ ਸਵਾਸ ਸਵਾਸ ਸਿਮਰਨ ਕਰਨ ਦੀ ਆਪਣੇ ਆਪ ਦੇ ਵਿੱਚ ਇੱਕ ਜਾਂਚ ਆਏਗੀ। ਜਿਸ ਵਕਤ ਮਨੁੱਖ ਫਿਰ ਆਪਣੀ ਹੋਮੇ ਨੂੰ ਛੱਡ ਦਿੰਦਾ ਹੈ, ਜਿਸ ਵਕਤ ਮਨੁੱਖ ਧਰਮ ਦੀ ਪਰਿਭਾਸ਼ਾ ਨੂੰ ਸਹੀ ਮੇਨੇ ਵਿੱਚ ਸਮਝਦਾ ਹੈ, ਜਿਸ ਵਕਤ ਉਸ ਨੂੰ ਸਮਝ ਲੱਗਦੀ ਹੈ ਕਿ ਧਰਮ ਹੈ ਕੀ ਹੈ, ਉਸ ਵਕਤ ਫਿਰ ਉਹ ਗਊ ਦੇ ਗੋਬਰ ਦੇ ਨਾਲ ਆਪਣੇ ਚੌਂਕੇ ਨੂੰ ਸ਼ੁਭ ਨਹੀਂ ਕਰਦਾ, ਫਿਰ ਉਹ ਆਪਣੀ ਆਤਮਾ ਦੇ ਨਾਲ ਆਪਣੇ ਚੌਂਕੇ ਨੂੰ ਸ਼ੁਭ ਕਰਦਾ ਹੈ। ਹੁਣ ਜਿਸ ਵਕਤ ਵੈਸ਼ਨਵ ਬਰਦਾਨਾ ਜੀ ਦੇ ਪਿੱਛੇ ਭੱਜਦਾ ਆਇਆ ਅਤੇ ਸਤਿਗੁਰ ਕਹਿਣ ਲੱਗੇ ਆ ਚਾਰੇ ਤਾਂ ਤੇਰੇ ਪਿੱਛੇ ਨੇ, ਕਬੁੱਧ ਡੂਮਣੀ ਕੁਦਇਆ ਕਸਾਇਣ, ਆ ਜਿਹੜੀ ਤੂੰ ਕੁਦਇਆ ਭਾਵ ਜਿਹੜੀ ਤੂੰ ਦਇਆ ਨਹੀਂ ਕੀਤੀ, ਕਿਉਂਕਿ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜੇ ਤੇਰੇ ਅੰਦਰ ਦਇਆ ਹੁੰਦੀ ਤਾਂ ਤੂੰ ਮਰਦਾਨਾ ਜੀ ਨੂੰ ਬਗੈਰ ਉਹਨਾਂ ਦੀ ਜਾਤ ਵਿਚਾਰੇ, ਬਗੈਰ ਉਹਨਾਂ ਤੋਂ ਕੁਛ ਪੁੱਛੇ, ਉਹਨਾਂ ਨੂੰ ਤੂੰ ਉਹ ਚੀਜ਼ ਦਿੰਦਾ ਜਿਹੜੀ ਉਹ ਮੰਗਣ ਆਏ ਸਨ ਤੇਰੇ ਕੋਲ, ਕਿਉਂਕਿ ਤੇਰੇ ਅੰਦਰ ਦਇਆ ਨਹੀਂ ਸੀ। ਇਸ ਕਰਕੇ ਕੁਦਇਆ ਕਸਾਇਣ, ਆ ਦੂਜੀ ਕਸਾਇਣ ਵੀ ਤੇਰੇ ਕੋਲ ਬੈਠੀ ਹੋਈ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਤੂੰ ਕਹਿੰਦਾ ਮੈਂ ਚੂੜੀ ਆਪਣੇ ਚੌਂਕੇ 'ਤੇ ਵੜਨ ਨਹੀਂ ਦੇਣੀ, ਆ ਪਰ ਨਿੰਦਾ ਜਿਹੜੀ ਤੂੰ ਪਰਾਈ ਨਿੰਦਾ ਕਰਦਾ ਪਰ ਨਿੰਦਾ ਘੱਟ ਚੂੜੀ। ਅਤੇ ਫਿਰ ਚੌਥੀ ਕਿਹੜੀ ਹੈ, ਮੁੱਠੀ ਕਰੋਧ ਚੰਡਾਲ,
ਤੂੰ ਕਹਿੰਦਾ ਮੈਂ ਚੰਡਾਲ ਨਹੀਂ ਆਪਣੇ ਚੌਂਕੇ 'ਤੇ ਆੜ ਦੇਣਾ, ਮੁੱਠੀ ਜਦੋਂ ਬੰਦਾ ਗੁੱਸਾ ਕਰਦਾ ਨਾ ਤਾਂ ਉਹਦੀਆਂ ਮੁੱਠੀਆਂ ਭਿੱਜ ਜਾਂਦੀਆਂ, ਮੁੱਠੀ ਕ੍ਰੋਧ ਚੰਡਾਲ, ਆ ਜਿਹੜਾ ਤੂੰ ਕ੍ਰੋਧ ਕਰਕੇ ਮਰਦਾਨਾ ਜੀ ਦੇ ਪਿੱਛੇ ਪਿੱਛੇ ਭੱਜਿਆ ਨਾ, ਇਹ ਵੀ ਤੇਰੇ ਕੋਲ ਚੰਡਾਲਣੀ ਰੂਪ ਦੇ ਵਿੱਚ ਮੌਜੂਦ ਹੈ। ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੇ ਕਿਆ ਥੀਏ। ਕਾਰੀ ਕਹਿੰਦੇ ਨੇ ਜਦੋਂ ਉਹ ਗੋਬਰ ਦੇ ਚੌਂਕੇ ਨੂੰ ਆਪਣੇ ਆਸ ਪਾਸ ਕਾਰ, ਹੁਣ ਕਹਿੰਦੇ ਸੀ ਆਪਾਂ ਵੀ ਜਦੋਂ ਕੀਰਤਨ ਸੋਹਲੇ ਦਾ ਪਾਠ ਕਰਦੇ ਨੇ, ਚੌ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ, ਭਾਵ ਸਾਡੇ ਆਸ ਪਾਸ ਇੱਕ ਲਾਈਨ ਖਿੱਚ ਜਾਂਦੀ ਹੈ ਵਾਹਿਗੁਰੂ ਦੇ ਨਾਮ ਦੀ। ਅਤੇ ਉਹ ਕਹਿੰਦਾ ਕਿ ਮੈਂ ਆਪਣੇ ਚੌਂਕੇ ਨੂੰ ਸ਼ੁੱਧ ਕੀਤਾ ਹੋਇਆ ਗਊ ਦੇ ਗੋਬਰ ਦੇ ਨਾਲ ਚਾਰੋਂ ਪਾਸਿਓਂ, ਅਤੇ ਸਤਿਗੁਰ ਕਹਿੰਦੇ ਕਾਰੀ ਕੱਢੀ ਕਿਆ ਥੀਏ, ਜਾਂ ਚਾਰੇ ਬੈਠੀਆਂ ਨਾਲ, ਇੱਕ ਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘੱਟ ਚੂੜੀ, ਚਾਰੋਂ ਤਾਂ ਤੇਰੇ ਕੋਲ ਬੈਠੀਆਂ ਹੋਈਆਂ, ਅਤੇ ਤੂੰ ਕੀ ਸਮਝਦਾ ਕਿ ਮੈਂ ਆਪਣੇ ਆਪ ਨੂੰ ਸ਼ੁੱਭ ਕਰ ਲਿਆ, ਤੂੰ ਕੀ ਸਮਝਦਾ ਕਿ ਮੈਂ ਆਪਣੇ ਆਪ ਨੂੰ ਸ਼ੁੱਧ ਕਰ ਲਿਆ। ਅਤੇ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਾ ਜੀ ਤੁਹਾਨੂੰ ਜਵਾਬ ਮਿਲ ਗਿਆ, ਕਿਉਂਕਿ ਮਰਦਾਨਾ ਜੀ ਨੇ ਸਵਾਲ ਪੁੱਛਿਆ ਸੀ ਕਿ ਜਿੰਨੇ ਵੀ ਇੱਥੇ ਲੋਕ ਆਏ ਨੇ ਇਹ ਕੀ ਸਾਰੇ ਮੂਰਖ ਨੇ, ਅਤੇ ਪਾਤਸ਼ਾਹ ਕਹਿਣ ਲੱਗੇ ਜਵਾਬ ਮਿਲ ਗਿਆ। ਅਤੇ ਫਿਰ ਮਰਦਾਨਾ ਜੀ ਨੇ ਅਗਲੀ ਗੱਲ ਕਹੀ ਕਿ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ, ਅਤੇ ਫਿਰ ਤੀਰਥ ਹੈ ਕੀ, ਆ ਇੰਨੇ ਲੋਕ ਇੱਥੇ ਆਏ ਹੋਏ ਨੇ, ਕੁਛ ਤਾਂ ਗੱਲ ਹੋਏਗੀ ਨਾ। ਸਤਿਗੁਰ ਕਹਿਣ ਲੱਗੇ ਹਾਂ, ਤੀਰਥ ਦੀ ਵੀ ਇੱਕ ਪਰਿਭਾਸ਼ਾ ਹੈ, ਅਤੇ ਮੈਂ ਬੇਨਤੀ ਕੀਤੀ ਸੀ ਕਿ ਬਿਪਰ ਨੂੰ ਸੱਟ ਕਿਸ ਗੱਲ ਦੀ ਲੱਗੀ ਹੈ, ਬਿਪਰ ਦੇ ਮਨ ਵਿੱਚ ਜਿਹੜਾ ਅੱਜ ਵੀ ਕ੍ਰੋਧ ਬਿਪਰ ਸਾਡੇ ਖਿਲਾਫ ਕੱਢ ਰਹੇ ਨਾ RSS ਦੇ ਰੂਪ ਦੇ ਵਿੱਚ, ਉਹਨਾਂ ਨੂੰ ਇਸ ਗੱਲ ਦੀ ਸੱਟ ਉਦੋਂ ਤੋਂ ਲੱਗੀ ਜਿਸ ਵਕਤ ਸਤਿਗੁਰਾਂ ਦੀ ਸਹੀ ਔਰ ਅੱਜ ਵੀ ਸਹੀ ਪਰਿਭਾਸ਼ਾ ਤੁਹਾਨੂੰ ਸਮਝ ਨਾ ਲੱਗੇ, ਇਸ ਕਰਕੇ ਉਹ ਹਰ ਹੀਲਾ ਕਰਨਗੇ, ਤੁਹਾਡਾ ਪ੍ਰਚਾਰ ਰੋਕਣਗੇ, ਤੁਹਾਨੂੰ ਸਹੀ ਸਮਝ ਨਾ ਲੱਗ ਸਕੇ, ਇਸ ਕਰਕੇ ਤੁਹਾਡੇ ਵਿੱਚ ਧਰਮ ਦੀ ਵਿਨਾਸ਼ ਦੇ ਉੱਤੇ ਕਈ ਕਿਸਮ ਦੇ ਰੋਲੇ ਜਿਹੜੇ ਅੱਜ ਪਾ ਦਿੱਤੇ ਗਏ ਆ। ਮੈਂ ਕਈ ਵਾਰੀ, ਤੁਸੀਂ ਦੇਖਿਆ ਹੋਣਾ ਇੰਟਰਵਿਊਜ਼ ਦੇ ਦੌਰਾਨ, ਮੈਂ ਵਿਦਵਾਨਾਂ ਨੂੰ ਇਹ ਸਵਾਲ ਪੁੱਛਦਾ ਵੀ ਇੱਕਦਮ ਇਹ ਰੋਲੇ ਕਿਉਂ ਪਾਏ ਗਏ। ਆ ਇਹਨਾਂ ਦਿਨਾਂ 'ਚ ਤੁਸੀਂ ਦੇਖਿਆ ਨਾ 1984 ਤੋਂ ਬਾਅਦ ਇੱਕਦਮ 300 ਸਾਲ ਤੋਂ ਤੁਸੀਂ ਅੰਮ੍ਰਿਤ ਛਕਦੇ ਆ ਰਹੇ ਹੋ, ਕੋਈ ਰੋਲਾ ਨਹੀਂ ਸੀ। ਆ ਇੱਕਦਮ ਹੀ ਸਤਿਗੁਰ ਪਾਤਸ਼ਾਹ ਜੀ ਦੇ ਬਾਣੀ ਦੇ ਵਿੱਚ, ਨਿਤਨੇਮ ਦੀਆਂ ਬਾਣੀਆਂ ਵਿੱਚ, ਹੋਰ ਇੱਕਦਮ ਇਹ ਐਸਾ ਕਿਉਂ ਹੋਇਆ? ਕਿਉਂਕਿ ਕੌਮ ਦੇ ਵਿੱਚ ਜਾਗਰਤੀ ਆਉਣੀ ਸ਼ੁਰੂ ਹੋ ਗਈ ਸੀ, ਔਰ ਇਹ ਜਾਗਰਤੀ ਆਉਣੀ ਕਦੋਂ ਸ਼ੁਰੂ ਹੋਈ ਸੀ? ਜਦੋਂ ਇੱਕ ਮਹਾਂਪੁਰਖ ਸੰਤ ਬਾਬਾ ਨੇ, ਨਾਮ ਤੁਸੀਂ ਜਾਣਦੇ ਹੋ, ਬਾਬਾ ਜਰਨੈਲ ਸਿੰਘ, ਇੱਕ ਜਾਗਰਤੀ ਲਿਆਂਦੀ ਸੀ, ਕਮਿਸ਼ਨਰ ਨੇ ਕੇਸ ਰੱਖ ਲਏ ਸਨ, ਮੰਨਦੇ ਹੋ ਇਸ ਗੱਲ ਨੂੰ? ਜਾਗਰਤੀ ਦੇ ਉੱਤੇ ਅਸਲ ਵਿੱਚ ਅੱਜ ਵੀ ਲੋਕ ਪ੍ਰਸ਼ਨ ਕਰਦੇ ਨਾ, ਜਿਹੜੇ ਕਿ ਜੇ ਬਾਬਾ ਜੀ ਉੱਥੇ ਨਾ ਹੁੰਦੇ ਤਾਂ ਸ਼ਾਇਦ ਅਟੈਕ ਨਾ ਹੁੰਦਾ, ਅਤੇ ਬਾਕੀ ਦੇ ਗੁਰਦੁਆਰੇ ਅਟੈਕ ਅਕਾਲ ਤਖ਼ਤ ਸਾਹਿਬ 'ਤੇ ਨਹੀਂ ਹੋਇਆ, ਅਟੈਕ ਸਿਧਾਂਤ ਦੇ ਉੱਤੇ ਹੋਇਆ, ਪਰ ਉਹ ਸਮਝ ਹੀ ਨਾ ਸਕੇ। ਇਸ ਕਰਕੇ ਜਦੋਂ ਉਹਨਾਂ ਨੇ ਦੇਖਿਆ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਭਵਨ ਦੇ ਉੱਤੇ ਇੱਕ ਬਿਲਡਿੰਗ ਦੇ ਉੱਤੇ ਅਟੈਕ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਕੁਝ ਨਹੀਂ ਵਿਗਾੜ ਸਕੇ ਸਵਾਏ ਜਿਸਮਾਨੀ ਤੌਰ ਉੱਪਰ ਇਹਨਾਂ ਨੂੰ ਸ਼ਹਾਦਤ ਦਾ ਨੁਕਸਾਨ ਪਹੁੰਚਾਉਣ ਤੋਂ ਇਲਾਵਾ, ਹੋਰ ਕੁਛ ਨਹੀਂ ਕਰ ਸਕੇ। ਤਾਂ ਫਿਰ ਉਹਨਾਂ ਨੇ ਅਗਲਾ ਅਟੈਕ ਕਿਹੜਾ ਕੀਤਾ? ਨਸ਼ਿਆਂ ਦਾ। ਅਗਲਾ ਅਟੈਕ ਕਿਹੜਾ ਕੀਤਾ? ਤੁਹਾਡੇ ਅੰਦਰ ਦੁਬਿਧਾ ਪਾਤੀ। ਜਦਕਿ ਸਤਿਗੁਰ ਕਹਿੰਦੇ ਨੇ ਹੋ ਇਕੱਤਰ ਮਿਲੋ ਮੇਰੇ ਭਾਈ। ਮੇਰੇ ਪਾਸੋਂ ਕਿਸੇ ਨੇ ਪ੍ਰਸ਼ਨ ਕੀਤਾ ਗੁਰਮੁਖ ਬੈਸੋ ਸਫਾ ਵਿਛਾਈ ਦਾ ਮਤਲਬ ਕੀ ਹੈ? ਗੁਰਮੁਖ ਹੋ ਕੇ ਬੈਠੋ। ਗੁਰਮੁਖ ਜਿੰਨੀ ਦੇਰ ਤੱਕ ਗੁਰਮੁਖ ਹੋ ਕੇ ਨਹੀਂ ਬੈਠੋਗੇ ਨਾ, ਉਨੀ ਦੇਰ ਤੱਕ ਕਹੋਗੇ ਹਾਂ ਮੈਂ ਪੱਗ ਲਵਾਂਗਾ, ਹਾਂ ਮੈਂ ਧੋਣ ਲਵਾਂਗਾ, ਮੈਂ ਵਿਚਾਰ ਕਰਨੀ ਨਹੀਂ, ਕਿਉਂਕਿ ਅੰਦਰ ਗੁਰਮੁਖਤਾ ਨਹੀਂ ਆਈ। ਗੁਰਮੁਖ ਬੈਸੋ ਸਫਾ ਵਿਛਾਈ, ਗੁਰਮੁਖ ਹੋ ਕੇ ਸਫਾ ਵਿਛਾਓ ਫਿਰ ਬੈਠੋ। ਜਿੰਨੀ ਦੇਰ ਤੱਕ ਗੁਰਮੁਖ ਨਹੀਂ ਹੋਇਆ ਜਾ ਸਕੇਗਾ। ਤਾਂ ਉਸ ਵਿਦਿਆਰਥਣ ਨੇ ਮੈਨੂੰ ਸਵਾਲ ਕੀਤਾ ਕਿ ਧਰਮ ਐਗਜ਼ਿਸਟ ਕਿਸ ਤਰ੍ਹਾਂ ਕਰਦਾ? ਜਿਹੜਾ ਸਿਮਰਨ ਹੈ, ਉਸ ਸਿਮਰਨ ਨੂੰ ਆਪਾਂ
ਪ੍ਰੈਕਟੀਕਲ ਰੂਪ ਦੇ ਵਿੱਚ, ਕਿਉਂਕਿ ਸਿਮਰਨ 24 ਘੰਟੇ ਸਾਡੇ ਅੰਦਰ ਕਿਵੇਂ ਚੱਲੇ, ਪਰਮਾਤਮਾ ਦੀ 24 ਘੰਟੇ ਯਾਦ ਕਿਸ ਤਰ੍ਹਾਂ ਬਣੀ ਰਹੇ, ਜਿਸ ਵਕਤ ਕੋਈ ਕਰਮ ਸਾਡੇ ਸਾਹਮਣੇ ਆਵੇ ਉਸ ਵਕਤ ਅਕਾਲ ਪੁਰਖ ਸਾਡੇ ਸਾਹਮਣੇ ਆਵੇ, ਕਿਵੇਂ? ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਨੇ ਨਾ, ਧਰਮ ਦੀ ਬਿਨਾਹ ਦਿੱਤੇ, ਜਿਹੜੇ ਅੱਜ ਵੀ ਕਹਿੰਦੇ ਨੇ ਜੀ ਆਹ ਸਾਡਾ ਜਹਾਦ ਹੈ ਜੀ, ਕਿ ਜਹਾਜ਼ ਕਿਸੇ ਬਿਲਡਿੰਗ ਵਿੱਚ ਟਕਰਾ ਦੇਣਾ, ਬੇਗੁਨਾਹਾਂ ਦਾ ਕਤਲ ਕਰ ਦੇਣਾ, ਜਹਾਦ ਵਰਗੇ ਪਵਿੱਤਰ ਸ਼ਬਦ ਦਾ ਇਸਤੇਮਾਲ ਕਰਕੇ ਬੇਗੁਨਾਹਾਂ ਦਾ ਕਤਲ ਕਰਦੇ ਨੇ, ਔਰ ਕਤਲ ਹੋ ਧਰਮ ਦੀ ਬਣਾ ਤੇ ਰਹੇ ਨੇ, ਔਰ ਇਹੋ ਹੀ ਹੋ ਰਿਹਾ ਸੀ ਉਸ ਵਕਤ। ਅਤੇ ਧਰਮ ਐਗਜਿਸਟ ਉਸ ਵਕਤ ਕਰਦਾ ਜਿਹੜਾ ਸਿਮਰਨ ਅੰਦਰ ਚੱਲ ਰਿਹਾ ਹੁੰਦਾ ਹੈ। ਜਿਸ ਵਕਤ ਮਨੁੱਖ ਕੋਈ ਗੁਨਾਹ ਕਰਨ ਲੱਗਦਾ ਉਸ ਵਕਤ ਧਰਮ ਸਾਹਮਣੇ ਆ ਜਾਂਦਾ ਹੈ। ਅਤੇ ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧਰਮ। ਅਤੇ ਜਿਸ ਵਕਤ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਲੱਗੇ ਸਨ, ਜੇ ਉਹਨਾਂ ਵਿੱਚ ਧਰਮ ਹੁੰਦਾ ਤਾਂ ਉਹ ਧਰਮ ਸਾਹਮਣੇ ਆ ਜਾਂਦਾ ਕਿ ਨਹੀਂ, ਬੱਚਿਆਂ ਉੱਪਰ ਅਸੀਂ ਜ਼ੁਲਮ ਨਹੀਂ ਕਰਨਾ। ਧਰਮ ਸਾਹਮਣੇ ਆ ਗਿਆ, ਸਿਮਰਨ ਮਨ 'ਚੋਂ ਨਿਕਲਦਾ ਉਸ ਵਕਤ, ਪਰਮਾਤਮਾ ਆਪਣੇ ਆਪ ਯਾਦ ਆ ਜਾਂਦਾ। ਜਿਸ ਵਕਤ ਉਹ ਕਿਸੇ ਨੂੰ ਦੇਗ ਦੇ ਵਿੱਚ ਕਿਸੇ ਬੇਗੁਨਾਹ ਕਿਸੇ ਦਾ ਬੰਦ ਕੱਟਦੇ ਨੇ, ਜੇ ਧਰਮ ਹੁੰਦਾ ਤਾਂ ਉਸ ਵਕਤ ਧਰਮ ਸਾਹਮਣੇ ਆ ਜਾਣਾ ਸੀ। ਜੇ ਧਰਮ ਹੁੰਦਾ ਤਾਂ ਉਸ ਵਕਤ ਧਰਮ ਸਾਹਮਣੇ ਆ ਜਾਣਾ ਸੀ ਕਿ ਅਸੀਂ ਇਹਨਾਂ ਦੇ ਗਲਾਂ ਦੇ ਵਿੱਚ ਟੈਰ ਪਾ ਕੇ ਸਾੜ ਰਹੇ, ਇਹਨਾਂ ਨੇ ਸਾਡੇ ਧਰਮ ਨੂੰ ਪਹੁੰਚਾਇਆ। ਜੇ ਧਰਮ ਹੁੰਦਾ ਤਾਂ ਉਸ ਵਕਤ, ਜੇ ਧਰਮ ਹੁੰਦਾ ਤਾਂ ਧਰਮ ਉਸ ਵਕਤ ਸਾਹਮਣੇ ਆਉਂਦਾ ਜਿਸ ਵਕਤ ਸਿੱਖ ਦੇ ਘਰ ਜਨਮ ਲੈ ਕੇ ਬੱਚਾ ਨਾਈ ਦੀ ਦੁਕਾਨ 'ਤੇ ਚਲਾ ਜਾਂਦਾ। ਅਤੇ ਜੇ ਧਰਮ ਉਹਦੇ ਅੰਦਰ ਹੋਏਗਾ ਤਾਂ ਉਹਦਾ ਧਰਮ ਅੰਦਰੋਂ ਪੁਕਾਰ ਪੁਕਾਰ ਕੇ ਕਹੇਗਾ ਵੀ ਆਹ ਤੇਰਾ ਧਰਮ ਨਹੀਂ ਹੈ ਕਿ ਤੂੰ ਨਾਈ ਦੀ ਦੁਕਾਨ 'ਚ ਜਾਵੇਂ, ਉਹ ਸਿਮਰਨ ਆਪਣੇ ਆਪ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਸਿਮਰਨ ਐਗਜਿਸਟ ਕਰਦਾ ਹੈ ਅੰਦਰ, ਔਰ ਇਸ ਤਰ੍ਹਾਂ ਧਰਮ ਦੇ ਬਿਨਾਹ ਦੇ ਉੱਤੇ ਧਰਮ ਨੂੰ ਨਿਭਾਇਆ ਜਾ ਸਕਦਾ, ਜਿੱਥੇ ਹਰ ਵਕਤ ਪਰਮਾਤਮਾ ਦੀ ਹੋਂਦ ਅੰਦਰ ਵਸੀ ਹੁੰਦੀ ਹੈ, ਲੇਕਿਨ ਯਾਦ ਕਦੋਂ ਨਿਕਲ ਕੇ ਸਾਹਮਣੇ ਆਉਂਦੀ? ਜਦੋਂ ਆਪਾਂ ਕੋਈ ਗੁਨਾਹ ਕਰਨ ਲੱਗਦੇ ਹਾਂ, ਜਾਂ ਜਦੋਂ ਆਪਾਂ ਕੋਈ ਚੰਗਾ ਕਰਮ ਕਰਨ ਲੱਗਦੇ ਹਾਂ। ਆਤਮਾ ਗਵਾਹੀ ਦਿੰਦੀ ਹੈ ਕਿ ਹਾਂ ਠੀਕ ਕਰ ਰਹੇ ਹੋ, ਆਤਮਾ ਗਵਾਹੀ ਦਿੰਦੀ ਹੈ ਕਿ ਹਾਂ ਨਹੀਂ ਇਹ ਤੁਸੀਂ ਠੀਕ ਨਹੀਂ ਕਰ ਰਹੇ, ਕਿਉਂਕਿ ਅੰਦਰ ਧਰਮ ਐਗਜਿਸਟ ਕਰ ਰਿਹਾ ਹੁੰਦਾ। ਸਤਿਗੁਰੂ ਨਾਨਕ ਇਹੋ ਹੀ ਸਾਨੂੰ ਦੇਣਾ ਚਾਹੁੰਦੇ ਸਨ। ਇਸ ਕਰਕੇ ਪਾਤਸ਼ਾਹ ਨੇ ਫਿਰ ਮਰਦਾਨੇ ਨੂੰ ਕਿਹਾ, ਮਰਦਾਨਾ ਜੀ ਦੇਖ ਲਿਆ ਕੀ ਤੁਸੀਂ ਇਹਨੂੰ ਕਹੋਗੇ? ਜੇ ਇਹ ਤੀਰਥ ਇਸ਼ਨਾਨ ਕਰਨ ਆਇਆ ਹੀ ਸੀ ਤਾਂ ਫਿਰ ਤੀਰਥ ਦੇ ਇਸ਼ਨਾਨ ਦਾ ਫਾਇਦਾ ਕੀ ਹੋਣਾ ਸੀ? ਸਤਿਗੁਰੂ ਜੀ ਨੇ ਫਿਰ ਇਗਜ਼ਾਮਪਲ ਕਿਹੜੀ ਦਿੱਤੀ, ਮਿਸਾਲ ਕਿਹੜੀ ਦਿੱਤੀ? ਤੂੰਬੜੀ ਦੀ। ਪਾਤਸ਼ਾਹ ਜੀ ਦੀ ਬਾਣੀ ਹੈ ਨਾ, ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ, ਬਾਹਰ ਧੋਤੀ ਤੂੰਬੜੀ। ਜਿੱਥੇ ਤੀਰਥ ਕਰਨ ਗਏ ਸਨ ਨਾ, ਉੱਥੇ ਤੂੰਬੜੀ ਇੱਕ ਹਦਵਾਣੇ ਵਰਗਾ ਫਲ ਟਾਈਪ ਹੁੰਦਾ ਹੈ। ਅੱਛਾ, ਲੱਗਦਾ ਬਾਹਰੋਂ ਬੜਾ ਖੂਬਸੂਰਤ ਹੈ ਪਰ ਅੰਦਰੋਂ ਬਿਲਕੁਲ ਕੋੜਾ ਹੁੰਦਾ, ਜ਼ਹਿਰ ਭਰੀ ਹੁੰਦੀ ਉਹਦੇ ਅੰਦਰ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਾ ਜੀ, ਜੇ ਪਾਣੀ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੀ ਅੰਦਰ ਆਤਮਾ ਸਾਫ਼ ਹੁੰਦੀ ਹੁੰਦੀ, ਕਿਉਂਕਿ ਬਾਬਾ ਕਬੀਰ ਜੀ ਦੀ ਮੁਬਾਰਕ ਬਾਣੀ ਹੈ ਨਾ, ਬਾਬਾ ਕਬੀਰ ਜੀ ਕਹਿੰਦੇ ਨੇ, ਕਾਇਆ ਮਾਂਜਸ ਕੌਣ ਗੁਨਾਓ, ਜੋ ਘੱਟ ਪੀਤਰ ਹੈ ਮਲਨਾ। ਮਲਨਾ ਕਹਿੰਦੇ ਨੇ ਮੈਲ ਨੂੰ, ਕਾਇਆ ਮਾਂਜਸ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਹੈ, ਸੋਚ ਕਰੇ ਦਿਨਸ ਅਰ ਰਾਤ। ਸੋਚ ਦਾ ਮਤਲਬ ਹੈ ਸੋਚ, ਸ਼ੁੱਧ ਕਰਨਾ ਆਪਣੇ ਆਪ ਨੂੰ। ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਤਨ ਇਸ਼ਨਾਨ ਕਰਨ ਦੇ ਨਾਲ ਕੀ ਮਨ ਦੀ ਮੈਲ ਚਲੀ ਜਾਏਗੀ? ਕਾਇਆ ਮਾਂਜਸ ਕੌਣ ਗੁਨਾਓ, ਜੋ ਘੱਟ ਪੀਤਰ ਹੈ ਮਲਣਾ। ਤੁਸੀਂ ਕਾਰ ਨੂੰ ਆਪਣੀ ਅੱਜ ਰਾਤ ਸ਼ਾਮੀ ਜਾ ਕੇ ਆਪਣੀ ਕਾਰ ਬਾਹਰੋਂ ਧੋਣਾ ਅਤੇ ਫਿਰ ਮੈਨੂੰ ਕਹਿਣਾ ਜੀ ਅਸੀਂ ਕਾਰ ਬਾਹਰੋਂ ਧੋਤੀ ਸੀ ਪਰ ਅੰਦਰ ਇੰਜਣ ਤਾਂ ਸਾਫ਼ ਹੋਇਆ ਹੀ ਨਹੀਂ, ਅੰਦਰ ਸੀਟਾਂ ਤਾਂ ਸਾਫ਼ ਹੋਈਆਂ ਹੀ ਨਹੀਂ। ਜੇ ਅੰਦਰੋਂ ਧੋਣਾ ਤਾਂ ਅੰਦਰੋਂ ਸਾਫ਼ ਕਰਨ ਦਾ ਪ੍ਰੋਸੈਸ ਕੁਛ ਹੋਰ ਹੈ। ਤਾਂ ਸਤਿਗੁਰੂ ਜੀ ਫਿਰ ਕਹਿਣ ਲੱਗੇ ਕਿ ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸਚੋਰਾਂ ਚੋਰ। ਐਸੇ ਇਸ਼ਨਾਨ ਤੋਂ ਤਾਂ ਅਸੀਂ ਭਲੇ, ਐਸੇ ਇਸ਼ਨਾਨ ਤੋਂ ਅਸੀਂ ਚੰਗੇ। ਹੁਣ ਮਰਦਾਨਾ ਜੀ ਨੇ ਅਗਲਾ ਸਵਾਲ ਕੀਤਾ, ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਸਿੱਖ ਵਰਤ ਨਹੀਂ ਰੱਖੇਗਾ? ਪਾਤਸ਼ਾਹ ਕਹਿਣ ਲੱਗੇ ਮੈਂ ਐਸਾ ਤਾਂ ਨਹੀਂ ਕਿਹਾ, ਸਿੱਖ ਵਰਤ ਰੱਖੇਗਾ, ਲੇਕਿਨ ਕਿਸ ਕਿਸਮ ਦਾ? ਸਤਿਗੁਰੂ ਜੀ, ਸਿੱਖ ਜਪਮਾਲੀ ਪਾਏਗਾ?
ਪਾਤਸ਼ਾਹ ਕਹਿਣ ਲੱਗੇ ਹਾਂ ਜਪਮਾਲੀ ਵੀ ਪਾਏਗਾ, ਲੇਕਿਨ ਕਿਸ ਕਿਸਮ ਦੀ? ਹੁਣ ਦੇਖਣਾ ਹਰ ਚੀਜ਼ ਦੀ ਸਤਿਗੁਰਾਂ ਨੇ ਪਰਿਭਾਸ਼ਾ ਦੱਸੀ ਹੈ, ਵਿਪਰ ਨੂੰ ਤਕਲੀਫ ਉਸ ਪਰਿਭਾਸ਼ਾ ਤੋਂ ਹੈ। ਇਸ ਗੱਲ ਨੂੰ ਨੋਟ ਕਰਕੇ ਚੱਲਣਾ, ਕਿਉਂਕਿ ਲੋਕ ਮੇਰੇ ਪਾਸ ਸਵਾਲ ਕਰਦੇ ਵੀ ਤੁਸੀਂ ਆਪਣਾ ਗੁਰਦੁਆਰੇ ਜਾਂਦੇ, ਤੁਸੀਂ ਆਪਣਾ ਆਨੰਦ ਲੈਂਦੇ, ਉਹਨਾਂ ਨੂੰ ਤੁਹਾਡੇ ਕੋਲ ਤਕਲੀਫ ਕੀ ਹੈ ਜਿਹੜੇ ਤੁਹਾਡੇ ਧਰਮ 'ਚ ਦਖਲ ਦਿੰਦੇ ਹੈ? ਬਸ ਆਹੀ ਤਕਲੀਫ ਹੈ ਜਿਹੜੀ ਮੈਂ 1873 ਦੇ ਉਸ ਮਤੇ ਦੇ ਵਿੱਚ ਦੱਸੀ ਹੈ, ਆਹੀ ਤਕਲੀਫ ਹੈ ਜਿਹੜੀ ਚੱਲਦੀ ਆ ਰਹੀ ਹੈ, ਆਹੀ ਤਕਲੀਫ ਅੱਜ ਦੇ ਤੁਹਾਡੇ ਐਕਟ ਦੇ ਵਿੱਚ ਵੀ ਉਹਨਾਂ ਨੇ 1924 ਦੇ ਵਿੱਚ ਲਾ ਦਿੱਤੀ ਹੈ ਕਿ ਜਿਹੜੀ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਬੈਠੇਗਾ। ਕਿਉਂ? ਮਿੰਨੀ ਪਾਰਲੀਮੈਂਟ ਤੁਸੀਂ ਉਹਨੂੰ ਕਹਿੰਦੇ ਹੋ। ਤਕਲੀਫ ਆਹੀ ਹੈ ਅਤੇ ਸਤਿਗੁਰੂ ਜੀ ਸਿੱਖ ਵਰਤ ਰੱਖੇਗਾ? ਪਾਤਸ਼ਾਹ ਕਹਿੰਦੇ ਹਾਂ ਰੱਖੇਗਾ। ਸਤਿਗੁਰੂ ਸਿੱਖ ਜਪਮਾਲੀ ਪਾਏਗਾ? ਪਾਤਸ਼ਾਹ ਕਹਿੰਦੇ ਹਾਂ ਪਾਏਗਾ। ਜਦਕਿ ਜਪਮਾਲੀ ਦਾ, ਵਰਤ ਦਾ ਕੋਈ ਕੋਨਸੈਪਟ ਨਹੀਂ ਹੈ, ਕਿਉਂਕਿ ਬੇਣੀ ਨਾਮ ਦਾ ਇੱਕ ਪੰਡਿਤ ਆਇਆ ਸਾਹਿਬ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ, ਜਿਹੜਾ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਉਸ ਵਕਤ ਰਿਹਾ ਸੀ ਜਿਸ ਵਕਤ ਸਤਿਗੁਰ ਖੁਦ ਵਰਤ ਰੱਖਿਆ ਕਰਦੇ ਸਨ, ਜਿਸ ਵਕਤ ਸਤਿਗੁਰ ਖੁਦ ਜਾਇਆ ਕਰਦੇ ਸਨ ਤੀਰਥਾਂ ਉੱਤੇ ਇਸ਼ਨਾਨ ਕਰਨ ਵਾਸਤੇ। ਅਤੇ ਉਹ ਤਬਦੀਲੀ ਦੇਖ ਕੇ ਹੈਰਾਨ ਹੋ ਗਿਆ ਸਤਿਗੁਰਾਂ ਪਾਸ, ਅਤੇ ਉਸਨੇ ਫਿਰ ਪ੍ਰਸ਼ਨ ਕੀਤਾ ਕਿ ਪਾਤਸ਼ਾਹ ਕੱਲ੍ਹ ਤੱਕ ਤਾਂ ਤੁਸੀਂ ਇਕਾਦਸ਼ੀ, ਦੁਆਦਸ਼ੀ, ਨੌਮੀ ਇਹ ਵਰਤ ਰੱਖਦੇ ਸੋ? ਸਤਿਗੁਰ ਕਹਿੰਦੇ ਅੱਜ ਵੀ ਰੱਖਦੇ, ਪਰ ਅਸੀਂ ਪਰਿਭਾਸ਼ਾ ਬਦਲ ਦਿੱਤੀ ਹੈ। ਨੌਮੀ ਨੇਮ ਸੱਚ ਜੋ ਕਰੇ ਕਾਮ ਕ੍ਰੋਧ, ਜਿਹੜਾ ਨੌਮੀ ਦਾ ਨੇਮ ਕਰਦਾ ਉਹ ਸੱਚ ਮਨ ਵਿੱਚ ਰੱਖਦਾ, ਕਾਮ ਕ੍ਰੋਧ ਉਹਨੂੰ ਸਾਰੇ ਕਾਮ ਕ੍ਰੋਧ ਨੂੰ ਉਹ ਉਚਰ ਜਾਂਦਾ, ਖਾ ਜਾਂਦਾ। ਦਸਵੀਂ ਦਸਮ ਦਸੇ ਦੁਆਰ ਜੇ ਠਾਕੇ, ਆਪਣੇ ਦਸਾਂ ਦੁਆਰਾਂ ਨੂੰ ਰੋਕ ਕੇ ਰੱਖਣਾ ਵਿਕਾਰਾਂ ਤੋਂ, ਐਸਾ ਵਰਤ। ਇਕਾਦਸ਼ੀ ਏਕਾ ਕਰ ਜਾਣੇ, ਜਿਹੜਾ ਇਕਾਦਸ਼ੀ ਦਾ ਵਰਤ, ਜਿੱਥੇ ਅਸੀਂ ਇੱਕ ਅਕਾਲ ਪੁਰਖ ਦੀ ਹੋਂਦ ਮੰਨਦੇ ਹਾਂ, ਅਸੀਂ ਭੁੱਖਾ ਢਿੱਡ ਰੱਖ ਕੇ ਵਰਤ ਨਹੀਂ ਕਰਦੇ। ਵਰਤ ਕਿਹੜਾ ਰੱਖਦੇ? ਹੁਣ ਦੇਖਣਾ ਸਤਿਗੁਰੂ ਜੀ ਨੇ ਜਿਹੜੀ ਪਰਿਭਾਸ਼ਾ ਦੱਸੀ ਹੈ ਉਸ ਪਰਿਭਾਸ਼ਾ ਦੇ ਵਿੱਚ ਇੱਕ ਗੱਲ ਹੋਰ ਯਕੀਨ ਨਾਲ ਮੰਨ ਲੈਣਾ, ਕਿਉਂਕਿ ਲੋਕ ਕੋਈ ਫਾਦਰਸ ਡੇ ਮਨਾਉਂਦਾ, ਕੋਈ ਮਦਰਸ ਡੇ ਮਨਾਉਂਦਾ, ਕੋਈ ਰੱਖੜੀ ਮਨਾਉਂਦਾ, ਕੋਈ ਕਿਹੜਾ ਡੇ ਮਨਾਉਂਦਾ, ਲੇਕਿਨ ਉਹ ਕਿਸ ਦਿਨ? ਇੱਕ ਦਿਨ ਦਾ ਡੇ ਮਨਾਉਂਦਾ। ਵਰਤ ਵੀ ਜਿਹੜੇ ਲੋਕ ਰੱਖਦੇ ਨੇ ਉਹ ਕੋਈ ਇੱਕ ਦਿਨ ਦਾ ਰੱਖਦਾ, ਕੋਈ ਦੋ ਦਿਨ ਦਾ ਰੱਖਦਾ, ਕੋਈ 40 ਦਿਨ ਦਾ, ਕੋਈ ਸਵੇਰੇ ਖਾ ਲੈਂਦਾ, ਸਵੇਰੇ ਭੁੱਖਾ ਰਹਿੰਦਾ, ਸ਼ਾਮੀ ਦੱਬ ਦੁਪਹਿਰੇ ਦੱਬ ਕੇ ਖਾ ਲੈਂਦਾ ਸ਼ਾਮੀ, ਇਹ ਸਾਰਾ ਪ੍ਰੋਸੈਸ ਇੱਕ ਜਾਂ ਦੋ ਦਿਨ ਦਾ। ਸਤਿਗੁਰ ਕਹਿਣ ਲੱਗੇ ਜਿਹੜਾ ਮੇਰਾ ਵਰਤ ਹੈ ਨਾ ਉਹ 24 ਘੰਟੇ ਦਾ ਹੋਏਗਾ, 8 ਪੈਰੀ 88 ਸਵਾਸ ਸਾਸ ਹੋਏਗਾ, 365 ਦਿਨ ਹੋਏਗਾ, ਔਰ ਹੋਏਗਾ ਵੀ ਭੁੱਖਾ ਢਿੱਡ ਨੂੰ ਰੱਖ ਕੇ। ਪਾਤਸ਼ਾਹ ਐਸਾ ਕੋਈ ਵਰਤ ਹੋ ਸਕਦਾ? ਸਤਿਗੁਰ ਕਹਿਣ ਲੱਗੇ ਹਾਂ ਇਹੋ ਹੀ ਐਸਾ ਵਰਤ ਹੈ ਜਿਸ ਤੋਂ ਬੇਪਰ ਦੁਖੀ ਹੈ। ਅਤੇ ਕਿਹੜਾ ਵਰਤ ਰੱਖੇਗਾ? ਹੁਣ ਸਤਿਗੁਰ ਨੇ ਵਰਤ ਦੀ ਵੀ ਪਰਿਭਾਸ਼ਾ ਦੱਸੀ ਕਿਹੜੀ, ਅਤੇ ਫਿਰ ਅਗਲਾ ਸਵਾਲ ਕੀਤਾ ਕਿ ਤੀਰਥ ਵੀ ਕਰੇਗਾ? ਸਤਿਗੁਰ ਕਹਿੰਦੇ ਹਾਂ ਤੀਰਥ ਵੀ ਕਰੇਗਾ, ਲੇਕਿਨ ਤੀਰਥ ਇੱਕ ਦਿਨ ਜਾ ਕੇ ਨਹੀਂ ਕਰੇਗਾ, ਦੋ ਦਿਨ ਜਾ ਕੇ ਨਹੀਂ ਕਰੇਗਾ, 13 ਦਿਨ, 12 ਦਿਨ, 10 ਦਿਨ ਜਾ ਕੇ ਨਹੀਂ ਕਰੇਗਾ, ਤੀਰਥ ਵੀ 24 ਘੰਟੇ ਹੋਏਗਾ। ਸਤਿਗੁਰ 24 ਘੰਟੇ ਇਸ਼ਨਾਨ, ਹਾਂ 24 ਘੰਟੇ 365 ਦਿਨ ਇਸ਼ਨਾਨ ਹੋਏਗਾ। ਮੈਂ ਬਾਣੀ ਦੇ ਵਿੱਚ ਤੁਹਾਨੂੰ ਦੱਸਦਾ ਕਿਸ ਤਰ੍ਹਾਂ। ਪੂਰੀ ਉਮਰ ਢਿੱਡ ਨੂੰ ਭੁੱਖਾ ਰੱਖ ਕੇ ਸਿੱਖ ਦਾ ਵਰਤ ਹੋਏਗਾ, ਕਿਵੇਂ? ਪੂਰੀ ਉਮਰ ਤਾਂ ਉਮਰ ਹਰ ਵਕਤ 24 ਘੰਟੇ ਸਿੱਖ ਇਸ਼ਨਾਨ ਕਰੇਗਾ ਔਰ ਉਹ ਸਿੱਖ ਦਾ ਤੀਰਥ ਹੋਏਗਾ, ਕਿਵੇਂ? ਆਹ ਜਿਹੜੀ ਪਰਿਭਾਸ਼ਾ ਜਿਹਨੂੰ ਆਪਾਂ ਸਮਝਣਾ ਅੱਜ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਬਣਾਉਣਾ ਹੋ। ਜਪਮਾਲੀ ਪਾਏਗਾ? ਹਾਂ ਪਾਤਸ਼ਾਹ ਕਹਿੰਦੇ ਉਹ ਲੱਕੜ ਦੀ, ਕਾਠ ਦੀ, ਤੁਲਸੀ ਦੀ, ਵਿਖਾਵੇ ਦੀ, ਪਖੰਡ ਦੀ ਜਪਮਾਲੀ ਨਹੀਂ ਪਾਏਗਾ, ਕਿਉਂਕਿ ਜਿਹਨਾਂ ਨੇ ਮਾਲਾਵਾਂ ਪਾਈਆਂ ਹੁੰਦੀਆਂ ਗੁਰਮਤ, ਬਾਬਾ ਕਬੀਰ ਜੀ ਨੇ ਤਾਂ ਖਾਸ ਕਿਹਾ ਨਾ, ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਮੇਰੀ ਉਹ ਸਿਮਰਨੀ ਹੈ। ਅਤੇ ਸਤਿਗੁਰ ਕਹਿੰਦੇ ਸਿੱਖ ਸਿਮਰਨੀ ਜਿਹੜੀ ਪਾਏਗਾ ਉਹ 24 ਘੰਟੇ ਚੱਲੇਗੀ। ਪਾਤਸ਼ਾਹ ਸਿੱਖ ਦੇਵਤੇ ਨੂੰ ਪੂਜੇਗਾ? ਸਤਿਗੁਰ ਕਹਿੰਦੇ ਹਾਂ ਦੇਵਤੇ ਨੂੰ ਵੀ ਪੂਜੇਗਾ, ਲੇਕਿਨ ਉਹ ਕਿਹੜੇ ਦੇਵਤੇ ਨੂੰ? ਜਿਹਨੂੰ 24 ਘੰਟੇ 365 ਦਿਨ ਲਗਾਤਾਰ ਪੂਜਦਾ ਰਹੇਗਾ, ਆਹ ਤੁਹਾਡਾ ਸਿਮਰਨ ਹੋਏਗਾ।
ਸਤਿਗੁਰ ਸਿੱਖ ਧੋਤੀ ਪਾਏਗਾ? ਪਾ ਸਕਦੇ ਹਾਂ, ਧੋਤੀ ਵੀ ਪਾਏਗਾ, ਲੇਕਿਨ 365 ਦਿਨ ਧੋਤੀ ਪਾਏਗਾ, ਜਿੰਨੀ ਉਮਰ ਜੀਏਗਾ ਧੋਤੀ ਪਾ ਕੇ ਰੱਖੇਗਾ। ਸਤਿਗੁਰ ਤਿਲਕ ਵੀ ਲਾਏਗਾ? ਪਾ ਸਕਦੇ ਹਾਂ, ਤਿਲਕ ਵੀ ਲਾਏਗਾ। ਹਰ ਚੀਜ਼ ਦਾ ਸਤਿਗੁਰ ਨੇ ਫਿਰ ਜਵਾਬ ਦਿੱਤਾ ਪਰਿਭਾਸ਼ਾ ਦੇ ਵਿੱਚ। ਹੁਣ ਕਿਸ ਤਰ੍ਹਾਂ ਸਿੱਖ ਤਾਂ ਉਮਰ ਵਰਤ ਰੱਖ ਸਕਦਾ, ਔਰ ਵਰਤ ਵੀ ਭੁੱਖੇ ਰੱਖ ਕੇ, ਕਿਉਂਕਿ ਜਿਹੜੇ ਲੋਕ ਵਰਤ ਰੱਖਦੇ ਨੇ ਨਾ, ਵਰਤ ਦੇ ਵਿੱਚ ਸਾਰੇ ਵਰਤਾਂ ਵਿੱਚ ਕਿਸੇ ਵਰਤ ਵਿੱਚ ਵੀ ਆਪਣੇ ਆਪ ਨੂੰ ਰੋਕਣਾ ਹੁੰਦਾ ਰੋਟੀ ਖਾਣ ਤੋਂ। ਹੁਣ ਸਤਿਗੁਰ ਨੇ ਕੀ ਪਰਿਭਾਸ਼ਾ ਦੱਸੀ ਹੈ? ਪਾਤਸ਼ਾਹ ਕਹਿਣ ਲੱਗੇ, ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ, ਖਿਮਾ ਜਪਮਾਲੀ ਤੇ ਮਾਨਸ ਪ੍ਰਧਾਨ, ਜੁਗਤ ਧੋਤੀ ਤਿਲਕ ਕਰਨੀ ਸੁਰਤ ਚੌਂਕਾ ਹੋਏ, ਭਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਈ। ਹੁਣ ਮੇਰਾ ਸਿੱਖ ਵਰਤ ਕਿਹੜਾ ਰੱਖੇਗਾ? ਸੱਚ ਦਾ ਵਰਤ ਰੱਖੇਗਾ। ਉਹ ਦੁਨਿਆਵੀ ਤੌਰ ਉੱਪਰ ਦੁਨੀਆਂ ਦੀ ਰੋਟੀ ਤੋਂ ਮੂੰਹ ਮੋੜ ਕੇ ਜਾਂ ਦੁਨਿਆਵੀ ਰੋਟੀ ਤੋਂ ਆਪਣੇ ਢਿੱਡ ਨੂੰ ਭੁੱਖਾ ਰੱਖ ਕੇ ਵਰਤ ਨਹੀਂ ਰੱਖੇਗਾ, ਬਲਕਿ ਭ੍ਰਿਸ਼ਟਾਚਾਰ ਦੀ ਰੋਟੀ ਤੋਂ, ਬੇਈਮਾਨੀ ਦੀ ਰੋਟੀ ਤੋਂ, ਕਿਸੇ ਦਾ ਮਾਲ ਲੁੱਟ ਕੇ ਲਿਆਂਦੀ ਹੋਈ ਰੋਟੀ ਤੋਂ, ਕਿਸੇ ਨਾਲ ਜ਼ੁਲਮ ਕਰਕੇ, ਕਿਸੇ ਕੋਲੋਂ ਗੁਨਾਹ ਕਰਕੇ ਖੋਹ ਕੇ ਖਾਧੀ ਹੋਈ ਰੋਟੀ ਤੋਂ ਮੇਰਾ ਸਿੱਖ ਵਰਤ ਰੱਖੇਗਾ। ਔਰ ਉਸ ਸਿੱਖ ਦਾ ਵਰਤ 24 ਘੰਟੇ ਚੱਲੇਗਾ, ਹਰ ਪਲ ਚੱਲੇਗਾ, ਹਰ ਘੜੀ ਚੱਲੇਗਾ, ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਨਾਲ ਭ੍ਰਿਸ਼ਟਾਚਾਰ ਨਹੀਂ ਕਰੇਗਾ, ਕਿਸੇ ਨਾਲ ਅਨਿਆਂ ਨਹੀਂ ਕਰੇਗਾ, ਕਿਸੇ ਨਾਲ ਕਿਸੇ ਕੋਲ ਰਿਸ਼ਵਤ ਨਹੀਂ ਖਾਏਗਾ, ਕਿਸੇ ਦਾ ਹੱਕ ਨਹੀਂ ਮਾਰੇਗਾ। ਉਹ ਹੋਏਗਾ ਉਹਦਾ ਸੱਚ ਦਾ ਵਰਤ। ਸੰਤੋਖ ਤੀਰਥ, ਉਹਦਾ ਤੀਰਥ ਸੰਤੋਖ ਦਾ ਹੋਏਗਾ, ਸੰਤੋਖ ਉਹਦੇ ਕੋਲ ਹਰ ਵਕਤ ਹੋਏਗਾ, ਔਰ ਉਸਨੂੰ ਨਾ ਇੰਤਜ਼ਾਰ ਕਰਨਾ ਪਏਗਾ 12 ਸਾਲਾਂ ਦੇ ਕੁੰਭ ਦੇ ਮੇਲੇ ਦਾ, ਨਾ ਪਰਾਗ ਦੇ ਮੇਲੇ ਦਾ, ਨਾ ਕਿਸੇ ਹੋਰ ਜਗ੍ਹਾ ਦੇ ਉੱਤੇ ਇਸ਼ਨਾਨ ਕਰਨ ਦਾ। ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਸੰਤੋਖ ਦੇ ਤੀਰਥ ਵਿੱਚ ਇਸ਼ਨਾਨ ਕਿਹੜਾ ਕਰੇਗਾ? ਗਿਆਨ ਔਰ ਧਿਆਨ ਦਾ ਇਸ਼ਨਾਨ, ਜਿਹੜਾ ਕਿ 24 ਘੰਟੇ ਚੱਲੇਗਾ, 8 ਪੈਰੀ ਚੱਲੇਗਾ, ਹਰ ਪਲ ਹਰ ਘੜੀ ਚੱਲੇਗਾ। ਇਸ ਦੇ ਨਾਲ ਉਹਦਾ ਸਰੀਰ ਨਹੀਂ, ਉਹਦੀ ਆਤਮਾ ਹਰ ਵਕਤ ਇਸ਼ਨਾਨ ਕਰਦੀ ਹੋਈ ਮਹਿਸੂਸ ਹੋਏਗੀ ਉਸਨੂੰ। ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ। ਤੁਸੀਂ ਅਰਦਾਸ ਕਰਦੇ ਹੋ ਨਾ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਇਹ ਸਿੱਖ ਦੀ ਦਇਆ ਹੈ, ਦਇਆ ਜਾਣੇ ਜੀ ਕੀ ਦਇਆ ਦੇਵਤਾ, ਸਿੱਖ ਦੇ ਮਨ ਦੀ ਦਇਆ ਉਸਨੂੰ ਦੇਵਤੇ ਨੂੰ ਪੂਜਣ ਦਾ ਦਰਜ਼ਾ ਦਵਾਵੇਗੀ। ਅੱਜ ਤੱਕ ਕਿਸੇ ਹੋਰ 'ਤੇ ਤਾਂ ਆਪਾਂ ਕੀ ਦਇਆ ਕਰਨੀ, ਅਸੀਂ ਤਾਂ ਆਪਣੇ ਆਪ ਦੇ ਉੱਤੇ ਹੀ ਅੱਜ ਤੱਕ ਲੱਠ ਲੈ ਕੇ ਬੈਠੀ ਹੋਈ ਹਾਂ, ਕਿਸੇ ਹੋਰ 'ਤੇ ਦਇਆ ਕਰਨ ਦੀ ਤਾਂ ਕਿਹੜੀ ਗੱਲ। ਦਇਆ ਦੇਵਤਾ ਅਤੇ ਸਤਿਗੁਰ ਜਪਮਾਲਿਆ ਕਿਹੜੀ ਹੋਏਗੀ? ਦਇਆ ਦੇਵਤਾ ਖਿਮਾ ਜਪਮਾਲੀ। ਜਦੋਂ ਕਿਸੇ ਨੂੰ ਖਿਮਾ ਕਰਨ ਦੀ ਜਾਂਚ ਆ ਜਾਏਗੀ ਨਾ, ਤਾਂ ਸਮਝ ਲੈਣਾ ਤੁਸੀਂ ਜਪਮਾਲੀ ਪਾਈ ਹੋਈ ਹੈ, ਅਨਯਥਾ ਜਪਮਾਲੀ ਪਾਉਣ ਦਾ ਕੋਈ ਕੋਨਸੈਪਟ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਕਿਉਂਕਿ ਜੇ ਤੁਸੀਂ ਮਾਲਾ ਪਾ ਵੀ ਲੈਂਦੇ ਹੋ ਤਾਂ ਧਿਆਨ ਮਾਲਾ ਵੱਲ ਰਹੇਗਾ, ਧਿਆਨ ਗਿਣਤੀ ਮਿੰਤੀ ਵੱਲ ਰਹੇਗਾ, ਪਰਮਾਤਮਾ ਤੋਂ ਧਿਆਨ ਉਚਾਰਟ ਹੋ ਜਾਏਗਾ। ਦਇਆ ਦੇਵਤਾ ਖਿਮਾ ਜਪਮਾਲੀ ਅਤੇ ਮਾਨਸ ਪ੍ਰਧਾਨ, ਜੁਗਤ ਧੋਤੀ। ਸਿੱਖ ਦੀ ਜਿਹੜੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੁਗਤ ਹੈ ਨਾ ਸਿਮਰਨ, ਉਹੀ ਸਿੱਖ ਦੇ ਲਈ ਧੋਤੀ ਹੈ, ਕੋਈ ਦੁਨਿਆਵੀ ਧੋਤੀ ਨਹੀਂ, ਜਿਹੜੀ ਹਰ ਵਕਤ ਉਸਨੇ ਪਾਣੀ ਹੈ। ਜੁਗਤ ਧੋਤੀ ਤਿਲਕ ਕਰਨੀ, ਜਿਹੜੀ ਸਿੱਖ ਦੀ ਕਰਨੀ ਹੈ ਨਾ, ਇਹ ਤਿਲਕ ਜਿਹੜਾ ਮੱਥੇ 'ਤੇ ਉਹ ਲਾਉਂਦੇ ਸਨ, ਸਿੱਖ ਮੱਥੇ 'ਤੇ ਕੋਈ ਦੁਨਿਆਵੀ ਤਿਲਕ ਨਹੀਂ ਲਾਏਗਾ, ਉਹਦੀ ਕਰਨੀ। ਆ ਮੈਂ ਫਿਰ ਬੇਨਤੀ ਕਰਦੇ ਹਾਂ, ਆ ਜਿਹੜੇ ਨਿੰਦਕ ਲੋਕ ਕੱਢਦੇ ਨੇ ਨਾ, ਵੀ ਫਲਾਣੇ ਬੰਦੇ ਨੂੰ ਆਹ ਫਲਾਣਾ ਲੈਟਰ ਹੈ ਜੀ, ਉਹ ਐਵੇਂ ਕੱਢ ਕੇ ਬਣਾ ਦਿੰਦੇ ਨੇ, ਇਹ ਸਹੀ ਵੱਡੇ ਮਾਇਨੇ 'ਚ ਨਿੰਦਕ ਨੇ, ਲੇਕਿਨ ਹੁੰਦਾ ਕੀ ਹੈ, ਉਹਨਾਂ ਦੀ ਫਿਰ ਕਰਨੀ। ਔਰ ਲੋਕ ਜਿਹੜੇ ਸ਼ੱਕ ਕਰਦੇ ਆ ਜੀ, ਅੱਜ ਦੱਸੋ ਸਾਨੂੰ ਜਵਾਬ ਦਿਓ, ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੀ ਪ੍ਰਚਾਰਕ ਦੀ ਕਰਨੀ ਦੇ ਉੱਤੇ ਅੱਜ ਵੀ ਵਿਸ਼ਵਾਸ ਨਹੀਂ ਆਇਆ, ਕਿ ਜਿਹੜਾ ਹਰ ਵਕਤ ਚੀਕ ਪੁਖਾਰ ਕੇ ਕਹਿੰਦਾ ਕਿ ਇਹਨਾਂ ਤੋਂ ਬਚੋ, ਜਿਹੜੇ ਸਿੱਖ ਕੌਮ ਦੇ ਦੁਸ਼ਮਣ ਨੇ ਵੱਡੇ, ਔਰ ਇਹਨਾਂ ਤੋਂ ਬਚਣ ਦਾ ਤਰੀਕਾ ਇਹੀ ਹੈ ਕਿ ਆਪਣੇ ਗੁਰੂ ਦਾ ਸਤਿਕਾਰ, ਸਹੀ ਮਾਇਨੇ ਵਿੱਚ ਗੁਰੂ ਦੀ ਦਿੱਤੀ ਹੋਈ ਪਰਿਭਾਸ਼ਾ ਨੂੰ ਸਮਝ ਕੇ ਕਰੋ, ਤਾਂ ਕਿ ਗੁਰੂ ਦੇ ਰਸਤੇ ਉੱਪਰ ਆਪਾਂ ਤੁਰ ਸਕੀਏ।
ਹੁਣ ਇਹ ਲੋਕ ਕਦੋਂ ਪਨਪ ਸਕਦੇ ਨੇ, ਕਦੋਂ ਪਨਪ ਰਹੇ ਨੇ? ਇਹ ਲੋਕ ਅੱਜ ਕੱਲ੍ਹ ਬਹੁਤ ਪਨਪ ਰਹੇ ਨੇ, ਲੇਕਿਨ ਕਦੋਂ ਪਨਪ ਰਹੇ ਨੇ? ਉਹਦਾ ਕਾਰਨ ਹੈ, ਸਤਿਗੁਰ ਕਹਿੰਦੇ ਨੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ। ਇਹਦਾ ਮਤਲਬ ਹੈ ਗੁਰਮੁਖ ਜਾਗੇ ਨਹੀਂ ਹੋਏ, ਇਸ ਕਰਕੇ ਇਹ ਜ਼ਰੂਰਤ ਕਰ ਰਹੇ ਨੇ ਇੱਦਾਂ ਦੀ ਨਿੰਦਾ ਕਰਨ ਦੀ। ਜਦੋਂ ਗੁਰਮੁਖ ਜਾਗ ਜਾਣਗੇ, ਖੀਨ ਪਏ ਸਭ ਤਸਕਰਾ, ਇਹ ਆਪਣੇ ਆਪ ਖੀਨ ਹੋ ਜਾਣਗੇ। ਅਤੇ ਗੁਰਮੁਖ ਜਾਗਦਾ ਕਦੋਂ ਹੈ? ਗੁਰਮੁਖ ਜਾਗਦਾ ਗੁਰਮੁਖ ਜਨ ਜਾਗੇ ਜਦੋਂ ਆਪਣੇ ਗੁਰੂ ਦੀ ਬਾਣੀ ਉੱਪਰ ਉਹ ਸਹੀ ਮਾਇਨੇ ਵਿੱਚ ਭਰੋਸਾ ਕਰਦਾ ਹੈ। ਇਹੋ ਹੀ ਸਿੱਖ ਦੀ ਕਰਨੀ ਉਹਦਾ ਤਿਲਕ ਬਣ ਜਾਂਦੀ ਹੈ। ਜੇ ਉਹਦੇ ਕੋਲ ਕਰਨੀ ਸ਼ੁਭ ਨਹੀਂ ਹੈ, ਜੇ ਉਹਦੇ ਕੋਲ ਧਰਮਾਂ ਦੀ ਕਰਨੀ ਹੀ ਨਹੀਂ ਆਈ, ਜੇ ਉਹਨੂੰ ਪਰਖ ਹੀ ਨਹੀਂ ਆਈ, ਜੇ ਉਹਦੇ ਕੋਲ ਦਿਵ ਦ੍ਰਿਸ਼ਟੀ ਨਹੀਂ ਹੈ, ਤਾਂ ਫਿਰ ਜਿੰਨਾ ਮਰਜ਼ੀ ਪਾਠ ਕਰੋ, ਉਸ ਪਾਠ ਕਰਨ ਦਾ ਸਤਿਗੁਰ ਬਾਣੀ 'ਚ ਕਹਿੰਦੇ 19 ਨੰਬਰ ਅੰਗ ਖੋਲ ਕੇ ਦੇਖ ਲੈਣਾ। ਪਾਤਸ਼ਾਹ ਕਹਿੰਦੇ ਗੁਰਦੁਆਰੇ ਆਏ ਹੋ ਨਾ, ਅਤੇ ਸਤਿਗੁਰ ਕਹਿੰਦੇ ਗੁਰਦੁਆਰੇ ਆਏ ਹੋ ਤਾਂ ਇੱਕ ਗੱਲ ਦਾ ਖਿਆਲ ਕਰਨਾ ਔਰ ਉਸ ਖਿਆਲ ਨੂੰ ਨਾਲ ਲੈ ਕੇ ਜਾਣਾ। ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹੇ ਗੁਰਦੁਆਰ, ਜਬ ਲਗ ਸ਼ਬਦ ਨਾ ਭੇਦੀ, ਜਦੋਂ ਤੱਕ ਸ਼ਬਦ ਦਾ ਭੇਦ ਨਹੀਂ ਪਾਇਆ ਜਾਏਗਾ ਨਾ, ਤਾਂ ਗੁਰਦੁਆਰ ਆਉਣ ਦਾ ਕੋਈ ਲਾਭ ਨਹੀਂ ਹੋਵੇਗਾ। ਅਤੇ ਸ਼ਬਦ ਦਾ ਭੇਦ ਸਾਨੂੰ ਕੀ ਦੱਸੇਗਾ? ਸ਼ਬਦ ਦਾ ਭੇਦ ਸਾਨੂੰ ਗੁਰੂ ਵੱਲ ਦਿੱਤੀ ਹੋਈ ਪਰਿਭਾਸ਼ਾ ਨੂੰ ਦੱਸੇਗਾ, ਜਿਹਦੇ ਵਿੱਚ ਅਸੀਂ ਸਹੀ ਮਾਇਨਿਆਂ ਵਿੱਚ ਸਮਝ ਸਕਾਂਗੇ ਕਿ ਕਿਹੜੀ ਕਰਨੀ ਦੀ, ਕਿਹੜੀ ਤਿਲਕ ਦੀ, ਕਿਹੜੀ ਧੋਤੀ ਦੀ, ਕਿਹੜੀ ਵਰਤ ਦੀ ਸਤਿਗੁਰੂ ਗੱਲ ਕਰ ਰਹੇ ਨੇ। ਸੱਚ ਵਰਤ, ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ, ਦਇਆ ਦੇਵਤਾ, ਖਿਮਾ ਜਪ ਮਾਲੀ ਅਤੇ ਮਾਨਸ ਪ੍ਰਧਾਨ, ਜੁਗਤ ਧੋਤੀ ਤਿਲਕ ਕਰਨੀ, ਸੁਰਤ ਚੌਂਕਾ ਹੋਏ ਉਹਦਾ ਜਿਹੜਾ ਚੌਂਕਾ, ਉਹਦੀ ਸੁਰਤ ਚੌਂਕਾ ਤਿਲਕ ਕਰਨੀ ਹੋਏ, ਉਹਦੀ ਜਿਹੜੀ ਸੁਰਤ ਹਮੇਸ਼ਾ ਜਾਗਰੂਕ ਅਵਸਥਾ ਦੇ ਵਿੱਚ ਆ ਜਾਏਗੀ ਜਦੋਂ ਸਹੀ ਮਾਇਨੇ ਵਿੱਚ ਧਰਮ ਨੂੰ ਸਮਝੇਗਾ। ਕਿਉਂਕਿ ਸੁਰਤ ਦੇ ਨਾਲ ਹੀ ਮੈਨੂੰ ਖਿਮਾ ਕਰਨੀ। ਸਤਿਗੁਰ ਨੇ ਦੋ ਗੱਲਾਂ ਸਾਨੂੰ ਸਮਝਾਈਆਂ ਨੇ। ਪਹਿਲੀ ਗੱਲ ਇਹ ਹੈ ਕਿ ਬਿਨ ਗੁਣ ਕੀਤੇ ਭਗਤ ਨਾ ਹੋਈ, ਬਿਨ ਗੁਣ ਕੀਤੇ। ਇਹ ਗੁਣ ਕਿਹੜੇ ਨੇ? ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਨਾ, ਪੰਕ ਜੋ ਪਗ ਨਹੀਂ ਚਾਲੇ, ਹਮ ਦੇਖਾਂ ਤਾਂ ਡੂਬੇ ਹਲੇ, ਮਨ ਏਕ ਨਾ ਚੇਤਸ ਮੂੜ ਬਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਕੀ ਮਤਲਬ ਹੈ? ਅਕਾਲ ਪੁਰਖ ਨੂੰ ਵਿਸਰ ਕੇ ਗੁਣ ਗਲ ਜਾਣਗੇ, ਖਤਮ ਹੋ ਜਾਣਗੇ ਗੁਣ। ਔਰ ਜਦੋਂ ਸੁਰਤ ਰਾਹੀਂ ਅਕਾਲ ਪੁਰਖ ਨੂੰ ਸੋਚ ਰਾਹੀਂ ਆਪਾਂ ਯਾਦ ਰੱਖਾਂਗੇ, ਇੱਕ ਮਨ ਵਿੱਚ ਧਿਆਨ ਕਰ ਲੈਣਾ, ਕੋਈ ਕਿਸੇ ਦੇ ਦੋਸ਼ ਲਾਏ, ਤੁਸੀਂ ਆਪਣੇ ਗੁਰੂ 'ਤੇ ਵਿਸ਼ਵਾਸ ਰੱਖ ਕੇ ਅੰਤਰ ਧਿਆਨ ਹੋ ਕੇ ਸੋਚਣਾ ਕੌਣ ਸੱਚਾ ਅਤੇ ਕੌਣ ਝੂਠਾ, ਤੁਹਾਨੂੰ ਅੰਦਰੋਂ ਜਵਾਬ ਮਿਲੇਗਾ। ਔਰ ਉਸ ਵਕਤ ਫਿਰ ਜੇ ਸਹੀ ਮਹੀਨੇ ਵਿੱਚ ਸਿੱਖੀ ਮਨ ਵਿੱਚ ਵਸ ਜਾਏਗੀ ਤਾਂ ਸਹੀ ਮਹੀਨੇ ਵਿੱਚ ਆਪਣੇ ਆਪ ਆਟੋਮੈਟਿਕ ਅੰਦਰੋਂ ਸਿਮਰਨ ਸ਼ੁਰੂ ਹੋਏਗਾ, ਸੱਚ ਔਰ ਝੂਠ ਨੂੰ ਪਹਿਚਾਨਣ ਦੀ ਜਾਂਚ ਆਏਗੀ। ਮੈਂ ਆਪਣੀ ਆਖਰੀ ਗੱਲ ਕਰਕੇ ਗੱਲ ਖਤਮ ਕਰਦਾ, ਸਮਾਂ ਸਮਾਪਤ ਹੋ ਗਿਆ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਸ ਵਕਤ ਜਪਜੀ ਸਾਹਿਬ ਜੀ ਦੇ ਅਰਥਸਾਰ ਕਰਨੇ ਸਨ ਨਾ, ਤਾਂ ਉਹਨਾਂ ਨੇ ਦੋ ਤਰੀਕੇ ਦੱਸੇ ਸਨ। ਭਾਈ ਮਨੀ ਸਿੰਘ ਸਾਹਿਬ ਜੀ ਦੋ ਤਰੀਕੇ ਕਿਹੜੇ ਦੱਸਦੇ ਹੈ? ਇੱਕ ਤਰੀਕਾ ਦੱਸਦੇ ਹੈ ਕਿ ਜਾਂ ਤਾਂ ਗੁਰਸਿੱਖ ਗੁਰਮੁਖ ਆਪਣੇ ਆਪ ਨੂੰ ਹੰਸ ਕਰ ਲਵੇ, ਜਾਂ ਤਾਂ ਗੁਰਮੁਖ ਗੁਰਸਿੱਖ ਆਪਣੇ ਆਪ ਨੂੰ ਹੰਸ ਕਰ ਲਵੇ। ਉਹਦਾ ਮਤਲਬ ਕੀ ਹੈ ਕਿ ਹੰਸ ਦੀ ਜਿਹੜੀ ਚੁੰਝ ਹੁੰਦੀ ਹੈ ਨਾ, ਉਹ ਖੱਟੀ ਹੁੰਦੀ ਹੈ, ਅਤੇ ਹੰਸ ਜਿਸ ਵਕਤ ਅੱਛਾ ਜੀ ਜਿਹੜਾ ਹੰਸ ਹੁੰਦਾ ਨਾ, ਉਹਦੀ ਜਿਹੜੀ ਚੁੰਝ ਹੁੰਦੀ ਹੈ ਨਾ, ਉਹ ਖੱਟੀ ਹੁੰਦੀ ਹੈ, ਅਤੇ ਹੰਸ ਜਿਸ ਵਕਤ ਚੁੰਝ ਮਾਰਦਾ ਨਾ ਉਹਦੇ ਵਿੱਚ ਦੁੱਧ ਦੇ ਵਿੱਚ, ਅਤੇ ਦੁੱਧ ਦੇ ਵਿੱਚੋਂ ਪਾਣੀ ਅਤੇ ਦੁੱਧ ਜਿਹੜਾ ਅਸਲ ਦੁੱਧ ਹੈ ਔਰ ਪਾਣੀ ਅਲੱਗ ਕਰ ਲੈਂਦਾ, ਕਹਿੰਦਾ ਜਾਂ ਤਾਂ ਸਿੱਖ ਆਪਣੇ ਆਪ ਨੂੰ ਹੰਸ ਕਰ ਲਵੇ। ਭਾਈ ਸਾਹਿਬ ਮਨੀ ਸਿੰਘ ਸਾਹਿਬ ਨੇ ਕਿਹਾ। ਹੁਣ ਹੰਸ ਕਰਨ ਦੇ ਲਈ ਸਿੱਖ ਨੂੰ ਕਰਨਾ ਕੀ ਪਵੇਗਾ? ਹੁਣ ਜ਼ਾਹਿਰ ਤੌਰ ਉੱਪਰ ਹੰਸ ਦਾ ਮਤਲਬ ਕੀ ਹੈ? ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਮੁਬਾਰਕ ਬਾਣੀ ਹੈ, ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਹਦੇ ਵਿੱਚ ਪਾਤਸ਼ਾਹ ਇੱਕ ਗੱਲ ਸਾਨੂੰ ਸਮਝਾਉਂਦੇ ਨੇ। ਸਤਿਗੁਰ ਕਹਿੰਦੇ ਕਾਗੋ ਹੋਵੇ ਨਾ ਉਜਲਾ, ਲੋਹੇ ਨਾਵ ਨਾ ਪਾਰ। ਲੋਹੇ ਦੀ ਨਾਵ ਦਾ ਮਤਲਬ ਹੈ ਕਿ ਜਿਸ ਮਨੁੱਖ ਨੇ ਗੁਨਾਹਾਂ ਦੀ
ਨਾਓ ਬਣਾ ਲਈ ਨਾ, ਕਿਸ਼ਤੀ ਬਣਾ ਲਈ, ਕਿਉਂਕਿ ਇਹ ਤਾਂ ਇੱਕ ਬੜਾ ਸਿੱਧਾ ਜਿਹਾ ਕੁਸ਼ਚਨ ਹੈ, ਸਵਾਲ ਹੈ। ਆਪਾਂ ਵੀ ਜਾਣਦੇ ਹਾਂ ਕਿ ਜੇ ਲੋਹੇ ਦੀ ਨਾਓ ਹੈ ਤਾਂ ਲੋਹੇ ਦੀ ਨਾਓ ਦੇ ਉੱਤੇ ਅਸੀਂ ਕਦੀ ਪਾਰ ਨਹੀਂ ਕਰ ਸਕਦੇ, ਪਾਰ ਨਹੀਂ ਜਾ ਸਕਦੇ। ਕਾਗੋ ਹੋਏ ਨਾ ਉਜਲਾ, ਕਾਂ ਜਿਹੜਾ ਹੈ ਇਹ ਉਜਲਾ ਨਹੀਂ ਹੋ ਸਕਦਾ। ਹੁਣ ਇੱਥੇ ਕਾਂ ਕੌਣ ਹੈ? ਇੱਥੇ ਕਾਂ ਹੈ ਉਹ ਵਿਕਾਰੀ ਮਨ, ਜਿਹੜਾ ਮਨ ਵਿਕਾਰਾਂ ਕਰਕੇ ਅੰਦਰੋਂ ਕਾਲਾ ਹੋ ਗਿਆ। ਸਿੰਬੋਲਿਕ ਮਤਲਬ ਉਹਦਾ ਇਹ ਹੈ। ਹੁਣ ਸਤਿਗੁਰ ਕਹਿੰਦੇ ਨੇ ਕਾਂ ਕਦੀ ਉਜਲਾ ਨਹੀਂ ਹੋ ਸਕਦਾ, ਲੋਹੇ ਦੀ ਨਾਂ ਉੱਤੇ ਪਾਪਾ ਕਦੀ ਪਾਰ ਨਹੀਂ ਹੋ ਸਕਦੇ। ਲੇਕਿਨ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਕਿ ਜੇ ਤੁਸੀਂ ਲੋਹੇ ਦੀ ਨਾਂ ਵੀ ਬਣਾ ਲਈ ਹੈ ਨਾ, ਜੇ ਤੁਸੀਂ ਲੋਹੇ ਦੀ ਨਾਂ ਵੀ ਬਣਾ ਲਈ, ਭਾਵ ਗੁਨਾਹਾਂ ਦੀ ਨਾਂ ਵੀ ਤਿਆਰ ਕਰ ਲਈ ਹੈ ਨਾ, ਮੈਂ ਉਹਦੇ ਉੱਤੇ ਵੀ ਤੁਹਾਨੂੰ ਤਰਨ ਦਾ ਤਰੀਕਾ ਦੱਸ ਦਿੰਦਾ, ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ 'ਚ ਦੱਸਿਆ। ਹੁਣ ਲੋਹੇ ਦੀ ਨਾਲ ਤੇ ਕਦੀ ਤਰਿਆ ਜਾ ਸਕਦਾ? ਬਾਬਾ ਕਬੀਰ ਕਹਿੰਦੇ ਨੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲੇ ਸਹਿਜੇ ਆ ਵਿਜਾਓ। ਐਸਾ ਜੇ ਸਤਿਗੁਰ ਮਿਲ ਜਾਏ ਸਾਨੂੰ ਤੇ ਐਸੇ ਸਤਿਗੁਰ ਦੀ ਸ਼ਰਨ ਆ ਕੇ ਅਸੀਂ ਗੁਰੂ ਦਾ ਸ਼ਬਦ ਮਨ 'ਚ ਨਾ ਵਸਾ ਸਕੀਏ, ਐਸੇ ਗੁਰੂ ਦੀ ਸ਼ਰਨ ਆ ਕੇ ਆਪਾਂ ਗੁਰੂ ਦੀ ਸ਼ਰਨ ਦਾ ਲਾਭ ਵੀ ਨਾ ਉਠਾ ਸਕੀਏ, ਜਿਵੇਂ ਆਏ ਸਾਂ ਉਵੇਂ ਚਲੇ ਜਾਈਏ, ਗੁਰੂ ਦੇ ਨਾਲ ਭੇਟ ਹੀ ਨਾ ਆਵੇ, ਗੁਰੂ ਦੀ ਆਪਾਂ ਦਿਵ ਦ੍ਰਿਸ਼ਟੀ ਵਾਲੀ ਉਸ ਗੱਲ ਨੂੰ ਸਮਝ ਨਾ ਸਕੀਏ, ਤਾਂ ਫਿਰ ਆਉਣ ਦਾ ਫਾਇਦਾ ਕੀ? ਅਤੇ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਤਰੀਕਾ ਦੱਸ ਦਿੰਦਾ, ਕਾਗੋ ਹੋਵੇ ਨਾ ਉਜਲਾ। ਹੁਣ ਅਗਲੀ ਮੁਬਾਰਕ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਨੇ ਹੁਕਮ ਪਹਿਚਾਣੇ ਉਜਲਾ। ਜਦੋਂ ਮਨ ਰੂਪੀ ਕਰੂਪ ਹੋਇਆ ਏਕਾਂ, ਇੱਕ ਅਕਾਲ ਪੁਰਖ ਦਾ ਹੁਕਮ ਪਹਿਚਾਣ ਜਾਂਦਾ ਹੈ। ਹੁਣ ਹੁਕਮ ਕੀ ਹੈ? ਆਪਾਂ ਉਸ ਇੱਕ ਅਕਾਲ ਪੁਰਖ ਦੀ ਸ਼ਰਨ ਜਾਣਾ ਹੈ ਅਤੇ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਿਸ ਵਕਤ ਆਪਾਂ ਕਿਸੇ ਚੀਜ਼ ਦਾ ਧਿਆਨ ਧਰਦੇ ਹਾਂ, ਹੁਣ ਧਿਆਨ ਧਰਨ ਦੇ ਲਈ ਕੀ ਹੁੰਦਾ ਹੈ? ਹੁਣ ਸਤਿਗੁਰਾਂ ਨੇ ਸਾਨੂੰ ਇੱਕ ਰੂਪ ਦਿੱਤਾ ਹੈ ਨਾ, ਇਸ ਰੂਪ ਨੂੰ ਆਪਾਂ ਰੋਜ਼ ਦੇਖਦੇ ਹਾਂ ਨਾ ਆਈਨੇ ਦੇ ਵਿੱਚ। ਆਈਨੇ ਵਿੱਚ ਆਪਣਾ ਰੂਪ ਦੇਖ ਕੇ ਜੇ ਗੁਰੂ ਯਾਦ ਆਉਂਦਾ ਹੈ ਤਾਂ ਮੁਬਾਰਕ ਗੱਲ ਹੈ, ਜੇ ਆਪਣਾ ਰੂਪ ਦੇਖ ਕੇ ਗੁਰੂ ਨਹੀਂ ਤਾਂ ਕੋਈ ਹੋਰ ਕਰੂਪ ਯਾਦ ਆਉਂਦਾ ਹੈ ਤਾਂ ਫਿਰ ਸੋਚ ਲੈਣਾ ਕਿ ਆਈਨਾ ਝੂਠ ਨਹੀਂ ਬੋਲ ਰਿਹਾ, ਝੂਠੇ ਕੌਣ ਆ ਸਾਡੇ ਜਿਹੜੇ ਅਸੀਂ ਆਪਣੇ ਮਨ ਦੇ ਆਈਨੇ ਨੂੰ ਸਾਫ਼ ਨਹੀਂ ਕਰ ਸਕੇ। ਹੋਇਆ ਕੀ, ਇੱਕ ਬੜੀ ਮਜ਼ੇਦਾਰ ਤੁਹਾਨੂੰ ਮੈਂ ਕਹਾਣੀ ਸੁਣਾਉਂਦਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਅਸੀਂ ਜ਼ਿਕਰ ਕੀਤਾ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਕੋਲ ਇੱਕ ਸੈਲਾਨੀ ਆਇਆ, ਯੂਰਪ ਤੋਂ ਗਿਆ ਇਹ ਸੈਲਾਨੀ ਸੀ, ਅਤੇ ਮਹਾਰਾਜਾ ਸਾਹਿਬ ਕੋਲ ਅਕਸਰ ਐਸੇ ਸੈਲਾਨੀ ਜਾਇਆ ਕਰਦੇ ਸਨ ਯੂਰਪ ਤੋਂ। ਸੈਲਾਨੀ ਨੂੰ ਮਹਾਰਾਜਾ ਸਾਹਿਬ ਨੇ ਮਹਿਲ ਦਿਖਾਉਣਾ ਚਾਹਿਆ ਅਤੇ ਅਰਦਲੀ ਨਾਲ ਭੇਜੇ, ਫੌਜਦਾਰ ਨਾਲ ਭੇਜੇ ਕਿ ਇਸ ਸੈਲਾਨੀ ਨੂੰ ਮਹਿਲ ਦਿਖਾ ਦਿਓ, ਤਾਂ ਮਹਿਲ ਦਿਖਾਇਆ ਗਿਆ। ਸੈਲਾਨੀ ਕਹਿੰਦਾ ਮੈਂ ਉਹ ਰੂਮ ਉਹ ਕਮਰਾ ਦੇਖਣਾ ਚਾਹੁੰਦਾ ਜਿਸ ਕਮਰੇ ਤੋਂ, ਉਹ ਕਮਰਾ ਅੱਜ ਵੀ ਮੌਜੂਦ ਹੈ, ਅਗਰ ਤੁਸੀਂ ਪਾਕਿਸਤਾਨ ਕਦੀ ਜਾਓ ਤਾਂ ਦੇਖਣਾ ਜ਼ਰੂਰ, ਜਿੱਥੇ ਮਹਾਰਾਜਾ ਸਾਹਿਬ ਰਾਤ ਵਕਤ ਖੜ੍ਹੇ ਹੋ ਕੇ ਨਾ, ਦੋ ਕਮਰੇ ਨੇ, ਇੱਕ ਕਮਰਾ ਤਾਂ ਬਿਲਕੁਲ ਉੱਚਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉਸ ਤੋਂ ਹੇਠਾਂ ਇੱਕ ਕਮਰਾ ਹੋਰ ਹੈ ਜਿੱਥੇ ਮਹਾਰਾਜਾ ਸਾਹਿਬ ਖੜ੍ਹੇ ਹੋ ਕੇ ਰਾਤ ਵਕਤ ਦੇਖਿਆ ਕਰਦੇ ਸਨ ਕਿ ਮੇਰੀ ਪਰਜਾ ਦੇ ਵਿੱਚੋਂ ਕੋਈ ਭੁੱਖਾ ਤਾਂ ਨਹੀਂ ਸੁੱਤਾ ਰਾਤ ਦੇ ਵਕਤ। ਉਹ ਸੈਲਾਨੀ ਕਹਿਣ ਲੱਗਾ ਕਿ ਮੈਂ ਉਹ ਕਮਰਾ ਦੇਖਣਾ ਚਾਹੁੰਦਾ ਹੈ, ਅਤੇ ਫੌਜਦਾਰ ਇਜਾਜ਼ਤ ਲੈ ਕੇ ਮਹਾਰਾਜਾ ਸਾਹਿਬ ਦੀ ਉਸ ਕਮਰੇ ਦੇ ਵਿੱਚ ਗਏ ਤਾਂ ਸੈਲਾਨੀ ਨੇ ਕੀ ਦੇਖਿਆ ਕਿ ਉਸ ਕਮਰੇ ਦੇ ਸ਼ੀਸ਼ੇ ਟੁੱਟੇ ਪਏ ਨੇ। ਜਿਹੜੀ ਬਾਰੀ ਸੀ ਨਾ, ਖਿੜਕੀ ਸੀ, ਖਿੜਕੀ ਦੇ ਸ਼ੀਸ਼ੇ ਟੁੱਟੇ ਪਏ ਨੇ। ਸੈਲਾਨੀ ਬੜਾ ਹੈਰਾਨ ਹੋਇਆ ਕਿ ਸਾਹਿਬ ਪਾਤਸ਼ਾਹ ਵਕਤ ਦੇ, ਉਸ ਵਕਤ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ, ਜਿਹੜਾ ਸਾਹਿਬ ਪਾਤਸ਼ਾਹ ਗੁਰੂ ਨਾਨਕ ਦਾ ਸਿੱਖ ਵੀ ਹੋਵੇ, ਐਡਾ ਵੱਡਾ ਬਾਦਸ਼ਾਹ ਵੀ ਹੋਵੇ, ਔਰ ਉਸ ਬਾਦਸ਼ਾਹ ਦੇ ਬਾਕੀ ਸਾਰਾ ਇੰਨਾ ਦਰਬਾਰ ਖੂਬਸੂਰਤ ਸਜਿਆ ਹੋਇਆ, ਔਰ ਜਿਹੜਾ ਉਹਦਾ ਨਿੱਜੀ ਕਮਰਾ ਹੈ ਉਸ ਨਿੱਜੀ ਕਮਰੇ ਦੇ, ਔਰ ਜਿਹੜਾ ਖਾਸ ਕਰਕੇ ਬਾਰੀ ਸੜਕ ਵੱਲ ਖੁੱਲਦੀ ਹੈ, ਉਸ ਸੜਕ ਦੇ ਵੱਲ ਖੁੱਲਦੀ ਬਾਰੀ ਦੇ ਸ਼ੀਸ਼ੇ ਟੁੱਟੇ ਪਏ ਨੇ। ਬੜਾ ਹੈਰਾਨ ਹੋਇਆ ਇਸ ਗੱਲ ਨੂੰ ਦੇਖ ਕੇ। ਸ਼ਾਮ ਜਿਸ ਵਕਤ ਫਿਰ ਇਕੱਠੇ ਹੋਏ, ਰਾਤ ਦਾ ਭੋਜਨ ਕਰਨ ਲੱਗੇ, ਕਹਿੰਦਾ ਮਹਾਰਾਜਾ ਸਾਹਿਬ ਇੱਕ ਪ੍ਰਸ਼ਨ ਪੁੱਛਣਾ, ਇੱਕ ਸਵਾਲ ਪੁੱਛਣਾ। ਮਹਾਰਾਜਾ ਸਾਹਿਬ ਕਹਿਣ ਲੱਗੇ ਹਾਂ ਪੁੱਛੋ, ਕੀ ਸਵਾਲ ਹੈ?
ਕਹਿਣ ਲੱਗੇ ਮਹਾਰਾਜਾ ਸਾਹਿਬ ਤੁਹਾਡੇ ਮੈਂ ਸ਼ੀਸ਼ੇ ਟੁੱਟੇ ਦੇਖੇ ਹੈ। ਹੁਣ ਪ੍ਰਸ਼ਨ ਇਹ ਸੀ ਕਿ ਸ਼ੀਸ਼ੇ ਟੁੱਟ ਗਏ ਹੋਣਗੇ, ਚਲੋ ਕਿਸੇ ਵੀ ਕਾਰਨ ਟੁੱਟ ਸਕਦੇ ਆ, ਲੇਕਿਨ ਏਡਾ ਵੱਡਾ ਮਹਾਰਾਜਾ ਹੋਵੇ ਔਰ ਸ਼ੀਸ਼ੇ ਰਿਪੇਅਰ ਨਾ ਕਰਵਾਏ ਜਾਣ, ਇਹ ਪ੍ਰਸ਼ਨ ਸੀ, ਇਹ ਪ੍ਰਸ਼ਨ ਉਹਦੇ ਮਨ 'ਚ ਜਾ ਗਿਆ। ਹੁਣ ਉਹਨੇ ਪ੍ਰਸ਼ਨ ਕੀ ਕੀਤਾ, ਕਹਿੰਦਾ ਮਹਾਰਾਜਾ ਸਾਹਿਬ ਸ਼ੀਸ਼ੇ ਟੁੱਟੇ ਪਏ ਨੇ, ਮੈਂ ਦੇਖੇ ਤੁਹਾਡੇ ਦਰਬਾਰ ਦੇ। ਮਹਾਰਾਜਾ ਸਾਹਿਬ ਹੱਸ ਪਏ, ਕਹਿਣ ਲੱਗੇ ਹਾਂ, ਕੁਝ ਗੁਰਪੀਆਂ ਲਾਡਲੀਆਂ ਫੌਜਾਂ ਆਈਆਂ ਸਨ, ਕੁਝ ਸਿੰਘ ਆਏ ਸਨ, ਨਿਹੰਗ ਸਿੰਘ ਆਏ ਸਨ, ਉਹਨਾਂ ਨੇ ਫਾਇਰਿੰਗ ਕੀਤੀ ਸੀ, ਗੋਲੀਆਂ ਚਲਾਈਆਂ ਸਨ ਅਤੇ ਪੱਥਰ ਮਾਰੇ ਸਨ ਇਸ ਬਾਰੀ ਦੇ ਉੱਤੇ ਜਿਹੜਾ ਮੇਰੀ ਨਿੱਜੀ ਕਮਰਾ ਹੈ। ਔਰ ਜਿਸ ਵਕਤ ਉਹ ਗੋਲੀਆਂ ਮਾਰ ਰਹੇ ਸਨ, ਪੱਥਰ ਮਾਰ ਰਹੇ ਸਨ ਅਤੇ ਨਾਲ ਨਾਲ ਉਚਾਰ ਰਹੇ ਸਨ ਉੱਚੀ ਉੱਚੀ ਕਹਾਣੀਆਂ, ਯਾਦ ਰੱਖੀ ਰਾਜ ਤੇਰਾ ਨਹੀਂ ਰਾਜ ਖਾਲਸੇ ਦਾ, ਇਹ ਆਵਾਜ਼ਾਂ ਦੇ ਰਹੇ ਸਨ ਉੱਚੀ ਉੱਚੀ, ਔਰ ਬਾਰ ਬਾਰ ਨਾਲ ਪੱਥਰ ਮਾਰਦੇ ਸਨ, ਨਾਲ ਕਹਿੰਦੇ ਸਨ ਯਾਦ ਰੱਖੀ ਰਾਜ ਤੇਰਾ ਨਹੀਂ ਰਾਜ ਖਾਲਸੇ ਦਾ। ਤਾਂ ਉਹ ਸੈਲਾਨੀ ਕਹਿੰਦਾ ਇੱਥੇ ਤੱਕ ਤਾਂ ਮੈਂ ਗੱਲ ਸਮਝ ਗਿਆ ਮਹਾਰਾਜਾ ਸਾਹਿਬ, ਪਰ ਅਗਲੀ ਗੱਲ ਕਿ ਉਹ ਸ਼ੀਸ਼ੇ ਫਿਰ ਰਿਪੇਅਰ ਕਿਉਂ ਨਹੀਂ ਕਰਵਾਏ ਗਏ? ਅਤੇ ਮਹਾਰਾਜਾ ਸਾਹਿਬ ਫਿਰ ਹੱਸੇ, ਕਹਿਣ ਲੱਗੇ ਇਸ ਕਰਕੇ ਨਹੀਂ ਕਰਵਾਏ ਗਏ ਕਿ ਉਹ ਟੁੱਟੇ ਸ਼ੀਸ਼ੇ ਮੈਨੂੰ ਯਾਦ ਕਰਵਾਉਂਦੇ ਨੇ ਕਿ ਹਾਂ ਰਾਜ ਮੇਰਾ ਨਹੀਂ ਰਾਜ ਖਾਲਸੇ ਦਾ। ਉਹ ਟੁੱਟੇ ਸ਼ੀਸ਼ੇ ਮੈਨੂੰ ਯਾਦ ਕਰਾਉਂਦੇ ਨੇ ਕਿ ਹਾਂ ਰਾਜ ਮੇਰਾ ਨਹੀਂ ਰਾਜ ਖਾਲਸੇ ਦਾ। ਇਹੀ ਹੱਸੇ ਬਣਨ ਦਾ ਤਰੀਕਾ, ਮਨ ਵਿੱਚ ਵਸੇ ਹੋਏ ਵਿਕਾਰ, ਮਨ ਵਿੱਚ ਵਸੇ ਹੋਏ ਟੁੱਟੇ ਖਿਆਲ ਜਿਹੜੇ ਸਾਨੂੰ ਉਸ ਪ੍ਰਭੂ ਉਸ ਅਕਾਲ ਪੁਰਖ ਤੋਂ ਤੋੜਦੇ ਨੇ, ਉਹ ਖਿਆਲ ਹੀ ਜਦੋਂ ਸਾਨੂੰ ਯਾਦ ਕਰਵਾਉਣ ਕਿ ਮੈਂ ਉਹਨਾਂ ਖਿਆਲਾਂ ਦੇ ਨਾਲ ਹੀ ਆਪਣੇ ਆਪ ਨੂੰ ਉੱਚੇ ਲੈ ਕੇ ਜਾਣਾ, ਉਹ ਖਿਆਲ ਹੀ ਜਦੋਂ ਸਾਡੇ ਨੇਕ ਬਣ ਜਾਣ, ਅੰਦਰੋਂ ਟੁੱਟੇ ਹੋਏ ਵਿਚਾਰ ਹੀ ਜਦੋਂ ਨੇਕ ਬਣ ਜਾਣ, ਅੰਦਰੋਂ ਟੁੱਟੇ ਹੋਏ ਖਿਆਲ ਹੀ ਜਦੋਂ ਸਾਡੇ ਵਿਕਾਰ ਅਤੇ ਵਿਕਾਰਾਂ ਰੂਪੀ ਇੱਕ ਕਾਂ ਨਾ ਜਦੋਂ ਆਪਾਂ ਬਣਨ ਦੇਈਏ, ਤਾਂ ਸਤਿਗੁਰ ਕਹਿੰਦੇ ਕਾਗੋ ਹੋਵੇ ਨਾ ਉਜਲਾ ਲੋਹੇ ਨਾਵ ਨਾ ਪਾਰ। ਕਾਂ ਉਜਲਾ ਨਹੀਂ ਹੋ ਸਕਦਾ, ਲੇਕਿਨ ਪਾਤਸ਼ਾਹ ਕਹਿੰਦੇ ਹੁਕਮ ਪਹਿਚਾਣੇ ਉਜਲਾ, ਜਦੋਂ ਆਪਣੇ ਅਕਾਲ ਪੁਰਖ ਦਾ ਹੁਕਮ ਪਹਿਚਾਣ ਲੈਂਦਾ। ਔਰ ਇਹ ਹੈ ਅਕਾਲ ਪੁਰਖ ਦਾ ਹੁਕਮ ਕਿ ਹਰ ਵਕਤ ਉਸ ਇੱਕ ਅਕਾਲ ਪੁਰਖ ਨੂੰ ਇਸ ਪੱਖੋਂ, ਕਿਉਂਕਿ ਹਰ ਵਕਤ ਹਰ ਜਗ੍ਹਾ ਕੋਈ ਨਾ ਕੋਈ ਘਟਨਾ ਸਾਡੇ ਨਾਲ ਵਾਪਰਦੀ ਹੈ, ਕੋਈ ਨਾ ਕੋਈ ਖਬਰ ਸਾਨੂੰ ਆਉਂਦੀ ਹੈ, ਹਰ ਘਟਨਾ ਨਾਲ ਹਰ ਖਬਰ ਦੇ ਨਾਲ ਆਪਾਂ ਉਸ ਅਕਾਲ ਪੁਰਖ ਨੂੰ ਹੀ ਧਿਆਨ ਵਿੱਚ ਰੱਖਣਾ, ਬਸ ਉਹੀ ਸਿਮਰਨ ਹੈ, ਉਹੀ ਯਾਦ ਹੈ, ਜਿਸ ਨੂੰ ਬਾਬਾ ਨਾਮਦੇਵ ਜੀ ਨੇ ਕਿਹਾ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਸਮਾਨ ਮਦੇ ਭਰਮੀ ਲੇ। ਇੱਕ ਬੜਾ ਲੰਬਾ ਸ਼ਬਦ ਹੈ, ਫਿਰ ਵਿਚਾਰ ਕਰ ਲਵਾਂਗੇ। ਹੁਣ ਅੱਗੇ ਪਾਤਸ਼ਾਹ ਕਹਿੰਦੇ ਹੁਕਮ ਪਹਿਚਾਣੇ ਉਡਲਾ, ਹੁਣ ਲੋਹੇ ਦੀ ਨਾਵ ਦੇ ਉੱਤੇ ਕਿੱਦਾਂ ਪਾਰ ਹੋਣਾ? ਸਿਰ ਕਾਸਟ ਲੋਹੇ ਭਾਰ, ਸਿਰ ਕਾਸਟ, ਕਾਸਟ ਕਹਿੰਦੇ ਲੱਕੜ ਨੂੰ, ਸੂਕੇ ਕਾਸਟ ਹਰਿਆ, ਰਾਸਾ ਦਾ ਪਾਠ ਕਰਦੇ ਹੋ ਨਾ, ਸਿਰ ਕਾਸਟ ਲੋਹੇ ਭਾਰ, ਕਹਿੰਦੇ ਜਦੋਂ ਲੱਕੜ ਦੇ ਉੱਤੇ ਲੋਹੇ ਦੀ ਕੋਈ ਚੀਜ਼ ਰੱਖਦੇ ਹੋ ਨਾ, ਤਾਂ ਲੱਕੜ ਦੇ ਨਾਲ, ਤੁਸੀਂ ਜਾਂਦੇ ਹੋਵੋਗੇ ਫੈਰੀ ਕ੍ਰਾਸ ਕਰਦੇ ਹੋਵੋਗੇ ਕਦੀ ਕਾਰ ਨੂੰ, ਜਾਂ ਕਦੀ ਆਪਣੇ ਟਰੱਕ ਨੂੰ ਸਿੱਧਾ ਸਮੁੰਦਰ 'ਚ ਉਤਾਰ ਕੇ ਦੇਖਣਾ, ਡੁੱਬ ਜਾਏਗੀ, ਲੇਕਿਨ ਜਦੋਂ ਉਹਨੂੰ ਤੁਸੀਂ ਫੈਰੀ 'ਤੇ ਰੱਖ ਦਿੰਦੇ ਹੋ, ਸਮੁੰਦਰੀ ਜਹਾਜ਼ 'ਤੇ ਰੱਖ ਦਿੰਦੇ, ਤਾਂ ਉਹ ਵੀ ਨਾਲ ਪਾਰ ਹੋ ਜਾਂਦੀ, ਸਿਰ ਕਾਸਟ ਲੋਹੇ ਭਾਰ, ਕਿਉਂਕਿ ਸਤਿਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਜਿਹੜੇ ਸਤਸੰਗਤ ਦੇ ਵਿੱਚ ਆ ਗਏ, ਸਤਸੰਗਤ ਦਾ ਰੂਪ ਹੋ ਗਏ, ਸਿਰ ਕਾਸਟ ਲੋਹੇ ਪਾਰ। ਭਾਵ ਸਤਿਗੁਰ ਕਹਿੰਦੇ ਨੇ ਅਸਲ ਵਿੱਚ ਗੱਲ ਕੀ ਹੁੰਦੀ ਹੈ, ਗੱਲ ਪਾਥਰ ਕੈਸੇ ਤਰੇ ਅਤਾਹਾ, ਗੱਲ ਵਿੱਚ ਮਨੁੱਖ ਨੇ ਪੱਥਰ ਪਾ ਲਿਆ ਹੁੰਦਾ ਪਾਪਾਂ ਦਾ, ਕਿਸ ਤਰ੍ਹਾਂ ਤਰ ਸਕਦਾ ਉਹ? ਲੇਕਿਨ ਪਾਤਸ਼ਾਹ ਕਹਿੰਦੇ ਜਿਸ ਵਕਤ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਸਿਰ ਕਾਸਟ ਲੋਹੇ ਪਾਰ, ਉਸ ਵਕਤ ਫਿਰ ਉਸ ਦਾ ਆਪਣਾ ਵਿਕਾਰੀ ਮਨ ਉਜਲਾ ਹੋ ਜਾਂਦਾ, ਲੋਹੇ ਦਾ ਪਾਰ ਉਹਦੇ ਉੱਪਰੋਂ ਆਪਣੇ ਆਪ ਉਤਰ ਜਾਂਦਾ, ਮਨ ਹਲਕਾ ਹਲਕਾ ਮਹਿਸੂਸ ਕਰਦਾ, ਮਨ ਵਿੱਚ ਇੱਕ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ। ਤਾਂ ਜਿਸ ਵਕਤ ਐਸੀ ਭਾਵਨਾ ਪੈਦਾ ਹੋਣੀ ਸ਼ੁਰੂ ਹੋ ਜਾਵੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਵਕਤ ਹੁੰਦਾ ਕੀ ਹੈ, ਉਸ ਵਕਤ ਮਨੁੱਖ ਨੂੰ ਉਸ ਗੁਰੂ ਦੇ ਸ਼ਬਦ ਦਾ ਭਾਵ ਮਿਲਦਾ ਹੈ, ਜਿੱਥੇ ਸਤਿਗੁਰੂ ਜੀ ਕਹਿੰਦੇ ਨੇ ਸਭ ਰਸ ਭੋਗਣ ਬਾਅਦ ਹੈ ਸਭ ਸਿਘਾਰ ਵਿਕਾਰ, ਸਾਰੇ ਰਸ ਸੰਸਾਰ ਦੇ ਭੋਗਣ ਬਾਅਦ, ਬਾਅਦ ਦਾ ਮਤਲਬ ਵਿਕਾਰ, ਸਭ ਰਸ ਭੋਗਣ ਬਾਅਦ ਹੈ ਸਭ ਸਿਘਾਰ ਵਿਕਾਰ, ਜਬ ਲਗ ਸ਼ਬਦ ਨਾ ਭੇਜੀਏ ਕਿਉਂ ਸੋਹੇ,
ਗੁਰਦੁਆਰ ਜਦੋਂ ਤੱਕ ਸ਼ਬਦ ਦਾ ਤੁਹਾਨੂੰ ਭੇਦ ਨਹੀਂ ਮਿਲਦਾ। ਸਤਿਗੁਰ ਜੀ ਕਹਿੰਦੇ ਨੇ ਕਿਉਂ ਸੋਹੇ ਗੁਰਦੁਆਰ ਅਤੇ ਸ਼ਬਦ ਦਾ ਭੇਦ ਪਾਇਆ ਕਿਵੇਂ ਜਾ ਸਕਦਾ ਹੈ? ਜਿਵੇਂ ਸ਼ਬਦ ਨੂੰ ਪੜ੍ਹਨ ਤੋਂ ਬਾਅਦ ਆਪਾਂ ਇਸ ਗੱਲ ਨੂੰ ਸੋਚੀਏ ਕਿ ਸ਼ਬਦ ਦੇ ਵਿੱਚ ਸਤਿਗੁਰੂ ਸਾਨੂੰ ਸ਼ਬਦ ਰਾਹੀਂ ਸਮਝਾਉਣਾ ਕੀ ਚਾਹੁੰਦੇ ਨੇ। ਜਿਸ ਵਕਤ ਸੂਝ ਲੱਗਦੀ ਹੈ ਤਾਂ ਉਹ ਸ਼ਬਦ ਫਿਰ ਸਾਡਾ ਗੁਰੂ ਹੋ ਜਾਂਦਾ, ਉਹ ਬਾਣੀ ਸਾਡੀ ਗੁਰੂ ਹੋ ਜਾਂਦੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ। ਜਿਸ ਵਕਤ ਗੁਰਬਾਣੀ ਕਹਿੰਦੀ ਹੈ ਸੇਵਕ ਜਨ ਉਸ ਨੂੰ ਮੰਨ ਲੈਂਦੇ ਨੇ, ਤਾਂ ਸਤਿਗੁਰੂ ਜੀ ਕਹਿੰਦੇ ਨੇ ਉਸ ਵਕਤ ਤੋਂ ਸੇਵਕ ਆਪਣੀ ਆਰਾਧਨਾ ਦੇ ਵਿੱਚ ਸਫਲ ਹੋ ਜਾਂਦੇ ਨੇ, ਅਤੇ ਸਤਿਗੁਰੂ ਕਹਿੰਦੇ ਨੇ ਫਿਰ ਉਸ ਵਕਤ ਗੁਰੂ ਦਾ ਭੇਦ ਪਾ ਲਿਆ ਜਾਂਦਾ। ਤਾਂ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਦੇ ਲਈ ਆਈ, ਪ੍ਰਕਾਸ਼ ਪੁਰਬ ਮਨਾਉਣ ਦੇ ਲਈ। ਸੰਗਤ ਜੀਓ, ਮਨ ਨੂੰ ਆਪਾਂ ਸਾਫ਼ ਕਰਨਾ, ਔਰ ਮਨ ਨੂੰ ਸਾਫ਼ ਕਰਕੇ ਗੁਰਮੁਖ ਬੈਸੋ ਸਫ਼ਾ ਵਿਸਾਏ, ਜੇ ਸਤਿਗੁਰ ਕਹਿੰਦੇ ਹੋ ਇਕੱਤਰ ਮਿਲੋ ਮੇਰੇ ਭਾਈ, ਤਾਂ ਜਦ ਸਤਿਗੁਰ ਸਾਨੂੰ ਇਕੱਤਰ ਕਰਕੇ ਮਿਲਾ ਕੇ ਭਾਈ ਰੂਪ ਦੇ ਵਿੱਚ ਗੁਰਮੁਖ ਰੂਪ ਦੇ ਵਿੱਚ ਬਿਠਾਉਣਾ ਚਾਹੁੰਦੇ ਨੇ, ਤਾਂ ਫਿਰ ਸਿੱਖ ਵਿਰੋਧੀ ਸ਼ਕਤੀਆਂ ਦੀ ਕੀ ਮਜਾਲ ਹੈ ਕਿ ਸਾਨੂੰ ਪਾੜ ਸਕਣ? ਲੇਕਿਨ ਸਿੱਖ ਵਿਰੋਧੀ ਸ਼ਕਤੀਆਂ ਕਿਉਂ ਸਫਲ ਹੋ ਸਕਣਗੀਆਂ? ਕੀਨ ਪਏ ਸਭ ਤਸਕਰਾ, ਗੁਰਮੁਖ ਜਨ ਜਾਗੇ। ਦੇਖਣਾ ਸੋਚਣਾ ਕਿਤੇ ਅਸੀਂ ਆਪਣੇ ਅੰਦਰ ਕਿਸੇ ਐਸੀ ਸੋਚ ਵਿੱਚ ਜਾਂ ਕਿਸੇ ਐਸੀ ਨੀਂਦ ਵਿੱਚ ਤਾਂ ਨਹੀਂ ਸੁੱਤੇ ਹੋਏ ਕਿ ਅਜੇ ਵੀ ਅਸੀਂ ਬਾਣੀ ਨਹੀਂ ਸਮਝ ਸਕੇ? ਔਰ ਹੁੰਦਾ ਕੀ ਹੈ, ਅਸਲ ਦੇ ਵਿੱਚ ਸਾਡੇ ਵਿੱਚ ਹੀ ਹੁੰਦੇ ਨੇ, ਕਿਉਂਕਿ ਇਸਤੇਮਾਲ ਉਹ ਉਹਨਾਂ ਦਾ ਹੀ ਕਰਦੇ ਨੇ ਜਿਹੜੇ ਸਾਡੇ ਵਿੱਚੋਂ ਹੀ ਸਾਨੂੰ ਖਰਾਬ ਕਰ ਸਕਣ, ਸਾਡੇ ਵਿੱਚੋਂ ਹੀ ਸਾਨੂੰ ਪਾੜ ਪਾ ਸਕਣ, ਔਰ ਫਿਰ ਉਹ ਲੋਕ ਸਫਲ ਹੋ ਜਾਂਦੇ ਨੇ। ਇਸ ਕਰਕੇ ਕੋਈ ਐਸਾ ਅਗਰ ਆਏ ਤਾਂ ਉਸ ਪਾਸੋਂ ਵੀ ਜ਼ਰੂਰ ਪੁੱਛਿਓ ਕਿ ਤੈਨੂੰ ਇਹ ਮਿਲਿਆ ਕਿੱਥੋਂ, ਤੂੰ ਇਹ ਲਿਆ ਕਿੱਥੋਂ, ਕਿੱਥੋਂ ਲੈ ਕੇ ਤੂੰ ਐਵੇਂ ਉਲਟੀ ਸਿੱਧੀ ਗੱਲ ਜਿਹੜੀ ਸਾਨੂੰ ਕਰ ਰਹੇ ਹੈ। ਫਿਰ ਤੁਸੀਂ ਦੂਸਰੇ ਬੰਦੇ ਕੋਲੋਂ ਜ਼ਰੂਰ ਪੁੱਛੋ, ਫਿਰ ਹੱਕ ਹੈ ਤੁਹਾਡਾ, ਲੇਕਿਨ ਪਹਿਲਾਂ ਤਸੱਲੀ ਉਸ ਕੋਲੋਂ ਵੀ ਕਰਵਾਇਓ। ਅਤੇ ਫਿਰ ਜਿਹੜਾ ਸੱਚਾ ਜਾਪੇ ਉਸ ਨੂੰ ਸਮਝ ਲਿਓ ਜੇ, ਅਤੇ ਫਿਰ ਝੂਠੇ ਦੀ ਤਾਰੀਫ ਕਰਨੀ ਬੰਦ ਕਰ ਦਿਓ ਜੇ, ਕਿਉਂਕਿ ਨਹੀਂ ਤਾਂ ਇਹ ਝੂਠੇ ਫਿਰ ਸਫਲ ਹੋ ਜਾਣਗੇ, ਔਰ ਉਸ ਵਕਤ ਸਫਲ ਹੋ ਜਾਣਗੇ ਜਿਸ ਵਕਤ ਅਸੀਂ ਮਹਿਸੂਸ ਕਰਾਂਗੇ ਕਿ ਅਸੀਂ ਤਾਂ ਸੋ ਗਏ ਸੀਗੇ। ਔਰ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੋ ਹੀ ਗੱਲ ਕੀਤੀ, ਅਤੇ ਇਹੋ ਹੀ ਗੱਲ ਉਹਨੇ ਇਕਬਾਲ ਨੇ ਸਾਨੂੰ ਸਮਝਾਈ ਕਿ ਜੇ ਉਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਨਾ ਜਗਾਉਂਦੇ ਗੁਲਾਮੀ ਦੀ ਨੀਂਦ ਤੋਂ, ਅਤੇ ਗੁਲਾਮੀ ਦੀ ਨੀਂਦ ਤੋਂ ਜਗਾਇਆ ਕਿੰਨੇ? ਇੱਕ ਮਰਦੇ ਕਾਮਲ ਨੇ, ਖਾਬ ਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਗੁਲਾਮੀ ਦੀ ਨੀਂਦ ਤੋਂ ਸਾਨੂੰ ਜਗਾਇਆ, ਕਿਉਂਕਿ ਸਤਿਗੁਰੂ ਨਾਨਕ ਨੇ ਪਾਤਸ਼ਾਹ ਨੇ ਪਹਿਲਾਂ ਜਗਾਇਆ ਮੇਰੇ ਪਾਸੋਂ। ਕਈ ਲੋਕ ਇੱਕ ਪ੍ਰਸ਼ਨ ਕਰਦੇ, ਇੱਕ ਸਵਾਲ ਕਰਦੇ ਹੈ ਕਿ ਸਤਿਗੁਰੂ ਜੀ ਨੇ ਉਹ 20 ਰੁਪਏ ਭੁੱਖੇ ਸਾਧੂਆਂ ਨੂੰ ਖਵਾ ਕਿਉਂ ਦਿੱਤੇ? ਪਾਤਸ਼ਾਹ ਨੇ ਉਹਨਾਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਨਾਮ ਜਪੋ, ਬਾਣੀ ਪੜ੍ਹੋ, ਹੱਟੇ ਕੱਟੇ 'ਚ ਕੰਮ ਕਰੋ? ਸਤਿਗੁਰੂ ਨੇ ਕੁਛ ਨਹੀਂ ਕਿਹਾ, ਨਾ ਕਿਹਾ ਨਾਮ ਜਪੋ, ਉਸ ਵਕਤ ਕੁਛ ਨਹੀਂ ਕਿਹਾ, ਕਿਉਂਕਿ ਉਸ ਵਕਤ ਭੁੱਖੇ ਨੇ, ਭੁੱਖੇ ਭਗਤ ਨੇ ਕੀਜੇ, ਉਸ ਵਕਤ ਕੁਛ ਨਹੀਂ ਕਿਹਾ। ਲੇਕਿਨ ਜਿਸ ਵਕਤ ਪਾਤਸ਼ਾਹ ਨੇ ਫਿਰ ਬਾਅਦ ਦੇ ਵਿੱਚ ਜਿਹੜੀ ਉਪਦੇਸ਼ ਦੀ ਕਿਰਿਆ ਹੈ ਨਾ, ਉਹ ਬਾਅਦ ਦੇ ਵਿੱਚ ਸ਼ੁਰੂ ਹੁੰਦੀ। ਜਿਵੇਂ ਸਾਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਇੱਕ ਯੋਗੀਆਂ ਦੀ ਟੋਲੀ ਆਈ। ਹੁਣ ਉਹ ਯੋਗੀਆਂ ਦੀ ਜਿਹੜੀ ਟੋਲੀ ਸਤਿਗੁਰੂ ਪਾਤਸ਼ਾਹ ਦੇ ਕੋਲ ਆਈ ਹੈ, ਉਹ ਇਹ ਸੋਚ ਕੇ ਆਈ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਟਲ ਖੜਕਦੇ ਹੋਣਗੇ, ਮੂਰਤੀਆਂ ਬਣੀਆਂ ਹੋਣਗੀਆਂ, ਜਗ੍ਹਾ ਜਗ੍ਹਾ ਉੱਪਰ ਰੰਗ ਲੱਗੇ ਹੋਣਗੇ, ਜਗ੍ਹਾ ਜਗ੍ਹਾ ਉੱਪਰ ਕੋਈ ਚੁੰਨੀਆਂ ਪਈਆਂ ਹੋਣਗੀਆਂ, ਕੋਈ ਛਾਲਾਂ ਪਈਆਂ ਹੋਣਗੀਆਂ, ਕੀ ਉਹ ਸੋਚ ਸਾਚ ਕੇ ਆਏ। ਜਿਸ ਵਕਤ ਆਏ ਨੇ, ਦੁਪਹਿਰ ਦਾ ਵਕਤ ਹੈ, ਤਾਂ ਕੀ ਦੇਖਿਆ ਕਿ ਉੱਥੇ ਤਾਂ ਕੁਛ ਵੀ ਨਹੀਂ ਹੋ ਰਿਹਾ, ਅਤੇ ਦੂਰ ਦੁਰਾਂਡੇ ਬਾਹਰ ਨਜ਼ਰਾਂ ਮਾਰੀਆਂ ਅਤੇ ਕੀ ਦੇਖਦੇ ਨੇ ਕਿ ਸਿੱਖ ਜਿਹੜੇ ਨੇ ਕੋਈ ਖੇਤੀ ਕਰ ਰਿਹਾ, ਕੋਈ ਲੁਹਾਰ ਦਾ ਕੰਮ ਕਰ ਰਿਹਾ, ਕੋਈ ਕਿਰਸਾਨੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਤਾਂ ਜੋਗੀ ਜਾ ਕੇ ਫਿਰ, ਇਹ ਸਾਖੀ ਹੈ ਭਾਈ ਮਨੀ ਸਿੰਘ ਜੀ ਦੀ, ਅਤੇ ਜੋਗੀ ਜਾ ਕੇ ਫਿਰ ਸਤਿਗੁਰੂ ਜੀ ਕੋਲ ਕਹਿੰਦੇ ਨੇ, ਪਾਤਸ਼ਾਹ ਤੁਸੀਂ ਤਾਂ ਸਾਨ ਪਾਲੇ ਹੋਏ ਨੇ, ਸਾਨ ਕਹਿੰਦੇ ਨੇ ਬੋਲਦ ਰਹੋ, ਅਤੇ ਪਾਤਸ਼ਾਹ ਕਹਿਣਗੇ ਚਲੋ ਕੋਈ ਗੱਲ ਨਹੀਂ, ਜੋ ਤੁਹਾਡਾ ਹੁਕਮ, ਸਤਿ ਬਚਨ, ਤੁਸੀਂ ਬੈਠੋ, ਵਿਸ਼ਰਾਮ ਕਰੋ, ਦੁਪਹਿਰ ਦਾ ਵਕਤ ਹੈ, ਸ਼ਾਮ ਵਕਤ ਚਲੇ ਜਾਇਓ। ਅਤੇ ਜਿਸ ਵਕਤ ਸ਼ਾਮ ਹੋਈ ਤਾਂ ਉਹੀ ਸਿੱਖ ਸੋਧਰ ਦੀ ਚੌਂਕੀ ਭਰ ਰਹੇ ਨੇ, ਸਤਿਗੁਰੂ ਵਾਹਿਗੁਰੂ ਦਾ ਨਾਮ ਜਪ ਰਹੇ ਨੇ, ਨਾਲ ਭੋਜਨ ਤਿਆਰ ਹੋ ਰਿਹਾ, ਲੰਗਰ ਤਿਆਰ ਹੋ ਰਿਹਾ, ਨਾਲ ਵਾਹਿਗੁਰੂ ਦੇ ਨਾਮ ਦੀ ਜਾਪ ਹੋ ਰਹੇ ਨੇ, ਔਰ ਜਾਪ ਇੰਨੇ ਸੁਰਲੀ ਮਦਦ, ਉਹੀ ਜਿਹਨਾਂ ਨੂੰ ਆਸਾਨ ਕਹਿ ਰਹੇ ਨੇ, ਅਤੇ ਫਿਰ ਬਾਅਦ ਜਾ ਕੇ ਉਹੀ ਯੋਗੀ ਕਹਿ ਰਹੇ ਨੇ ਕਿ ਸਤਿਗੁਰੂ ਸਾਡੇ ਕੋਲ ਭੁੱਖ ਹੋ ਗਏ, ਭੁੱਲ ਹੋ ਗਈ, ਜੋ ਅਸੀਂ ਇਹਨਾਂ ਨੂੰ ਆਸਾਨ ਕਿਹਾ। ਸਤਿਗੁਰ ਤੁਸੀਂ ਤਾਂ ਇਨਸਾਨ ਪਾਲੇ ਹੋਏ ਨੇ, ਇਹ ਇਨਸਾਨ ਨੇ ਜਿਹੜੇ ਇੰਨੀ
ਮੱਧਮ ਵਧੀਆ ਸਵਰ ਦੇ ਵਿੱਚ ਵਾਹਿਗੁਰੂ ਤੇਰਾ ਜਾਪ ਕਰ ਰਹੇ ਨੇ, ਲੰਗਰ ਭੋਜਨ ਤਿਆਰ ਕਰ ਰਹੇ ਨੇ, ਅਤੇ ਜਿਸ ਵਕਤ ਸਾਰਾ ਪਾਠ ਸਮਾਪਤ ਹੋ ਗਿਆ ਤਾਂ ਜਿਸ ਪਿਆਰ ਜਿਸ ਸ਼ਰਧਾ ਦੇ ਨਾਲ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਸਾਨ ਕਿਹਾ ਸੀ ਉਹਨਾਂ ਨੂੰ ਲੰਗਰ ਛਕਾਇਆ ਗਿਆ ਤਾਂ ਫਿਰ ਉਹ ਪਾਤਸ਼ਾਹ ਦੇ ਕੋਲ ਗਏ ਕਿ ਸਤਿਗੁਰੂ ਭੁੱਲ ਹੋ ਗਈ, ਅਸੀਂ ਇਹਨਾਂ ਨੂੰ ਸਾਨ ਕਿਹਾ ਜਾਂ ਇਨਸਾਨ ਕਿਹਾ, ਇਹ ਨਾ ਸਾਨ ਨੇ ਨਾ ਇਨਸਾਨ ਨੇ, ਇਹ ਤਾਂ ਦੇਵਤੇ ਨੇ, ਤੁਸੀਂ ਦੇਵਤੇ ਪਾਲੇ ਹੋਏ ਨੇ। ਪਾਤਸ਼ਾਹ ਕਹਿਣ ਲੱਗੇ ਜੋ ਤੁਹਾਡੀ ਮਰਜ਼ੀ ਕਹੀ, ਕਿਉਂਕਿ ਸਾਡਾ ਧਰਮ ਪ੍ਰਯੋਗ ਧਰਮ ਹੈ, ਪ੍ਰੈਕਟੀਕਲ ਧਰਮ ਹੈ, ਇੱਥੇ ਟਲ ਨਹੀਂ ਖੜਕਾਏ ਜਾਂਦੇ, ਇੱਥੇ ਤਿਲਕ ਨਹੀਂ ਲਾਏ ਜਾਂਦੇ, ਇੱਥੇ ਕਿਸੇ ਕਿਸਮ ਦੀਆਂ ਕਰਮ ਕਿਰਿਆਵਾਂ ਨਹੀਂ ਕੀਤੀਆਂ ਜਾਂਦੀਆਂ, ਇੱਥੇ ਪ੍ਰਭੂ ਦੀ ਆਰਾਧਨਾ ਹੁੰਦੀ ਹੈ ਅਤੇ ਕਿਰਤ ਕਮਾਈਆਂ ਕੀਤੀਆਂ ਜਾਂਦੀਆਂ ਨੇ। ਅਤੇ ਪਾਤਸ਼ਾਹ ਕਹਿਣ ਲੱਗੇ ਹੁਣ ਰਾਤ ਪੈ ਗਈ ਹੈ, ਤੁਸੀਂ ਜਾਣਾ ਚਾਹੋਗੇ? ਮੀਂਹ ਕਣੀ ਦਾ ਮੌਸਮ ਹੈ, ਬਾਰ ਬਾਰਿਸ਼ ਹੋ ਰਹੀ ਹੈ, ਵੈਸੇ ਵੀ ਜੰਗਲ ਦਾ ਰਸਤਾ ਹੈ, ਕੋਈ ਜਾਨਵਰ ਵੀ ਆ ਸਕਦੇ ਨੇ, ਤਾਂ ਹੁਣ ਜੋਗੀ ਸਨ ਡਰਪੋਕ ਜੇ। ਕਹਿਣ ਲੱਗੇ ਸਤਿਗੁਰੂ ਜੀ ਹੁਕਮ ਹੋਏ ਤਾਂ ਸਵੇਰੇ ਚਲੇ ਜਾਵਾਂਗੇ। ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਸਤਿਗੁਰਾਂ ਨੇ ਉਹਨਾਂ ਦੇ ਵਿਸਰਾਮ ਦਾ ਇੰਤਜ਼ਾਮ ਕਰ ਦਿੱਤਾ, ਚੰਗੀ ਤਰ੍ਹਾਂ ਨਾਲ ਸੁੱਤੇ। ਸਵੇਰੇ ਜਦੋਂ ਸਤਿਗੁਰ ਕੋ ਆਗਿਆ ਲੈ ਕੇ ਚੱਲਣ ਲੱਗੇ ਤਾਂ ਮੀਂਹ ਕਣੀ ਰਾਤ ਸਾਰੀ ਰਾਤ ਬਾਰਿਸ਼ ਪੈਂਦੀ ਰਹੀ, ਦੋ ਕੁ ਤਾਂ ਉੱਦਾਂ ਹੀ ਫਸਲ ਕੇ ਡਿੱਗ ਪਏ, ਇੱਕ ਦੋ ਦੀ ਹੱਡੀ ਟੁੱਟ ਗਈ, ਦੋ ਤਿੰਨ ਦੇ ਮੋਚ ਆ ਗਈ। ਸਿੱਖਾਂ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਚੁੱਕਿਆ, ਮੁੱਠੀ ਚਾਪੇ ਕੀਤੀ, ਜਿੱਥੇ ਜਿੱਥੇ ਫੱਟ ਸੱਟੀਆਂ ਲੱਗੀਆਂ ਸੱਟਾਂ ਲੱਗੀਆਂ ਸਨ ਉੱਥੇ ਮਰਮ ਪੱਟੀ ਕੀਤੀ, ਬੜੇ ਪਿਆਰ ਸਤਿਕਾਰ ਦੇ ਨਾਲ ਦੁੱਧ ਛਕਾਇਆ ਅਤੇ ਉਹ ਫਿਰ ਗਏ ਸਤਿਗੁਰ ਕੋਲ। ਪਾਤਸ਼ਾਹ ਕਹਿਣ ਲੱਗੇ ਪਾਤਸ਼ਾਹ ਆਹ ਵੀ ਭੁੱਲ ਸੀ ਕਿ ਜਿਹੜਾ ਅਸੀਂ ਕਿਹਾ ਕਿਸਾਨ ਪਾਲੇ ਨੇ, ਇਹ ਵੀ ਭੁੱਲ ਸੀ ਕਿ ਅਸੀਂ ਕਿਹਾ ਇਨਸਾਨ ਪਾਲੇ ਨੇ, ਇਹ ਵੀ ਕਿਹਾ ਭੁੱਲ ਸੀ ਜਿਹੜਾ ਅਸੀਂ ਕਿਹਾ ਦੇਵਤੇ ਪਾਲੇ ਹੋਏ ਨੇ, ਸਤਿਗੁਰੇ ਤਾਂ ਪਰਮਾਤਮਾ ਹੀ ਹੈ, ਬਸ ਇਹੀ ਤਾਂ ਰੱਬ ਦਾ ਰੂਪ ਹੈ, ਇਹੀ ਤਾਂ ਅਕਾਲ ਪੁਰਖ ਹੈ। ਅਤੇ ਇਹੋ ਹੀ ਸਤਿਗੁਰ ਸਾਨੂੰ ਸਮਝਾਉਣਾ ਚਾਹੁੰਦੇ ਸਨ, ਇਹੋ ਹੀ ਬਾਬਾ ਕਬੀਰ ਜੀ ਨੇ ਕਿਹਾ, ਇਹੋ ਹੀ ਬਾਬਾ ਸਤਿਗੁਰ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ। ਬਾਬਾ ਕਬੀਰ ਕਹਿੰਦੇ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਅਤੇ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਇਹਨਾਂ ਦੋਨਾਂ ਵਿੱਚ ਗੱਲ ਇੱਕੋ ਹੀ ਹੈ ਕਿ ਹਰ ਵਰਗਾ ਬਣਨ ਦੇ ਲਈ, ਹਰ ਦੇ ਨਾਲ ਮਿਲਣ ਦੇ ਲਈ ਹਰ ਵਰਗਾ ਹੀ ਹੋਣਾ ਪਏਗਾ, ਪਾਣੀ ਹੋ ਕੇ ਪਾਣੀ ਦੇ ਨਾਲ ਲੀਨ ਹੋਇਆ ਜਾ ਸਕਦਾ, ਯਾਨੀ ਕਿ ਉਸ ਵਰਗਾ ਹੋ ਕੇ ਹੀ ਉਸ ਦੇ ਨਾਲ ਲੀਨ ਹੋਇਆ ਜਾ ਸਕਦਾ। ਤਾਂ ਸਤਿਗੁਰ ਪਾਤਸ਼ਾਹ ਭੁੱਲ ਸੀ ਆਹ ਪਰਮਾਤਮਾ ਹੈ, ਜਿੱਥੇ ਨਾ ਕੋਈ ਕੂੜ ਕਿਰਿਆ ਹੈ ਨਾ ਕੋਈ ਕਰਮ ਕਾਂਡ ਹੈ, ਕਿਉਂਕਿ ਕੂੜ ਕਿਰਿਆ ਉਰਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਦਾ ਭੇਦ ਕੂੜ ਕਿਰਿਆਵਾਂ ਦੇ ਵਿੱਚ ਨਹੀਂ ਹੈ, ਵਾਹਿਗੁਰੂ ਦਾ ਭੇਦ ਉਸ ਦਿਵ ਦ੍ਰਿਸ਼ਟੀ ਦੇ ਵਿੱਚ ਹੈ ਜਿਹੜੀ ਸੰਗਤ ਰੂਪ ਦੇ ਵਿੱਚ ਸ਼ਾਮਿਲ ਹੋ ਕੇ ਆਪਾਂ ਗੁਰਬਾਣੀ ਤੋਂ ਗੁਰੂ ਆਸ਼ੇ ਤੋਂ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਟ ਬਣ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰਾਧਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਦਾ ਭੇਦ ਪਾ ਕੇ ਸ਼ਬਦ ਨੂੰ ਸਮਝੀ। ਬਹੁਤ ਬਹੁਤ ਆਪ ਜੀ ਦਾ ਧੰਨਵਾਦ, ਜਿੰਨਾ ਕੁ ਸਮਾਂ ਆਪਣੇ ਬਖਸ਼ਿਆ ਸੀ ਹੋਈਆਂ ਭੁੱਲਾਂ ਦੀ ਕਿਵਾਂ, ਬਹੁਤ ਚਿਰਾਂ ਬਾਅਦ ਆਪ ਜੀ ਦੇ ਦਰਸ਼ਨ ਹੋਏ ਹੈ ਔਰ ਬਹੁਤ ਚਿਰਾਂ ਬਾਅਦ ਹੀ ਸੰਗਤ ਰੂਪ ਦੇ ਵਿੱਚ ਗੁਰਸਿੱਖਾਂ ਦੇ ਦਰਸ਼ਨ ਹੋਏ ਹੈ, ਫਰੈਂਕਫੋਰਟ ਆਉਣ ਦਾ ਸਮਾਂ ਮਿਲਿਆ, ਫਿਰ ਕਦੀ ਸਮਾਂ ਮਿਲਿਆ ਤਾਂ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਾਂਗੇ। ਅੱਜ ਇੰਨੀ ਕੀ ਸੇਵਾ ਪ੍ਰਵਾਨ ਕਰ ਲੈਣੀ, ਹਮ ਔਗਣ ਭਰੇ ਏਕ ਗੁਣ ਨਾਹੇ, ਅੰਮ੍ਰਿਤ ਛਾੜ ਵਿਖੇ ਬਿਖਾਹੀ ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾਰਾ ਸੋ ਪ੍ਰੀਤ ਲਗਾਈਏ, ਇੱਕ ਉੱਤਮ ਪਦ ਸੁਣਿਓ ਗੁਰਸੰਗਤ ਜਹ ਮਿਲੰਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀ ਰਤਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਹੋਈਆਂ ਭੁੱਲਾਂ ਦੀ ਖਿਮਾ, ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਗੱਜ ਵੱਜ ਕੇ ਫਤਿਹ ਬੁਲਾਇਓ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਵੱਡਿਆਂ ਭਾਗਾਂ ਵਾਲੇ ਹੋ, ਅੱਜ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਜੋ ਹੋ ਰਿਹਾ ਹੈ, ਇੰਗਲੈਂਡ ਤੋਂ ਵਿਸ਼ੇਸ਼ ਤੌਰ 'ਤੇ ਆਏ ਭਾਈ ਗੁਰਦੀਪ ਸਿੰਘ ਜੀ ਜਗਵੀਰ, ਜਿਨ੍ਹਾਂ ਨੇ ਕੀਮਤੀ ਵਿਚਾਰਾਂ ਰਾਹੀਂ ਆਪ ਸਭ ਨਾਲ ਗੁਰੂ ਪਾਤਸ਼ਾਹ ਦੇ ਇਤਿਹਾਸ ਤੋਂ ਜਾਣੂ ਕਰਾਇਆ ਹੈ, ਅਸੀਂ ਇਹਨਾਂ ਦੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦੀ ਹਾਂ, ਕਿਉਂਕਿ
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਆਗਮਨ ਇਸ ਦੁਨੀਆ 'ਤੇ ਉਸ ਸਮੇਂ ਜਦੋਂ ਦੁਨੀਆ 'ਤੇ ਹਾਹਾਕਾਰ ਮਚੀ ਹੋਈ ਸੀ। ਕਹਿੰਦੇ ਹਨ ਜਦੋਂ ਗੁਰੂ ਪਾਤਸ਼ਾਹ ਜੀ ਨੇ ਵੇਈ ਨਦੀ ਤੋਂ ਬਾਹਰ ਆਏ, ਆ ਕੇ ਉਹ ਸਿੱਧੇ ਕਬਰਾਂ ਵਿੱਚ ਚਲੇ ਗਏ। ਲੋਕਾਂ ਨੇ ਇਸ ਚੀਜ਼ ਨੂੰ ਦੇਖਿਆ, ਲੋਕਾਂ ਨੇ ਜਾ ਕੇ ਪੁੱਛਿਆ, ਨਾਨਕ ਜੇਕਰ ਆਪ ਵੇਈ ਵਿੱਚੋਂ ਬਚ ਹੀ ਗਏ ਹੋ ਤਾਂ ਆਪ ਕਬਰਾਂ ਵਿੱਚ ਆਣ ਬੈਠੇ ਹੋ, ਸ਼ਾਇਦ ਆਪ ਜੀ ਨੂੰ ਪਤਾ ਹੋਵੇਗਾ। ਇੱਥੇ ਤਾਂ ਮ੍ਰਿਤਕ ਜਦੋਂ ਹੋ ਜਾਂਦਾ ਬੰਦਾ ਉਦੋਂ ਹੀ ਆਉਂਦਾ ਹੈ ਜਾਂ ਮਰਿਆ ਏ। ਗੁਰੂ ਪਾਤਸ਼ਾਹ ਨੇ ਇੱਕ ਗੱਲ ਕਹੀ, ਹਾਂ ਅੱਜ ਮੈਨੂੰ ਪਤਾ ਹੈ, ਪਰ ਮੈਂ ਅੱਜ ਇੱਥੋਂ ਇੱਕ ਨਵੀਂ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ। ਗੁਰੂ ਪਾਤਸ਼ਾਹ ਨੇ ਸਿੱਖ ਧਰਮ ਦੀ ਜਦੋਂ ਬੁਨਿਆਦ ਰੱਖੀ, ਉਹਨਾਂ ਨੇ ਇਹੋ ਹੀ ਸਿਧਾਂਤ ਸ਼ੁਰੂ ਦਿੱਤਾ ਸਾਨੂੰ, ਪਹਿਲਾ ਮਨ ਕਬੂਲ ਜੀਵਨ ਕੀ ਸ਼ਰਦਾਸ। ਕਿਉਂ? ਪਾਤਸ਼ਾਹ ਨੇ ਕਿਹਾ ਸਾਨੂੰ ਆਪਣੀ ਹਉਮੈ ਅੰਦਰੋਂ ਬੇਕਾਰ ਮਾਰ ਕੇ ਹੀ ਇਸ ਧਰਮ 'ਤੇ ਇਸ ਲਾਈਨ 'ਤੇ ਤੁਰਨਾ ਪਵੇਗਾ, ਤਾਂ ਅਸੀਂ ਅਸੀਂ ਕਾਮਯਾਬ ਹੋਵਾਂਗੇ। ਗੁਰੂ ਪਾਤਸ਼ਾਹ ਨੇ ਜਿੱਥੇ ਅੱਜ ਤੱਕ ਬਾਬਰ ਨੂੰ ਜਾਬਰ, ਭਾਈ ਲਾਲੋ ਨੂੰ ਮੁਖਾਤਬ, ਉਹਨਾਂ ਦੀ ਉਸਤਤ ਕੀ ਸਾਡੇ ਦਿਨ ਤਿਉਹਾਰ ਮਨਾਏ, ਸਿਰਫ ਇਹ ਤਾਂ ਹੀ ਸਫਲੇ ਹੋ ਸਕਦੇ ਹਨ ਜੇਕਰ ਅਸੀਂ ਗੁਰੂ ਪਾਤਸ਼ਾਹ ਨੇ ਉਸ ਸਮੇਂ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਕੀਤੀ ਜਦੋਂ ਚਾਰੇ ਪਾਸੇ ਕੋਈ ਵੀ ਸਗਾ ਸੰਬੰਧੀ ਨਹੀਂ ਸੀ, ਸਭ ਦੁਸ਼ਮਣੀ ਹੀ ਸੀ। ਪਰ ਅੱਜ ਆਪਾਂ ਨੂੰ ਚਾਹੀਦਾ ਹੈ ਗੁਰੂ ਪਾਤਸ਼ਾਹ ਦੇ ਨਿਯਮਾਂ 'ਤੇ ਚੱਲ ਸਕੀਏ, ਭਾਈ ਲਾਲੋ ਦੇ ਵਾਰਸ ਬਣੀਏ, ਨਾ ਕਿ ਮਲਕ ਭਾਗਵਾਂ ਦੇ। ਆਈਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਦੂਰ ਦੁਰਾਡਿਓਂ ਆਏ ਹੋਏ ਹਨ, ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਇਸ ਦੇ ਨਾਲ ਹੀ ਮੈਂ ਭਾਈ ਸੰਦੀਪ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਜਗਵੀਰ ਹੁਣਾਂ ਨੂੰ ਸਿਰੋਂ ਪਾਉ ਦੇ ਕੇ, ਗੁਰੂ ਦੀ ਅਸੀਸ ਦੇ ਕੇ, ਗੁਰੂ ਪਾਤਸ਼ਾਹ ਦੀ ਬਖਸ਼ਿਸ਼। ਭਾਈ ਗੁਰਦੀਪ ਸਿੰਘ ਜੀ ਹੁਣਾਂ ਨੂੰ ਬੇਨਤੀ ਹੈ ਕਿ ਉਹ ਅੱਗੇ ਆਉਣ, ਗੁਰੂ ਪਾਤਸ਼ਾਹ ਦੀ ਅਸੀਸ। ਬੋਲੇ ਸੋ ਨਿਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੀ ਸਮਾਪਤੀ ਹੈ। ਅਸੀਂ ਆਈਆਂ ਸੰਗਤਾਂ ਦੇ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦੀ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ।